मित्तर सैन मीत दा नोवल है सुधार कर पहलांग। एक मासूम बच्चे नू अगवा करन रिहा करन बदले फिरौती मंगन ते फिरौती ना मिलन कारण कतल करन वर्गे संगीन जुर्म विच पाले ते मीते नू उम्र कैद दी सज़ा हुई सी। सूबे दी शांति नू भंग करन विच जुटे अतवादी अजिहियां वारदातां करदे रहिंदे हन। ਪਾਲੇ ਤੇ ਮੀਤੇ ਨੇ ਵੀ ਇਸੇ ਯੋਜਨਾ ਤਹਿਤ ਜੁਰਮ ਕੀਤਾ ਸੀ। ਦੋਹਾਂ ਧਿਰਾਂ ਦੇ ਵਕੀਲਾਂ ਨੇ ਆਪਣੇ ਆਪਣੇ ਪੱਖ 'ਚ ਲੰਬੀਆਂ ਚੌੜੀਆਂ ਦਲੀਲਾਂ ਦਿੱਤੀਆਂ ਸਨ। ਮੁਕੱਦਮੇ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਅਦਾਲਤ ਨੂੰ ਵੀ ਤਰਕ ਸੰਗਤ ਫੈਸਲਾ ਲਿਖਣਾ ਪਿਆ ਸੀ। ਕਾਰਵਾਈ ਮੁਕੰਮਲ ਹੁੰਦਿਆਂ ਹੁੰਦਿਆਂ ਕੁਵੇਲਾ ਹੋ ਗਿਆ ਸੀ। ਸ਼ਹਿਰ ਵਿਚਲੀ ਜੇਲ੍ਹ ਛੋਟੀ ਸੀ। ਉੱਥੇ ਕੇਵਲ ਹਵਾਲਾਤੀਆਂ ਜਾਂ ਛੋਟੀ ਮੋਟੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਉਮਰ ਕੈਦ ਦੀ ਸਜ਼ਾ ਭੁਗਤਣ ਲਈ ਖਤਰਨਾਕ ਅੱਤਵਾਦੀਆਂ ਨੂੰ ਕੇਂਦਰੀ ਜੇਲ੍ਹ ਭੇਜਿਆ ਜਾਂਦਾ ਸੀ। ਕੇਂਦਰੀ ਜੇਲ੍ਹ ਮਾਇਆਨਗਰ ਵਿੱਚ ਸੀ ਅਤੇ ਮਾਇਆਨਗਰ ਇੱਥੋਂ ਕਰੀਬ 100 ਕਿਲੋਮੀਟਰ ਦੂਰ ਸੀ। ਸ਼ਾਇਦ ਸੂਬੇ ਦਾ ਇਹ ਪਹਿਲਾ ਮੁਕੱਦਮਾ ਸੀ ਜਿਸ ਵਿੱਚ ਅੱਤਵਾਦੀਆਂ ਨੂੰ ਸਜ਼ਾ ਹੋਈ ਸੀ, ਨਹੀਂ ਤਾਂ ਹੁਣ ਤੱਕ ਇਹ ਬਰੀ ਹੁੰਦੇ ਰਹੇ ਸਨ। 100 ਮੀਲ ਦੇ ਲੰਬੇ ਰਸਤੇ 'ਚ ਅੱਤਵਾਦੀਆਂ ਵੱਲੋਂ ਪੁਲਿਸ ਵੈਨ 'ਤੇ ਹਮਲਾ ਕਰਨ ਅਤੇ ਆਪਣੇ ਸਾਥੀਆਂ ਨੂੰ ਛੁਡਾ ਲੈਣ ਦੀ ਪੂਰੀ ਸੰਭਾਵਨਾ ਸੀ। ਚੌਕਸ ਪੁਲਿਸ ਨੇ ਸਾਰੇ ਰਸਤੇ ਉੱਪਰ ਸੁਰੱਖਿਆ ਦਸਤੇ ਤੈਨਾਤ ਕਰਨ ਬਾਅਦ ਹੀ ਕੈਦੀਆਂ ਨੂੰ ਮਾਇਆਨਗਰ ਦੇ ਰਾਹ ਪਾਇਆ ਸੀ। ਖਤਰਨਾਕ ਕੈਦੀਆਂ ਨੂੰ ਇੱਧਰ ਉੱਧਰ ਲੈ ਜਾਣ ਲਈ ਵਿਸ਼ੇਸ਼ ਤੌਰ 'ਤੇ ਬਣੀ ਬੁਲਟ ਪਰੂਫ ਵੈਨ ਵਿੱਚ ਬੰਦ ਪਾਲੇ ਅਤੇ ਮੀਤੇ ਨੂੰ ਬਾਹਰ ਹੋ ਰਹੀਆਂ ਕਾਰਵਾਈਆਂ ਬਾਰੇ ਕੁਝ ਪਤਾ ਨਹੀਂ ਸੀ। ਦੋਹਾਂ ਲਈ ਜੇਲ੍ਹ ਯਾਤਰਾ ਨਵੀਂ ਗੱਲ ਨਹੀਂ ਸੀ। ਛੋਟੇ ਮੋਟੇ ਜੁਰਮਾਂ 'ਚ ਬੀਸੀਆਂ ਵਾਰ ਪੁਲਿਸ ਨੇ ਇਹਨਾਂ ਨੂੰ ਫੜਿਆ ਸੀ। ਬਹੁਤੀ ਵਾਰ ਉਹ ਬਰੀ ਹੋਏ ਸਨ। ਕਈ ਵਾਰ ਕੈਦ ਦੀ ਸਜ਼ਾ ਵੀ ਹੋਈ ਸੀ। ਕੈਦ 2-3 ਜਾਂ ਹੱਦ 6 ਮਹੀਨੇ ਕੱਟਣੀ ਹੁੰਦੀ ਸੀ। ਇਹਨਾਂ 2-4 ਮਹੀਨਿਆਂ ਵਿੱਚੋਂ ਅੱਧੀ ਸਜ਼ਾ ਕੱਚੀ ਵਿੱਚ ਹੀ ਕੱਟੀ ਜਾਂਦੀ ਸੀ। ਜਿਹੜੀ ਮਹੀਨਾ 2 ਮਹੀਨੇ ਬਚਦੀ ਉਹ ਕਦੋਂ ਕੱਟੀ ਜਾਂਦੀ ਪਤਾ ਹੀ ਨਹੀਂ ਸੀ ਲੱਗਦਾ। ਇਸ ਵਾਰ ਹੋਈ ਉਮਰ ਕੈਦ ਦੇ ਹੁਕਮ ਨੇ ਦੋਹਾਂ ਨੂੰ ਸੁੰਨ ਕਰ ਰੱਖਿਆ ਸੀ। ਪਹਿਲਾਂ ਜਦੋਂ ਪੇਸ਼ੀ ਭੁਗਤਣ ਜਾਇਆ ਕਰਦੇ ਸਨ ਤਾਂ ਸਾਰੇ ਰਾਹ ਗੱਲੇ ਲੱਗੇ ਰਹਿੰਦੇ ਸਨ। ਕਦੇ ਆਪਸ ਵਿੱਚ, ਕਦੇ ਸਾਥੀ ਹਵਾਲਾਤੀਆਂ ਨੂੰ ਮਜ਼ਾਕ ਕਰਦੇ ਸਨ। ਸਾਰੇ ਰਾਹ ਹਾਸਾ ਠੱਠਾ ਚੱਲਦਾ ਰਹਿੰਦਾ। ਉਹਨਾਂ ਨੂੰ ਪਤਾ ਸੀ ਉਹਨਾਂ ਉੱਪਰ ਪਾਇਆ ਗਿਆ ਮੁਕੱਦਮਾ ਝੂਠਾ ਸੀ। ਪੁਲਿਸ, ਗਵਾਹ ਜਾਂ ਲੋਕ ਕੁਝ ਵੀ ਆਖਣ, ਸੱਚ ਕੀ ਹੈ, ਇਹ ਉਹਨਾਂ ਤੋਂ ਤਾਂ ਨਹੀਂ ਸੀ ਲੁਕਿਆ ਹੁੰਦਾ। ਪਹਿਲਾਂ ਜਿੰਨੀ ਵਾਰ ਵੀ ਉਹਨਾਂ ਨੂੰ ਸਜ਼ਾ ਹੋਈ ਸੀ ਉਹ ਕੀਤੇ ਜੁਰਮਾਂ ਬਦਲੇ ਹੋਈ ਸੀ। ਜੇ ਜੁਰਮ ਕਰਨ 'ਤੇ ਸਜ਼ਾ ਹੁੰਦੀ ਸੀ ਤਾਂ ਨਿਰਦੋਸ਼ ਹੋਣ ਕਾਰਨ ਉਹ ਬਰੀ ਵੀ ਹੋਣਗੇ, ਇਹ ਉਹਨਾਂ ਨੂੰ ਪੱਕਾ ਯਕੀਨ ਸੀ। ਫਿਰ ਸਾਰਾ ਸ਼ਹਿਰ ਉਹਨਾਂ ਦੀ ਪਿੱਠ 'ਤੇ ਸੀ। ਉਹਨਾਂ ਨੂੰ ਬਰੀ ਕਰਵਾਉਣ ਲਈ ਸ਼ਹਿਰ 'ਚ ਹੜਤਾਲਾਂ ਹੁੰਦੀਆਂ ਸਨ, ਧਰਨੇ ਵੱਜਦੇ ਸਨ, ਜਲੂਸ ਨਿਕਲਦੇ ਸਨ। ਸ਼ਹਿਰ ਦੇ ਚੋਟੀ ਦੇ ਵਕੀਲਾਂ ਦੀ ਇੱਕ ਟੀਮ ਉਹਨਾਂ ਦਾ ਮੁਕੱਦਮਾ ਲੜ ਰਹੀ ਸੀ। ਬਰੀ ਹੋਣ ਦੀ ਆਸ ਲਾਈ ਬੈਠੇ ਉਹ ਭੈੜੇ ਭਵਿੱਖ ਬਾਰੇ ਕਦੇ ਸੋਚਦੇ ਹੀ ਨਹੀਂ ਸਨ। ਅਚਾਨਕ ਆ ਡਿੱਗੀ ਬਿਜਲੀ ਕਾਰਨ ਉਹ ਗੱਲਾਂ ਕਰਨੀਆਂ ਭੁੱਲ ਗਏ ਸਨ। ਕਾਲੇ ਭਵਿੱਖ ਦੀ ਕਲਪਨਾ ਕਰਦੇ ਉਹ ਆਪਣੇ ਆਪ ਨਾਲ ਖੁਜਲ ਹੋ ਰਹੇ ਸਨ। ਪਾਲਾ ਵਿਆਹਿਆ ਵਰਿਆ ਸੀ, ਉਹਦੇ ਪੈਰਾਂ 'ਚ ਕਬੀਲਦਾਰੀ ਦੀਆਂ ਬੇੜੀਆਂ ਸਨ, ਉਹਦੇ ਮਾਂ ਬਾਪ ਬੁੱਢੇ ਹੋ ਚੁੱਕੇ ਸਨ, ਜਵਾਨ ਭੈਣਾਂ ਦਾ ਆਪਣੇ ਘਰ ਜਾਣ ਦਾ ਵਕਤ ਹੋਇਆ ਆਇਆ ਹੋਇਆ ਸੀ। 2 ਸਾਲ ਪਹਿਲਾਂ 100 ਮਿੰਨਤ ਤਰਲੇ ਬਾਅਦ ਮਸਾਂ ਉਹਦਾ ਵਿਆਹ ਹੋਇਆ ਸੀ। ਪਾਲੇ ਦੇ ਫੜੇ ਜਾਣ ਤੋਂ ਬਾਅਦ ਉਹਦੇ ਘਰ ਇੱਕ ਭਾਗੀ ਕੁੜੀ ਨੇ ਜਨਮ ਲਿਆ ਸੀ। ਪਾਲੇ ਦੇ 2-4 ਮਹੀਨੇ ਜੇਲ੍ਹ ਜਾਣ ਨਾਲ ਹੀ ਕਬੀਲਦਾਰੀ ਦੀ ਰੇਲ ਪੱਟੜੀ ਤੋਂ ਲੈ ਜਾਇਆ ਕਰਦੀ ਸੀ। ਉਮਰ ਕੈਦ ਦੀ ਸਜ਼ਾ ਸੁਣਦਿਆਂ ਉਹਦੀ ਘਰਵਾਲੀ ਨੂੰ ਉਹਦੇ ਪੇਕਿਆਂ ਨੇ ਲੈ ਜਾਣਾ ਸੀ ਅਤੇ ਪੈਸੇ ਲੈ ਕੇ ਕਿਧਰੇ ਹੋਰ ਬਿਠਾ ਦੇਣਾ ਸੀ। ਬੰਤੋ ਦਾ ਪਹਿਲਾਂ ਹੀ ਪਾਲੇ ਦੇ ਘਰ ਨੇ ਦਿਲ ਨਹੀਂ ਸੀ ਲੱਗਦਾ। ਖਸਮ ਨੂੰ ਹੋਈ ਸਜ਼ਾ ਉਹ ਕਿਉਂ ਭੁਗਤੇ? ਸ਼ਰਮ ਵਾਲਾ ਘੁੰਡ ਚੁੱਕਣ ਲਈ ਘਰਵਾਲੀ ਨੂੰ ਵਧੀਆ ਬਹਾਨਾ ਮਿਲ ਗਿਆ ਸੀ। ਪਤਨੀ ਦੇ ਸਹੁਰਾ ਘਰ ਛੱਡ ਕੇ ਪੇਕੀ ਜਾਂ ਬੈਠਣ ਦੀ ਖਬਰ ਉਹਨੂੰ ਮਿਲਣ ਹੀ ਵਾਲੀ ਸੀ। ਪਿੱਛੋਂ ਉਹਦੀ ਬੇਟੀ ਦਾ ਪਤਾ ਨਹੀਂ ਕੀ ਬਣੇਗਾ, ਜਿਹਦਾ ਹਾਲੇ ਤੱਕ ਉਹਨੇ ਰੱਜ ਕੇ ਮੂੰਹ ਵੀ ਨਹੀਂ ਸੀ ਤੱਕਿਆ। ਇਹੋ ਜਿਹੀਆਂ ਚਿੰਤਾਵਾਂ ਪਾਲੇ ਨੂੰ ਖਾਈ ਜਾ ਰਹੀਆਂ ਸਨ। ਮੀਤ ਛੜਾ ਛੜਾਂਗ ਸੀ, ਜੇਬਾਂ ਕੱਟਣਾ ਉਹਦਾ ਮਨ ਭਾਉਂਦਾ ਪੇਸ਼ਾ ਜਿਹਾ ਸੀ। ਅਸਾਮੀ ਦਾ ਪਿੱਛਾ ਕਰਦਾ ਕਰਦਾ ਕਈ ਵਾਰ ਉਹ ਦਿੱਲੀ ਤੱਕ ਨਿਕਲ ਜਾਂਦਾ ਸੀ। ਘਾਟ ਘਾਟ ਦਾ ਪਾਣੀ ਪੀਣ ਦੀ ਉਹਨੂੰ ਆਦਤ ਪੈ ਚੁੱਕੀ ਸੀ। ਇੱਕ ਥਾਂ 'ਤੇ ਬੱਝੇ ਰਹਿਣਾ ਹੁਣ ਉਹਨੂੰ ਕੋਹਲੂ ਦੇ ਬੈਲ ਵਾਂਗ ਲੱਗਦਾ ਸੀ। ਜੇਲ੍ਹ ਦਾ ਦਮ ਘੋਟੂ ਮਾਹੌਲ ਮੀਤੇ ਲਈ ਨਵਾਂ ਨਹੀਂ ਸੀ, ਪਰ ਜਿਸ ਜੇਲ੍ਹ 'ਚ ਉਹਨੂੰ ਲਿਜਾਇਆ ਜਾ ਰਿਹਾ ਸੀ ਉਸ ਅੰਦਰਲੇ ਮਾਹੌਲ ਬਾਰੇ ਸੋਚ ਕੇ ਉਹਨੂੰ ਕਾਂਬਾ ਛਿੜ ਰਿਹਾ ਸੀ। ਕੇਂਦਰੀ ਜੇਲ੍ਹ ਨੂੰ ਟਿੱਬੇ ਪੱਧਰੇ ਕਰਕੇ ਉਸਾਰਿਆ ਗਿਆ ਸੀ। ਸਰਕਾਰ ਨੇ ਭਾਵੇਂ ਇਸ ਥਾਂ ਦੀ ਚੋਣ ਜ਼ਮੀਨ ਦੇ ਸਸਤੇ ਭਾਅ ਨੂੰ ਧਿਆਨ 'ਚ ਰੱਖ ਕੇ ਕੀਤੀ ਸੀ, ਪਰ ਕੈਦੀ ਇਹਦੇ ਹੋਰ ਅਰਥ ਕਰਦੇ ਸਨ।
ਰੇਤੇ ਨੇ ਜ਼ਮੀਨ ਦਾ ਹਾਲੇ ਤੱਕ ਖੇੜਾ ਨਹੀਂ ਸੀ ਛੱਡਿਆ। ਸਾਰੀ ਜੇਲ੍ਹ 'ਚ ਗਿੱਟ ਗਿੱਟ ਰੇਤਾ ਵਿਛਿਆ ਹੋਇਆ ਸੀ। ਜੇਲ੍ਹ ਅਧਿਕਾਰੀਆਂ ਨੂੰ ਕੈਦੀਆਂ ਦੇ ਬੇੜੀਆਂ ਪਾਉਣ ਦੀ ਲੋੜ ਨਹੀਂ ਸੀ ਪੈਂਦੀ, ਰੇਤਾ ਹੀ ਬੇੜੀਆਂ ਦਾ ਕੰਮ ਦੇ ਰਿਹਾ ਸੀ। ਜੇਲ੍ਹ ਅਧਿਕਾਰੀ ਜਾਣਬੁੱਝ ਕੇ ਰੇਤਾ ਨਹੀਂ ਸਨ ਚੁਕਵਾ ਰਹੇ, ਕੈਦੀਆਂ ਨੂੰ ਕਾਬੂ ਰੱਖਣ 'ਚ ਇਹ ਉਹਨਾਂ ਦੀ ਸਹਾਇਤਾ ਕਰ ਰਿਹਾ ਸੀ। ਜੇਲ੍ਹ 'ਚ ਇੱਕ ਵੀ ਛਾਂਦਾਰ ਦਰਖਤ ਨਹੀਂ ਸੀ। ਦਰਖਤ ਨਾ ਲਗਵਾ ਸਕਣ ਦਾ ਸਰਕਾਰ ਦਾ ਆਪਣਾ ਤਰਕ ਸੀ। ਖੁਸ਼ਕ ਧਰਤੀ 'ਚ ਪੀਣ ਜੋਗਾ ਪਾਣੀ ਮੁਸ਼ਕਲ ਨਾਲ ਨਿਕਲਦਾ ਸੀ, ਦਰਖਤ ਨੂੰ ਦੇਣ ਲਈ ਮਣਾ ਮੂੰਹੀ ਪਾਣੀ ਕਿੱਥੋਂ ਆਵੇ। ਪਰ ਕੈਦੀ ਇੰਨੇ ਭੋਲੇ ਨਹੀਂ ਸਨ। ਸਰਕਾਰ ਦੇ ਇਸ ਬਹਾਨੇ ਪਿਛਲੀ ਸ਼ਰਾਰਤ ਦੀ ਉਹਨਾਂ ਨੂੰ ਸਮਝ ਸੀ। ਸੁਰੱਖਿਆ ਗਾਰਦਾਂ ਨੂੰ ਰੜੇ ਮੈਦਾਨ ਉੱਪਰ ਘੁੰਮਦੇ ਕੈਦੀਆਂ ਉੱਪਰ ਨਜ਼ਰ ਰੱਖਣੀ ਆਸਾਨ ਸੀ। ਅਧਿਕਾਰੀਆਂ ਨੂੰ ਕੈਦੀਆਂ ਨਾਲੋਂ ਆਪਣੀ ਸਹੂਲਤ ਦਾ ਵੱਧ ਫਿਕਰ ਸੀ। ਦੂਰ ਦੂਰ ਤੱਕ ਫੈਲੇ ਰੇਤੇ ਅਤੇ ਹਰਿਆਵਲ ਦੀ ਘਾਟ ਕਾਰਨ ਉੱਚੀਆਂ ਖੁਸ਼ਕ ਕੰਧਾਂ ਦੇਖ ਦੇਖ ਕੈਦੀਆਂ ਦੀਆਂ ਅੱਖਾਂ ਥੱਕ ਜਾਂਦੀਆਂ ਸਨ ਅਤੇ ਮਨ ਉਚਾਟ ਹੋ ਜਾਂਦਾ ਸੀ। ਸਾਲਾਂ ਬੱਧੀ ਕਿਸੇ ਕੁੱਤੇ ਬਿੱਲੇ ਤੱਕ ਹੀ ਚਿੜੀ ਕਾਂ ਤੱਕ ਦੀ ਝਲਕ ਨਹੀਂ ਸੀ ਪੈਂਦੀ। ਜਿਸ ਰਸਤੇ ਉੱਪਰ ਉਹਨਾਂ ਦੀ ਵੈਨ ਦੌੜ ਰਹੀ ਸੀ ਉਹਦੇ ਇੰਚ ਇੰਚ ਤੋਂ ਮੀਤਾ ਵਾਕਫ ਸੀ। ਜਿਸ ਵੈਨ 'ਚ ਉਹਨੂੰ ਲਿਜਾਇਆ ਜਾ ਰਿਹਾ ਸੀ ਉਸ 'ਚ ਘੁੱਪ ਹਨੇਰਾ ਸੀ। ਬਾਹਰ ਦੇਖਣ ਲਈ ਖਿੜਕੀਆਂ ਵਿੱਚ ਜੋ ਦੋ ਛੋਟੀਆਂ ਛੋਟੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਸੁਰੱਖਿਆ ਕਾਰਨਾਂ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਫਿਰ ਵੀ ਮੀਤਾ ਆਸਾਨੀ ਨਾਲ ਬਾਹਰਲੇ ਦ੍ਰਿਸ਼ਾਂ ਦੀ ਕਲਪਨਾ ਕਰ ਸਕਦਾ ਸੀ। ਸੜਕ ਦੇ ਦੋਵੇਂ ਪਾਸੇ ਉੱਗੇ ਦਰਖਤਾਂ ਦੀਆਂ ਟਹਿਣੀਆਂ ਚੱਲ ਰਹੀ ਮਿੰਨੀ ਮਿੰਨੀ ਹਵਾ ਨਾਲ ਝੂਮ ਰਹੀਆਂ ਸਨ। ਉਹਨਾਂ ਉੱਪਰ ਬੈਠੇ ਪੰਛੀ ਚਹਿਕ ਰਹੇ ਸਨ। ਹਰੇ ਭਰੇ ਖੇਤਾਂ 'ਚ ਕੰਮ ਕਰਦੀਆਂ ਸਵਾਣੀਆਂ ਆਪਸ 'ਚ ਛੇੜਖਾਨੀਆਂ ਕਰਦੀਆਂ ਚਾਂਬੜੇ ਪਾ ਰਹੀਆਂ ਸਨ। ਸਾਈਕਲਾਂ ਅਤੇ ਰੇਹੜਿਆਂ ਉੱਪਰ ਬੈਠ ਕੇ ਘਰਾਂ ਨੂੰ ਮੁੜਦੇ ਮਜ਼ਦੂਰ ਅਤੇ ਕਿਸਾਨ ਉੱਚੀਆਂ ਹੇਕਾਂ ਲਾ ਲਾ ਢੋਲੇ ਗਾ ਰਹੇ ਸਨ। ਉਮਰ ਭਰ ਲਈ ਰੇਗਿਸਤਾਨ 'ਚ ਕੈਦ ਹੋਣ ਤੋਂ ਪਹਿਲਾਂ ਸ਼ਹਿਰਾਂ 'ਤੇ ਹਰਿਆਵਲ ਦਾ ਸ਼ੌਕੀਨ ਮੀਤਾ ਆਪਣੇ ਮਨ ਉੱਪਰ ਇਹਨਾਂ ਮਨਮੋਹਕ ਦ੍ਰਿਸ਼ਾਂ ਨੂੰ ਉੱਕਰ ਲੈਣਾ ਚਾਹੁੰਦਾ ਸੀ ਤਾਂ ਜੋ ਭੈੜੇ ਖੁਸ਼ਕ ਦਿਨਾਂ 'ਚ ਇਹਨਾਂ ਦਾ ਸਹਾਰਾ ਲਿਆ ਜਾ ਸਕੇ। ਪਰ ਘੁੱਪ ਹਨੇਰੇ 'ਚ ਬੈਠੇ ਮੀਤੇ ਦੀ ਸਜ਼ਾ ਜੇਲ੍ਹ ਪੁੱਜਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਫਿਕਰਾਂ 'ਚ ਡੁੱਬੇ ਪਾਲੇ ਅਤੇ ਮੀਤੇ ਨੂੰ ਪਤਾ ਹੀ ਨਾ ਲੱਗਾ ਕਦੋਂ ਵੈਨ ਚੱਲੀ ਅਤੇ ਕਦੋਂ ਰੁਕੀ। ਵੈਨ ਦੇ ਰੁਕਦਿਆਂ ਉਹਨਾਂ ਨੂੰ ਜੇਲ੍ਹ ਤੱਕ ਛੱਡਣ ਆਈ ਪੁਲਿਸ ਹਰਕਤ 'ਚ ਆ ਗਈ। ਵੱਜਦੀਆਂ ਸੀਟੀਆਂ ਅਤੇ ਭਾਰੇ ਬੂਟਾਂ ਦੇ ਖੜਕੇ ਤੋਂ ਉਹਨਾਂ ਭਾਂਪ ਲਿਆ ਕਿ ਆਖਰੀ ਮੰਜ਼ਿਲ ਆ ਗਈ ਹੈ। ਗਾਰਦ ਦੇ ਮੁਖੀ ਹੌਲਦਾਰ ਨੇ ਆਪਣੀ ਜੇਬ ਵਿੱਚੋਂ ਚਾਬੀ ਕੱਢੀ, ਵੈਨ ਦਾ ਜਿੰਦਰਾ ਖੋਲ੍ਹਿਆ, ਕੈਦੀਆਂ ਦੇ ਲੱਗੀ ਹੱਥਕੜੀ ਠੀਕ ਠਾਕ ਹੋਣ ਦੀ ਤਸੱਲੀ ਕੀਤੀ। ਫਿਰ ਉਹਨਾਂ ਨੂੰ ਵੈਨ ਵਿੱਚੋਂ ਬਾਹਰ ਆਉਣ ਦਾ ਹੁਕਮ ਹੋਇਆ। ਵੈਨ ਦੇ ਅੱਗੇ ਅੱਗੇ ਚੱਲ ਰਹੀ ਜੀਪ ਵਿੱਚ ਬੈਠੇ ਥਾਣੇਦਾਰ ਨੇ ਸੰਤਰੀ ਨੂੰ ਪਹਿਲਾਂ ਚੁਕੰਨਾ ਕਰ ਦਿੱਤਾ ਸੀ। ਇਹਨਾਂ ਖਤਰਨਾਕ ਕੈਦੀਆਂ ਦੇ ਸਾਥੀ ਇਹਨਾਂ ਨੂੰ ਜੇਲ੍ਹ ਦੇ ਦਰਵਾਜ਼ੇ ਕੋਲੋਂ ਵੀ ਛੁਡਾ ਲੈਣ ਦੀ ਜੁਰਅਤ ਰੱਖਦੇ ਹਨ। ਪੁਲਿਸ ਕੈਦੀਆਂ ਦੇ ਫਰਾਰ ਹੋਣ ਦਾ ਜੋਖਮ ਨਹੀਂ ਸੀ ਉਠਾ ਸਕਦੀ, ਇਸ ਲਈ ਵੈਨ ਨੂੰ ਜੇਲ੍ਹ ਦੇ ਮੁੱਖ ਦਰਵਾਜ਼ੇ ਤੱਕ ਆਉਣ ਦੀ ਇਜਾਜ਼ਤ ਉਹਨੇ ਲੈ ਲਈ ਸੀ। ਵੈਨ ਦੇ ਦਰਵਾਜ਼ੇ ਕੋਲ ਪੁੱਜਣ ਤੋਂ ਪਹਿਲਾਂ ਹੀ ਫੁਰਤੀ ਨਾਲ ਸੰਤਰੀ ਨੇ ਵੱਡੇ ਦਰਵਾਜ਼ੇ ਦੀ ਛੋਟੀ ਖਿੜਕੀ ਖੋਲ੍ਹ ਦਿੱਤੀ। ਵੈਨ ਵਿੱਚ ਉਤਰਦਿਆਂ ਹੀ ਪਾਲੇ ਅਤੇ ਮੀਤੇ ਨੂੰ ਦਰਵਾਜ਼ੇ ਵੱਲ ਦੌੜਨ ਦਾ ਹੁਕਮ ਹੋਇਆ। ਦਰਵਾਜ਼ੇ 'ਚ ਦਾਖਲ ਹੋਣ ਤੋਂ ਪਹਿਲਾਂ ਜਿਉਂ ਹੀ ਮੀਤੇ ਨੇ ਪਿਛਾਂਹ ਮੁੜ ਕੇ ਸੜਕ ਉੱਪਰ ਟਹਿਲਦੇ ਲੋਕਾਂ ਅਤੇ ਹਰੇ ਭਰੇ ਖੇਤਾਂ ਨੂੰ ਨਿਹਾਰਨਾ ਚਾਹਿਆ ਤਿਉਂ ਹੀ ਇੱਕ ਮੁੱਕਾ ਉਹਦੇ ਮੋਹਰਾਂ 'ਚ ਵੱਜਿਆ ਅਤੇ ਉਹਨੂੰ ਘੁਮੇਰ ਆ ਗਈ। ਕਿਹੜੇ ਖਸਮਾਂ ਨੂੰ ਉਡੀਕਦਾ, ਤੈਨੂੰ ਛੁਡਾਉਣ ਕੋਈ ਨਹੀਂ ਆਇਆ, ਆਖਦੇ ਹੌਲਦਾਰ ਨੇ ਹੱਥਕੜੀ ਵਾਲਾ ਸੰਗਲ ਖਿੱਚ ਕੇ ਦੋਹਾਂ ਨੂੰ ਆਪਣੇ ਵੱਲ ਧੋਇਆ ਅਤੇ ਧੱਕਾ ਦੇ ਕੇ ਖਿੜਕੀ ਵਰਗੇ ਛੋਟੇ ਦਰਵਾਜ਼ੇ ਰਾਹੀਂ ਜੇਲ੍ਹ ਦੀ ਡਿਓੜੀ ਵਿੱਚ ਸੁੱਟ ਦਿੱਤਾ। ਅੰਗ ਦੂਸਰਾ। ਅਚਾਨਕ ਪਏ ਧੱਕੇ ਕਾਰਨ ਦੋਹਾਂ ਦਾ ਸੰਤੁਲਨ ਵਿਗੜ ਗਿਆ। ਇੱਕ ਲੱਤੋਂ ਕਮਜ਼ੋਰ ਹੋਣ ਕਾਰਨ ਪਾਲਾ ਧੜਾ ਮੁੱਕਦੇ ਨੇ ਫਰਸ਼ 'ਤੇ ਜਾ ਡਿੱਗਾ, ਉਹਦੇ ਗਿੱਟੇ ਗੋਡੇ ਰਗੜੇ ਗਏ, ਰਗੜਾਂ ਵਿੱਚੋਂ ਖੂਨ ਸਿੰਮਣ ਲੱਗਾ। ਡਰਦਾ ਮਾਰਾ ਇੱਕ ਨੁੱਕਰ ਵੱਲ ਖਿਸਕ ਕੇ ਪਾਲਾ ਸੱਟਾਂ ਵਿੱਚੋਂ ਉੱਠੇ ਦਰਦ ਨੂੰ ਅੰਦਰ ਹੀ ਅੰਦਰ ਪੀਣ ਦਾ ਯਤਨ ਕਰਨ ਲੱਗਾ। ਮੀਤਾ ਫੁਰਤੀਲਾ ਸੀ, ਡਿੱਕ ਡੋਲੇ ਖਾਂਦਾ ਖਾਂਦਾ ਉਹ ਸੰਭਲ ਗਿਆ ਅਤੇ ਸੱਟ ਫੇਟ ਤੋਂ ਬਚ ਗਿਆ। ਭੀੜ ਭੜੱਕੇ ਤੋਂ ਬਚਣ ਲਈ ਉਹ ਪਾਲੇ ਕੋਲ ਜਾ ਖਲੋਤਾ ਅਤੇ ਕੇਂਦਰੀ ਜੇਲ੍ਹ ਦੀ ਡਿਊੜੀ ਦਾ ਜਾਇਜ਼ਾ ਲੈਣ ਲੱਗਾ। ਜਿਵੇਂ ਗੁਹਾਰਿਆਂ ਤੋਂ ਪਿੰਡ ਦੀ ਪਛਾਣ ਹੋ ਜਾਂਦੀ ਹੈ, ਉਸੇ ਤਰ੍ਹਾਂ ਡਿਊੜੀ ਤੋਂ ਜੇਲ੍ਹ ਅੰਦਰ ਲਈ ਮਾਹੌਲ ਦਾ ਜਾਇਜ਼ਾ ਲੱਗ ਜਾਂਦਾ। ਮੀਤਾ ਆਪਣੇ ਉਸਤਾਦ ਦੇ ਇਸ ਉਪਦੇਸ਼ ਨੂੰ ਪਰਖਣ ਲੱਗਾ। ਮੀਤੇ ਨੂੰ ਦੈਂਤ ਵਰਗੇ ਦੋ ਲੰਮੇ ਚੌੜੇ ਦਰਵਾਜ਼ਿਆਂ 'ਚ ਘਿਰੀ ਇਸ ਜੇਲ੍ਹ ਦੀ ਡਿਊੜੀ ਵੀ ਆਮ ਜੇਲ੍ਹਾਂ ਵਰਗੀ ਹੀ ਲੱਗੀ। ਉਸੇ ਤਰ੍ਹਾਂ ਖੱਬੇ ਹੱਥ ਛੋਟੇ ਜੇਲ੍ਹ ਅਧਿਕਾਰੀਆਂ ਦੇ ਅਤੇ ਸੱਜੇ ਹੱਥ ਵੱਡੇ ਅਧਿਕਾਰੀਆਂ ਦੇ ਦਫ਼ਤਰ ਸਨ। ਇਸ ਡਿਊੜੀ ਦੀ ਇੱਕ ਕੰਧ ਉੱਪਰ ਵੀ ਕਾਲਾ ਰੰਗ ਕਰਕੇ ਨੋਟਿਸ ਬੋਰਡ ਬਣਾਇਆ ਗਿਆ ਸੀ, ਜਿਸ ਉੱਪਰ ਡਿਊਟੀ 'ਤੇ ਤੈਨਾਤ ਕਰਮਚਾਰੀਆਂ ਦੇ ਨਾਂ ਲਿਖੇ ਹੋਏ ਸਨ। ਨੋਟਿਸ ਬੋਰਡ ਦੇ ਨਾਲ ਹੀ ਆਦਮ ਕੱਦ ਸ਼ੀਸ਼ਾ ਲੱਗਾ ਹੋਇਆ ਸੀ, ਜਿਸ 'ਚ ਹਰ ਆਉਂਦਾ ਜਾਂਦਾ ਕੈਦੀ ਅਤੇ ਕਰਮਚਾਰੀ ਆਪਣਾ ਹੁਲੀਆ ਦੇਖਦਾ ਸੀ। ਨੋਟਿਸ ਬੋਰਡ ਦੇ ਸਾਹਮਣੇ ਵਾਲੀ ਕੰਧ ਉੱਪਰ ਦੋ ਵੱਡੀਆਂ ਮੋਟੀਆਂ ਹੁੱਕਾਂ ਗੱਡੀਆਂ ਸਨ।
ਇੱਕ ਹੁੱਕ ਉੱਪਰ ਬਿਗਲ ਟੰਗਿਆ ਹੋਇਆ ਸੀ ਜਿਹੜਾ ਖਤਰੇ ਸਮੇਂ ਵਜਾਇਆ ਜਾਂਦਾ ਸੀ। ਦੂਜੀ ਹੁੱਕ ਉੱਪਰ ਇੱਕ ਲੋਹੇ ਦੀ ਮਜ਼ਬੂਤ ਟੱਲੀ ਲੱਗੀ ਸੀ ਜਿਹਨੂੰ ਹਰ ਘੰਟੇ ਬਾਅਦ ਵਜਾਇਆ ਜਾਂਦਾ ਸੀ। ਘੰਟੀ ਦੇ ਨਾਲ ਇੱਕ ਬਕਸਾ ਟੰਗਿਆ ਹੋਇਆ ਸੀ ਜਿਸ ਵਿਚਲੀਆਂ ਛੋਟੀਆਂ ਹੁੱਕਾਂ ਉੱਪਰ ਚਾਬੀਆਂ ਦੇ ਗੁੱਛੇ ਲਟਕ ਰਹੇ ਸਨ। ਅੰਦਰਲੇ ਦਰਵਾਜ਼ੇ ਦਾ ਸੰਤਰੀ ਮੋਢੇ ਉੱਪਰ ਬੰਦੂਕ ਟੰਗੀ ਪੈਰੇ ਉੱਪਰ ਖੜਾ ਸੀ। ਉਹਦੇ ਕੋਲ ਹੀ ਬੰਦੇ ਦੀ ਹਿੱਕ ਜਿੰਨਾ ਉੱਚਾ ਮੇਜ਼ ਪਿਆ ਸੀ ਜਿਸ ਉੱਪਰ ਰੋਜ਼ ਨਾਮਚਾ ਰੱਖਿਆ ਹੋਇਆ ਸੀ। ਕੈਦੀ ਮੁਨਸ਼ੀ ਰੋਜ਼ ਨਾਮਚੇ 'ਚ ਲਿਖਾ ਪੜ੍ਹੀ ਕਰਨ 'ਚ ਮਗਨ ਸੀ। ਮੀਤੇ ਨੂੰ ਸਿਰਫ ਇੰਨਾ ਕੁ ਹੀ ਫਰਕ ਨਜ਼ਰ ਆਇਆ ਕਿ ਇਸ ਡਿਊਟੀ ਦੀ ਲੰਬਾਈ ਚੌੜਾਈ ਕੁਝ ਵੱਧ ਸੀ ਤੇ ਫਰਸ਼ ਵੀ ਇੱਟਾਂ ਦਾ ਸੀ। ਅਫਸਰਾਂ ਦੀ ਗਿਣਤੀ ਵੱਧ ਹੋਣ ਕਾਰਨ ਸੇਵਾ ਵਿੱਚ ਲੱਗੇ ਕੈਦੀਆਂ ਦੀ ਗਿਣਤੀ ਵੱਧ ਨਜ਼ਰ ਆਉਂਦੀ ਸੀ। ਸਫੈਦ ਕੁੜਤਾ ਪਜਾਮਾ ਪਾਈ ਕਦੇ ਕੋਈ ਕੈਦੀ ਚਾਹ ਦੀਆਂ ਪਿਆਲੀਆਂ ਵਾਲੀ ਟ੍ਰੇ ਚੱਕੀ ਦਫ਼ਤਰ ਵੱਲ ਨੂੰ ਜਾਂਦਾ ਨਜ਼ਰ ਆ ਜਾਂਦਾ ਤੇ ਕਦੇ ਕੋਈ ਰਜਿਸਟਰ ਕਾਪੀਆਂ ਚੁੱਕੀ ਦਫ਼ਤਰ ਬਾਹਰ ਨਿਕਲਦਾ। ਲੰਬੀ ਕੈਦ ਭੁਗਤ ਲੈਣ ਦਾ ਤਜਰਬਾ ਹੋ ਜਾਣ ਕਾਰਨ ਇਹਨਾਂ ਦੇ ਚਿਹਰਿਆਂ ਤੇ ਤਣਾਓ ਵੀ ਘੱਟ ਸੀ ਤੇ ਸ਼ਿਕਨ ਵੀ। ਜਾਪਦਾ ਸੀ ਜਿਵੇਂ ਇਹਨੇ ਕੈਦੀਆਂ ਨੇ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ ਸੀ। ਡਿਊਟੀ ਤੇ ਅਫਸਰਾਂ ਦੀ ਸੇਵਾ ਵਿੱਚ ਰੁੱਝੇ ਸ਼ਾਂਤ ਕੈਦੀਆਂ ਨੂੰ ਦੇਖ ਕੇ ਮੀਤੇ ਦਾ ਡੋਲਦਾ ਮਨ ਥਾਂ ਸਿਰ ਆਉਣ ਲੱਗਾ। ਪਾਲੇ ਤੇ ਮੀਤੇ ਦੇ ਡਿਊਟੀ 'ਚ ਪ੍ਰਵੇਸ਼ ਕਰਦਿਆਂ ਹੀ ਸੁਸਤ ਪਏ ਜੇਲ੍ਹ ਤੇ ਪੁਲਿਸ ਅਧਿਕਾਰੀ ਹਰਕਤ 'ਚ ਆ ਗਏ। ਜੇਲ੍ਹ ਦੇ ਕਾਇਦੇ ਅਨੁਸਾਰ ਉਹਨਾਂ ਕੈਦੀਆਂ ਨੂੰ ਹੀ ਜੇਲ੍ਹ 'ਚ ਪ੍ਰਵੇਸ਼ ਕਰਵਾਇਆ ਜਾਂਦਾ ਸੀ ਜਿਹੜੇ 5 ਵਜੇ ਤੱਕ ਜੇਲ੍ਹ ਦੀ ਡਿਊਟੀ ਤੱਕ ਪਹੁੰਚ ਜਾਂਦੇ ਸਨ। ਲੇਟ ਹੋਏ ਕੈਦੀਆਂ ਨੂੰ ਰਾਤ ਬਾਹਰ ਕਿਸੇ ਥਾਣੇ 'ਚ ਕੱਟਣੀ ਪੈਂਦੀ ਸੀ। ਵਿਗੜੇ ਹਾਲਾਤ ਕਾਰਨ ਥਾਣੇ ਵਾਲੇ ਕੈਦੀਆਂ ਨੂੰ ਰਾਤ ਕਟਾਉਣ 'ਚ ਆਨਾ ਕਾਨੀ ਕਰਦੇ ਸਨ। ਖੱਜਲ ਖੁਆਰੀ ਤੋਂ ਬਚਣ ਲਈ ਕੈਦੀਆਂ ਨੂੰ ਜੇਲ੍ਹ ਛੱਡਣ ਆਏ ਪੁਲਿਸ ਕਰਮਚਾਰੀਆਂ ਦਾ ਇਹ ਯਤਨ ਹੁੰਦਾ ਸੀ ਕਿ 5 ਵਜੇ ਤੋਂ ਪਹਿਲਾਂ ਹੀ ਜੇਲ੍ਹ ਪਹੁੰਚ ਜਾਣ। 2 ਹੋਰ ਅਦਾਲਤਾਂ ਵੱਲੋਂ 2 ਹੋਰ ਕੈਦੀਆਂ ਨੂੰ ਸਜ਼ਾ ਸੁਣਾਈ ਗਈ ਸੀ। ਉਹਨਾਂ ਕੈਦੀਆਂ ਨੂੰ ਲੈ ਕੇ ਪੁਲਿਸ ਕਰਮਚਾਰੀ 4 ਵਜੇ ਜੇਲ੍ਹ ਅੱਪੜ ਗਏ ਸਨ। ਉਹਨਾਂ ਪੁਲਿਸ ਕਰਮਚਾਰੀਆਂ ਦਾ ਜਲਦੀ ਫਾਰਗ ਹੋਣ 'ਤੇ ਜ਼ੋਰ ਲੱਗਾ ਹੋਇਆ ਸੀ। ਉਹ ਵੀ ਕੈਦੀਆਂ ਨੂੰ 50-50 ਮੀਲ ਦੂਰੋਂ ਲੈ ਕੇ ਆਏ ਸਨ। ਭੈੜੇ ਦਿਨ ਹੋਣ ਕਾਰਨ ਸੂਰਜ ਦੇ ਛਿਪਦਿਆਂ ਹੀ ਬੱਸਾਂ ਚੱਲਣੀਆਂ ਬੰਦ ਹੋ ਜਾਂਦੀਆਂ ਸਨ। ਵਰਦੀ ਵਾਲੇ ਪੁਲਿਸ ਕਰਮਚਾਰੀਆਂ ਨੂੰ ਆਮ ਲੋਕਾਂ ਨਾਲੋਂ ਵੱਧ ਖਤਰਾ ਹੁੰਦਾ ਸੀ। ਜੇ ਸਮੇਂ ਸਿਰ ਉਹਨਾਂ ਨੂੰ ਫਾਰਗ ਨਾ ਕੀਤਾ ਗਿਆ ਤਾਂ ਉਹਨਾਂ ਨੂੰ ਰਾਤ ਕਿਸੇ ਥਾਣੇ 'ਚ ਕੱਟਣੀ ਪੈਣੀ ਸੀ। ਅਗਲੇ ਦਿਨ ਅਫਸਰਾਂ ਨੇ ਵੱਖ ਝਿੜਕਾਂ ਦੇਣੀਆਂ ਸਨ। ਦੋਸ਼ ਲੱਗਣਾ ਸੀ ਉਹ ਜਾਣਬੁੱਝ ਕੇ ਲੇਟ ਹੋਏ ਸਨ ਤੇ ਰਾਤ ਘਰੇ ਕੱਟ ਕੇ ਆਏ ਸਨ। ਜੇਲ੍ਹ ਅਧਿਕਾਰੀ ਉਹਨਾਂ ਦੀ ਮਜਬੂਰੀ ਸਮਝਦੇ ਸਨ, ਪਰ ਉਹਨਾਂ ਦੀ ਮਜਬੂਰੀ ਪੁਲਿਸ ਵਾਲੇ ਨਹੀਂ ਸਨ ਸਮਝ ਰਹੇ। ਪਹਿਲੀ ਵਾਰ ਦੇ 2 ਅੱਤਵਾਦੀਆਂ ਨੂੰ ਸਜ਼ਾ ਹੋਈ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਅੱਧਾ ਸ਼ਹਿਰ ਅੱਤਵਾਦੀਆਂ ਨੂੰ ਬੇਕਸੂਰ ਆਖ ਰਿਹਾ ਸੀ। ਉਹਨਾਂ ਦੇ ਹੱਕ 'ਚ ਜਲੂਸ ਨਿਕਲ ਰਿਹਾ ਸੀ ਤੇ ਜਲਸਾ ਹੋ ਰਿਹਾ ਸੀ। ਅਦਾਲਤ ਵਿੱਚ ਜੱਜ ਦੇ ਖਿਲਾਫ ਨਾਅਰੇਬਾਜ਼ੀ ਹੋਈ ਸੀ। ਪੁਲਿਸ ਨੂੰ ਦੋਹਾਂ ਪਾਸਿਆਂ ਤੋਂ ਖਤਰਾ ਸੀ। ਅੱਤਵਾਦੀ ਰਸਤੇ 'ਚ ਵੈਨ ਉੱਪਰ ਹਮਲਾ ਕਰਕੇ ਉਹਨਾਂ ਨੂੰ ਛੁਡਾ ਸਕਦੇ ਹਨ। ਖਤਰਨਾਕ ਅੱਤਵਾਦੀਆਂ ਨੂੰ ਸਜ਼ਾ ਹੋਣ ਬਾਅਦ ਰਾਤ ਨੂੰ ਥਾਣੇ ਰੱਖਣਾ ਖਤਰੇ ਤੋਂ ਖਾਲੀ ਨਹੀਂ ਸੀ। ਅੱਤਵਾਦੀ ਥਾਣੇ 'ਤੇ ਹਮਲਾ ਕਰਕੇ ਉਹਨਾਂ ਨੂੰ ਛੁਡਾਉਣ ਦਾ ਯਤਨ ਕਰ ਸਕਦੇ ਸਨ। ਸਮੇਂ ਦੀ ਨਜ਼ਾਕਤ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਜੇਲ੍ਹ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਜੇਲ੍ਹ ਦੇ ਰੋਜ਼ਨਾਮਚੇ ਤੇ ਰਜਿਸਟਰ ਖੁੱਲ੍ਹੇ ਰੱਖੇ ਜਾਣ। ਅੱਤਵਾਦੀਆਂ ਨੂੰ ਜੇਲ੍ਹ ਤੱਕ ਪੁੱਜਦਾ ਕਰਨ ਲਈ ਕੁਝ ਦੇਰ ਹੋ ਸਕਦੀ ਸੀ। ਕੁਝ ਦੇਰ ਲੰਬੀ ਦੇਰ ਵਿੱਚ ਬਦਲ ਗਈ ਸੀ। ਇਸ ਜੇਲ੍ਹ 'ਚ ਜੇਲ੍ਹ ਅਧਿਕਾਰੀਆਂ ਦਾ ਕੋਈ ਕਸੂਰ ਨਹੀਂ ਸੀ। ਪੁਲਿਸ ਕਰਮਚਾਰੀ ਜ਼ਿਲ੍ਹਾ ਅਧਿਕਾਰੀਆਂ ਉੱਪਰ ਦੋਸ਼ ਲਗਾ ਰਹੇ ਸਨ। ਉਹ ਜਾਣਬੁੱਝ ਕੇ ਦੇਰ ਕਰ ਰਹੇ ਸਨ। ਜੇਲ੍ਹ ਅਧਿਕਾਰੀ ਉਹਨਾਂ ਤੋਂ ਕੈਦੀਆਂ ਦੇ ਵਾਰੰਟ ਫੜਨ ਤੇ ਪਹੁੰਚ ਰਸੀਦਾਂ ਉਹਨਾਂ ਦੇ ਹਵਾਲੇ ਕਰਨ, ਬਾਕੀ ਲਿਖਾ ਪੜ੍ਹੀ ਫੇਰ ਕਰਦੇ ਰਹਿਣ। ਜੇਲ੍ਹ ਅਧਿਕਾਰੀ ਕਹਿ ਰਹੇ ਸਨ ਕਿ ਥਾਣਾ ਨਹੀਂ ਸੀ ਕਿ ਰੋਜ਼ਨਾਮਚੇ ਜਿੰਨਾ ਚਿਰ ਮਰਜ਼ੀ ਖੁੱਲ੍ਹੇ ਰੱਖੇ ਜਾਣ ਤੇ ਪਿੱਛੋਂ ਭਰ ਲਏ ਜਾਣ। ਆਉਣ ਵਾਲੇ ਕੈਦੀ ਖਤਰਨਾਕ ਸਨ। ਰਸਤੇ ਵਿੱਚ ਉਹਨਾਂ ਨੂੰ ਛੁਡਾਇਆ ਜਾ ਸਕਦਾ ਸੀ ਤੇ ਮੁਕਾਬਲੇ 'ਚੋਂ ਮਰ ਵੀ ਸਕਦੇ ਸਨ। ਉਹਨਾਂ ਕੈਦੀਆਂ ਨੂੰ ਸਹੀ ਸਲਾਮਤ ਜੇਲ੍ਹ ਪੁੱਜਣ ਤੱਕ ਜੇਲ੍ਹ ਅਧਿਕਾਰੀ ਪਹਿਲਾਂ ਆਏ ਕੈਦੀਆਂ ਦੀ ਆਮਦ ਨਹੀਂ ਸਨ ਪਾ ਸਕਦੇ। ਪੁਲਿਸ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਰਸੀਦਾਂ ਉੱਪਰ ਰਪਟ ਨੰਬਰ 'ਤੇ ਸਮਾਂ ਪਾਇਆ ਜਾਣਾ ਸੀ, ਜੋ ਸਾਰੇ ਕੈਦੀਆਂ ਦੇ ਜੇਲ੍ਹ ਪੁੱਜ ਜਾਣ ਤੱਕ ਨਹੀਂ ਸੀ ਪਾਇਆ ਜਾ ਸਕਦਾ। ਪਾਲੇ ਤੇ ਮੀਤੇ ਦੇ ਜੇਲ੍ਹ ਪੁੱਜਦੇ ਹੀ ਇਹ ਤਕਰਾਰ ਖਤਮ ਹੋ ਗਿਆ। ਸਾਰੇ ਗਿਲੇ ਸ਼ਿਕਵੇ ਭੁਲਾ ਕੇ ਹਰ ਕੋਈ ਇੱਕ ਦੂਜੇ ਦੀ ਮਦਦ ਕਰਨ 'ਚ ਰੁੱਝ ਗਿਆ। ਸਭ ਤੋਂ ਪਹਿਲਾਂ ਆਇਆ ਕੈਦੀ ਚਿੱਟਾ ਕੁੜਤਾ ਪਜਾਮਾ ਪਾਈ ਬੈਠਾ ਇੱਕ ਮੋਟਾ ਤਾਜ਼ਾ ਸੇਠ ਸੀ। ਉਹਦੀ ਸੂਰ ਵਰਗੀ ਗਰਦਨ 'ਚ 3-4 ਤੋਲੇ ਦੀ ਚੇਨ ਲਿਸ਼ਕਾਂ ਮਾਰ ਰਹੀ ਸੀ। ਸੱਜੀ ਬਾਂਹ 'ਚ ਇੰਨਾ ਹੀ ਭਾਰਾ ਕੜਾ ਤੇ ਦੋਵਾਂ ਹੱਥਾਂ ਦੀਆਂ 3-3 ਉਂਗਲਾਂ 'ਚ ਨਗ ਜੜੀਆਂ ਨਿੱਗਰ ਸੋਨੇ ਦੀਆਂ ਮੁੰਦਰੀਆਂ ਸਨ। ਮੀਤੇ ਦੀ ਨਜ਼ਰ ਉੱਤੇ ਟਿਕੀ ਹੋਈ ਸੀ। ਰੁਮਾਲ ਦੇ ਹੇਠ ਇੱਕ ਭਾਰੀ ਬਟੂਆ ਝੂਟੇ ਖਾ ਰਿਹਾ ਸੀ। ਇਹ ਨੋਟਾਂ ਦਾ ਭਰਿਆ ਹੋਇਆ ਸੀ। ਮੀਤੇ ਦੀ ਪਾਰਖੂ ਅੱਖ ਨੇ ਅੰਦਾਜ਼ਾ ਲਾ ਲਿਆ ਸੀ ਇਹ ਕੋਈ ਭੋਲਾ ਪੰਛੀ ਹੈ।
ਸੋਨੇ ਨਾਲ ਲੱਦਿਆ ਏ ਉਂਝ ਹੀ ਲਾਇਆ ਜਿਵੇਂ ਕੋਈ ਸੱਜ ਵੋਟ ਵਿਆਹੀ ਵੋਟੀ ਸਹੁਰੇ ਚੱਲੀ ਹੋਵੇ। ਸਹੁਰੇ ਨੂੰ ਪਤਾ ਨਹੀਂ ਇਹ ਚੱਕਰ 'ਚ ਜਾਂਦਿਆਂ ਹੀ ਲੁੱਟ ਲਿਆ ਜਾਏਗਾ। ਜੇਲ੍ਹ ਦੇ ਕਾਇਦੇ ਮਨੁੱਖ ਕਾਨੂੰਨ ਤੋਂ ਵਾਕਫ ਮੀਤੇ ਨੇ ਆਪਣੀ ਚਿੰਤਾ ਪਾਲੇ ਨਾਲ ਸਾਂਝੀ ਕੀਤੀ। ਮਾਇਆ ਦੇ ਸਹਾਰੇ ਵਧੀਕ ਬੈਰਕ 'ਚ ਪੁੱਜ ਜਾਏਗਾ, ਵਧੀਆ ਬੈਰਕ 'ਚ ਪੁੱਜ ਜਾਏਗਾ। ਪਾਲੇ ਨੇ ਆਪਣੀ ਤਜਰਬੇ ਦੇ ਆਧਾਰ 'ਤੇ ਸਿੱਟਾ ਕੱਢਿਆ। ਆਪਾਂ ਨੂੰ ਇਹਦੀ ਅਮੀਰੀ ਦਾ ਕੀ ਭਾਅ, ਆਖਦੇ ਮੀਤੇ ਨੇ ਧਿਆਨ ਸੇਠ ਵੱਲੋਂ ਹਟਾ ਕੇ ਦੂਜੇ ਕੈਦੀਆਂ ਵੱਲ ਕੀਤਾ। ਘੋਰ ਨਿਰਾਸ਼ਾ 'ਚ ਡੁੱਬੇ ਇਸ ਕੈਦੀ ਦੀ ਉਮਰ ਦਾ ਅੰਦਾਜ਼ਾ ਨਹੀਂ ਸੀ ਲੱਗ ਰਿਹਾ। ਕਦੇ ਉਹ ਨੌਜਵਾਨ ਲੱਗਦਾ, ਕਦੇ ਅਧਖੜ, ਚਿਹਰੇ ਦੇ ਤੇਜ਼ੀ ਨਾਲ ਬਦਲਦੇ ਭਾਵਾਂ ਤੋਂ ਕਦੇ ਉਹ ਬਹਾਦਰ ਲੱਗਦਾ ਸੀ, ਕਦੇ ਡਰਪੋਕ। ਤੇੜ ਪਾਈ ਅੱਧੋ ਰਾਣੇ ਪੈਂਟ ਕਮੀਜ਼ ਤੋਂ ਉਹਦੇ ਸਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ ਦਾ ਅੰਦਾਜ਼ਾ ਲੱਗਦਾ ਸੀ। ਜੇਲ੍ਹ ਦੇ ਨਿਯਮਾਂ ਤੋਂ ਸੁਚੇਤ ਜਾਪਦਾ ਸੀ, ਨਾ ਉਹਦੀ ਜੇਬ 'ਚ ਕੋਈ ਬਟੂਆ ਸੀ, ਨਾ ਹੀ ਕਿਸੇ ਉਂਗਲ ਵਿੱਚ ਛਾਪ ਛੱਲਾ। ਕਮੀਜ਼ ਦੀ ਜੇਬ 'ਚ ਕੁਝ ਕਾਗਜ਼ ਸਨ, ਹੋ ਸਕਦਾ ਕਾਗਜ਼ਾਂ 'ਚ ਕੋਈ ਨੋਟ ਵੀ ਹੋਵੇ। ਉਹਦੇ ਗਲ 'ਚ ਇੱਕ ਝੋਲਾ ਲਟਕ ਰਿਹਾ ਸੀ ਜਿਸ 'ਚ ਕੁਝ ਕਿਤਾਬਾਂ ਸਨ। ਝੋਲੇ ਤੋਂ ਅੰਦਾਜ਼ਾ ਲੱਗਦਾ ਸੀ ਉਹ ਕੋਈ ਸਿਆਸੀ ਕਾਰਕੁਨ ਸੀ ਅਤੇ ਉਹਨੂੰ ਕਿਸੇ ਸਿਆਸੀ ਕੇਸ ਵਿੱਚ ਸਜ਼ਾ ਹੋਈ ਸੀ। ਪਰ ਚਿਹਰੇ 'ਤੇ ਛਾਈ ਪਿਲੱਤਣ ਤੋਂ ਇਹ ਅੰਦਾਜ਼ਾ ਗਲਤ ਸਾਬਤ ਹੁੰਦਾ ਸੀ। ਕੌਣ ਹੈ ਹੁਣੇ ਪਤਾ ਲੱਗ ਜਾਏਗਾ, ਵਾਰੰਟ ਖੁੱਲ੍ਹਣ ਦੇ, ਸੋਚਦਾ ਮੀਤਾ ਅਗਲੀ ਕਾਰਵਾਈ ਦੀ ਉਡੀਕ ਕਰਨ ਲੱਗਾ। ਸੇਠ ਪਹਿਲਾਂ ਆਇਆ ਸੀ, ਉਸ ਨਾਲ ਆਏ ਹੌਲਦਾਰ ਨੂੰ ਪਹਿਲਾਂ ਫਾਰਗ ਕੀਤਾ ਜਾਣਾ ਸੀ। ਮੁਨਸ਼ੀ ਵੱਲੋਂ ਹਰੀ ਝੰਡੀ ਮਿਲਣ 'ਤੇ ਹੌਲਦਾਰ ਫੁਰਤੀ ਨਾਲ ਸੇਠ ਨੂੰ ਦਫ਼ਤਰ ਲੈ ਵੜਿਆ। ਫੁਰਤੀਲਾ ਮੁਨਸ਼ੀ ਪਹਿਲਾਂ ਹੀ ਲਿਖਾ ਪੜ੍ਹੀ ਮੁਕੰਮਲ ਕਰੀ ਬੈਠਾ ਸੀ। ਇੱਕ ਦੋ ਮਿੰਟ 'ਚ ਉਹਨੇ ਖਾਨਾ ਪੂਰਤੀ ਮੁਕੰਮਲ ਕੀਤੀ ਅਤੇ ਪਹੁੰਚ ਹੌਲਦਾਰ ਦੇ ਹੱਥ ਫੜਾ ਦਿੱਤੀ। ਖੁਸ਼ ਹੋਏ ਹੌਲਦਾਰ ਨੇ ਸੇਠ ਦੀ ਬਾਂਹ ਡਿਉੜੀ ਵਿੱਚ ਬੈਠੇ ਬੁੱਢੇ ਵਾਰਡਨ ਨੂੰ ਫੜਾਈ ਅਤੇ ਆਪ ਪੱਤਰਾ ਵਾਜ ਗਿਆ। ਕਈ ਘੰਟੇ ਹੌਲਦਾਰ ਨਾਲ ਰਹਿਣ ਕਾਰਨ ਸੇਠ ਉਸ ਨਾਲ ਘੁਲ ਮਿਲ ਗਿਆ ਸੀ। ਉਹਦੇ ਸਾਥ ਛੱਡਦਿਆਂ ਹੀ ਸੇਠ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗਾ ਅਤੇ ਡਰ ਨਾਲ ਕੰਬਦਾ ਉਹ ਬਿਟਰ ਬਿਟਰ ਤੱਕਣ ਲੱਗਾ ਜਿਵੇਂ ਮੇਲੇ 'ਚ ਗੰਗ ਵਾਚੀ ਹੋਵੇ। ਸੇਠ ਨੂੰ ਕੋਲ ਬਿਠਾ ਕੇ ਬੁੱਢਾ ਵਾਰਡਰ ਆਪਣਾ ਸਰਕਾਰੀ ਫਰਜ਼ ਨਿਭਾਉਣ ਲੱਗਾ। ਹੌਸਲੇ ਨਾਲ ਵਕਤ ਕੱਟੋ, ਦਿਲ ਛੱਡਿਆ ਤਾਂ ਦਿਨ ਪਹਾੜ ਜੱਡਾ ਲੱਗੇਗਾ, ਭਾਣਾ ਮੰਨਿਆ ਤਾਂ ਸਾਲ ਪਲਾਂ 'ਚ ਲੰਘ ਜਾਣਗੇ। ਪਾਲਾ ਅਤੇ ਮੀਤਾ ਪਹਿਲੀ ਵਾਰ ਜੇਲ੍ਹ ਨਹੀਂ ਸੀ ਆਏ। ਹਰ ਵਾਰ ਉਹਨਾਂ ਨੂੰ ਇਹੋ ਜਿਹੀ ਨਸੀਹਤ ਸੁਣਾਈ ਜਾਂਦੀ ਸੀ। ਸਰਕਾਰ ਨੇ ਜਿਵੇਂ ਕੈਦੀਆਂ ਦਾ ਹੌਸਲਾ ਵਧਾਉਣ ਲਈ ਬੁੱਢੇ ਵਾਰਡਰਾਂ ਨੂੰ ਡਿਊਟੀ 'ਚ ਲਾਇਆ ਸੀ, ਬੁੱਢੇ ਵਾਰਡਰ ਦੀਆਂ ਗੱਲਾਂ ਵੱਲੋਂ ਧਿਆਨ ਹਟਾ ਕੇ ਉਹ ਨੌਜਵਾਨ ਬਾਰੇ ਜਾਣਨ ਲਈ ਕਾਹਲੇ ਪੈਣ ਲੱਗੇ। ਬੁੱਢੇ ਵਾਰਡਰ ਨੇ ਆਪਣਾ ਸਰਕਾਰੀ ਫਰਜ਼ ਅਦਾ ਕਰਨਾ ਸੀ। ਹਰਿਦੁਆਰ ਦੇ ਭਾਂਡਿਆਂ ਵਾਂਗ ਉਹਨੇ ਨਵੇਂ ਆਏ ਕੈਦੀਆਂ ਸਾਹਮਣੇ ਰਟੇ ਰਟਾਈ ਮੰਤਰਾਂ ਦਾ ਉਚਾਰਨ ਕਰਨਾ ਸੀ। ਹੋਈ ਸਜ਼ਾ ਨੂੰ ਖਿੜੇ ਮੱਥੇ ਕਬੂਲ ਕਰੋ, ਜੇ ਤੁਸੀਂ ਜੁਰਮ ਕੀਤਾ ਤਾਂ ਇਹਨੂੰ ਪਸ਼ਚਾਤਾਪ ਸਮਝ ਕੇ ਖੁਸ਼ੀ ਖੁਸ਼ੀ ਕੱਟੋ। ਇਸ ਕੁਕਰਮ ਦਾ ਭਾਰ ਅਗਲੇ ਜਨਮ ਤੱਕ ਪਿੱਛਾ ਨਹੀਂ ਕਰੇਗਾ। ਜੇ ਜੁਰਮ ਨਹੀਂ ਕੀਤਾ ਤੇ ਉਂਝ ਹੀ ਸਜ਼ਾ ਹੋ ਗਈ ਹੈ ਤਾਂ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਸਮਝ ਕੇ ਕਬੂਲ ਕਰੋ, ਅਗਲੇ ਜਨਮ 'ਚ ਸੁੱਖ ਮਿਲੇਗਾ। ਮੀਤਾ ਬੁੱਢੇ ਦੇ ਉਪਦੇਸ਼ਾਂ ਉੱਪਰ ਅੰਦਰ ਹੀ ਅੰਦਰ ਹੱਸ ਰਿਹਾ ਸੀ। ਉਪਦੇਸ਼ ਖਤਮ ਹੋਇਆ ਹੀ ਹੁੰਦਿਆਂ ਹੀ ਬੁੱਢਾ ਵਾਰਡਰ ਕੈਦੀਆਂ ਦੇ ਸੌਖੇ ਦਿਨਾਂ ਨੂੰ ਔਖੇ ਦਿਨਾਂ 'ਚ ਬਦਲਣਾ ਸ਼ੁਰੂ ਕਰੇਗਾ, ਮੀਤੇ ਦਾ ਤਜਰਬਾ ਆਖਦਾ ਸੀ। ਦੂਜੇ ਨੰਬਰ 'ਤੇ ਆਏ ਕੈਦੀ ਨੂੰ ਲਿਖਾ ਪੜ੍ਹੀ ਲਈ ਦਫ਼ਤਰ 'ਚ ਬੁਲਾ ਲਿਆ ਗਿਆ ਸੀ। ਪਾਲੇ ਹੋਰੀ ਪਹਿਲਾਂ ਹੀ ਬੁੱਢੇ ਦੀਆਂ ਨਸੀਹਤਾਂ ਵੱਲ ਧਿਆਨ ਨਹੀਂ ਸਨ ਦੇ ਰਹੇ। ਸੇਠ ਦਾ ਮਨ ਵੀ ਕਿਧਰੇ ਹੋਰ ਭਟਕ ਰਿਹਾ ਸੀ। ਵਾਰਡਰ ਨੇ ਆਪਣੇ ਵਾਲ ਧੁੱਪ 'ਚ ਸਫੈਦ ਨਹੀਂ ਸੀ ਕੀਤੇ। ਸਰਕਾਰ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਨਵੇਂ ਕੈਦੀਆਂ ਨੂੰ ਸਮਝਾਉਣ ਅਤੇ ਜੇਲ੍ਹ ਦੇ ਕਾਇਦੇ ਕਾਨੂੰਨਾਂ ਦੀ ਵਾਕਫੀਅਤ ਦੇਣ ਦੀ ਡਿਊਟੀ ਜੇਲ੍ਹ ਅਧਿਕਾਰੀ ਉੱਪਰ ਲਾਈ ਗਈ ਸੀ। ਸਭ ਤੋਂ ਵੱਡੀ ਉਮਰ ਦਾ ਹੋਣ ਕਾਰਨ ਅਤੇ ਸਭ ਤੋਂ ਵੱਧ ਤਜਰਬਾ ਹੋਣ ਕਾਰਨ ਬੁੱਢੇ ਵਾਰਡਰ ਨੂੰ ਜੇਲ੍ਹ ਸੁਪਰਡੈਂਟ ਨੇ ਇਸ ਕੰਮ ਲਈ ਚੁਣਿਆ ਸੀ। ਇੰਨੇ ਉਪਦੇਸ਼ ਨਾਲ ਉਹਦਾ ਫਰਜ਼ ਪੂਰਾ ਹੋ ਚੁੱਕਾ ਸੀ, ਬਾਕੀ ਸਭ ਕੁਝ ਕੈਦੀਆਂ ਨੇ ਆਪੇ ਤਜਰਬੇ ਦੇ ਆਧਾਰ 'ਤੇ ਸਿੱਖ ਜਾਣਾ ਸੀ। ਸਰਕਾਰੀ ਫਰਜ਼ ਨਿਭਾਉਣ ਬਾਅਦ ਬੁੱਢਾ ਵਾਰਡਰ ਨਿੱਜੀ ਫਰਜ਼ ਨਿਭਾਉਣ ਲੱਗਾ। ਸੇਠ ਜੀ ਦਾ ਨਾਂ ਬੁੱਢੇ ਵਾਰਡਰ ਨੇ ਭਾਂਪ ਲਿਆ ਸੀ ਕਿ ਪਾਲੇ ਅਤੇ ਮਿੱਤੇ ਵਾਲੇ ਤਿਲਾਂ 'ਚ ਤੇਲ ਨਹੀਂ ਸੀ। ਦੂਜੇ ਪਾਸੇ ਸੇਠ ਤੇਲ ਵਾਲਾ ਕੁੱਪਾ ਸੀ, ਬੁੱਢੇ ਨੂੰ ਕੁੱਪੇ ਨਾਲ ਦੋਸਤੀ ਗੰਢਣ 'ਚ ਫਾਇਦਾ ਸੀ। ਮੈਂ ਸੇਠ ਸੁਭਾਸ਼ ਜੈਨ ਹਾਂ, ਬਠਿੰਡੇ ਦਾ ਮਸ਼ਹੂਰ ਠੇਕੇਦਾਰ ਹਾਂ। ਜੈਨ ਨੇ ਜਾਣ ਪਛਾਣ ਕਰਵਾਉਣੀ ਸ਼ੁਰੂ ਕੀਤੀ ਸੀ ਕਿ ਬੁੱਢੇ ਵਾਰਡਰ ਨੇ ਉਹਨੂੰ ਵਿਚਕਾਰ ਹੀ ਟੋਕਤਾ। ਭੁੱਲ ਜਾਓ ਕਿ ਹੁਣ ਤੁਸੀਂ ਸੇਠ ਹੋ, ਹੁਣ ਤੁਸੀਂ ਇੱਕ ਸਜ਼ਾ ਯਾਫਤਾ ਕੈਦੀ ਹੋ, ਅਦਾਲਤ ਨੇ ਤੁਹਾਨੂੰ ਬਾਮੁਸ਼ੱਕਤ ਸਜ਼ਾ ਸੁਣਾਈ ਹੈ। ਤੁਹਾਡੇ ਗਹਿਣੇ ਗੱਟੇ ਅਤੇ ਕੱਪੜੇ ਲੀੜੇ ਲਾਹ ਲਏ ਜਾਣਗੇ। ਸਵੇਰੇ ਤੁਸੀਂ ਮਜ਼ਦੂਰੀ ਕਰਨ ਫੈਕਟਰੀ ਜਾਓਗੇ, ਤੁਹਾਨੂੰ ਕੈਦੀਆਂ ਵਾਲਾ ਖੱਦਰ ਦਾ ਕੁੜਤਾ ਪਜਾਮਾ ਦਿੱਤਾ ਜਾਏਗਾ, ਤੁਹਾਨੂੰ ਮਜ਼ਦੂਰਾਂ ਵਾਲੀ ਚਿੱਟੀ ਵਰਦੀ ਪਾਉਣੀ ਪਏਗੀ। ਇਹ ਮੈਂ ਤਾਂ ਸਮਝਾ ਰਿਹਾ ਤਾਂ ਜੋ ਤੁਸੀਂ ਭਾਣਾ ਮੰਨੋ ਅਤੇ ਆਪਣੀ ਅਮੀਰੀ ਭੁੱਲ ਸਕੋ। ਸੱਚ ਦਾ ਸਾਹਮਣਾ ਕਰਕੇ ਦਿਨ ਕੱਟੇ ਹੋਏਗੇ। ਬੁੱਢੇ ਵਾਰਡਰ ਦਾ ਤੀਰ ਨਿਸ਼ਾਨੇ 'ਤੇ ਲੱਗਾ। ਸੇਠ ਨੂੰ ਇੱਕਦਮ ਪਸੀਨਾ ਆ ਗਿਆ, ਹੱਥ ਪੈਰ ਕੰਬਣ ਲੱਗੇ ਅਤੇ ਦਿਲ ਦੀ ਧੜਕਣ ਤੇਜ਼ ਹੋ ਗਈ।
ਮੇਰੀ ਗੱਲ ਸੁਣੋ ਹਲਦਰ ਸਾਹਿਬ, ਬੁੱਢੇ ਬਾਰਡਰ ਦੇ ਮੋਢੇ ਤੇ ਹੱਥ ਰੱਖ ਕੇ ਜੈਨ ਉਹਨੂੰ ਖਾਲੀ ਪਈ ਜੇਲ੍ਹ ਸੁਪਡੈਂਟ ਦੇ ਦਫ਼ਤਰ ਵੱਲ ਲੈ ਚੱਲਿਆ। ਖੀਸੇ ਵਿਚਲੇ ਬਟੂਏ ਵਿੱਚੋਂ ਟਟੋਲ ਕੇ ਕੁਝ ਨੋਟ ਕੱਢੇ ਤੇ ਉਹਨਾਂ ਦੀ ਬੱਤੀ ਜੀ ਬਣਾ ਕੇ ਬੁੱਢੇ ਬਾਰਡਰ ਦੀ ਜੇਬ 'ਚ ਪਾਤੇ। ਮੈਂ ਇੱਕ ਫੋਨ ਕਰਨਾ, ਮੈਨੂੰ ਫੋਨ ਕਰਨ ਦਿਓ। ਇਹ ਸਰਕਾਰੀ ਫੋਨ ਹੈ, ਮੈਨੂੰ ਖੁਦ ਨੂੰ ਫੋਨ ਕਰਨ ਦੀ ਇਜਾਜ਼ਤ ਨਹੀਂ ਹੈ, ਤੁਹਾਨੂੰ ਮੈਂ ਫੋਨ ਕਿਸ ਤਰ੍ਹਾਂ ਕਰਵਾ ਸਕਦਾ? ਮੈਂ ਫੋਨ ਦੀ ਕੋਈ ਗਲਤ ਵਰਤੋਂ ਨਹੀਂ ਕਰਨੀ, ਬਸ ਆਪਣੇ ਵਾਰਸਾਂ ਨੂੰ ਸੁਨੇਹਾ ਦੇਣਾ। ਮੇਰੀ ਜੱਜ ਨਾਲ ਗੱਲ ਹੋ ਗਈ ਸੀ, ਮੈਂ ਬਰੀ ਹੋਣਾ ਸੀ, ਪਤਾ ਨਹੀਂ ਕੀ ਭਾਣਾ ਵਰਤ ਗਿਆ। ਪਤਾ ਨਹੀਂ ਜੱਜ ਨੇ ਮੈਨੂੰ ਸਜ਼ਾ ਕਿਉਂ ਸੁਣਾ ਦਿੱਤੀ। ਮੈਂ ਤੇਰੇ ਪੈਰੀਂ ਹੱਥ ਲਾਉਂਦਾ, ਮੈਨੂੰ ਇੱਕ ਫੋਨ ਕਰ ਲੈਣ ਦੇ। ਮੇਰੀ ਸ਼ੂਗਰ ਵੱਧ ਰਹੀ ਹੈ, ਮੇਰਾ ਹਾਰਟ ਫੇਲ ਹੋਣ ਵਾਲਾ, ਮੈਂ ਮਰ ਜਾਵਾਂਗਾ। ਤੂੰ ਫਿਕਰ ਨਾ ਕਰ, ਮੈਂ ਚੱਕਰ ਵਾਲੇ ਹਵਾਲਦਾਰ ਨਾਲ ਗੱਲ ਕਰਾ ਦਿੰਦਾ, ਉਹ ਆਪੇ ਤੈਨੂੰ ਵਧੀਆ ਥਾਂ ਪਹੁੰਚਾ ਦੇਗਾ। ਮੇਰੇ ਨਾਲ ਕਰਿੰਦਾ ਆਇਆ ਸੀ, ਉਹਨੇ ਮੇਰੇ ਦੋਸਤਾਂ ਨੂੰ ਫੋਨ ਖੜਕਾਤੇ ਹੋਣਗੇ। ਮੈਂ ਆਪਣੇ ਦੋਸਤਾਂ ਤੋਂ ਇਹੋ ਪੁੱਛਣਾ ਹੈ ਕਿ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਨਾਲ ਗੱਲ ਕਰ ਲਈ ਹੈ ਜਾਂ ਨਹੀਂ। ਜੈਨ ਨੂੰ ਖੜਨਾ ਮੁਸ਼ਕਲ ਜਾਪ ਰਿਹਾ ਸੀ, ਧੜਕਦੇ ਦਿਲ ਨਾਲ ਉਹ ਜੇਲ੍ਹ ਸੁਪਡੈਂਟ ਦੇ ਕਮਰੇ 'ਚ ਪਈ ਕੁਰਸੀ ਉੱਪਰ ਡਿੱਗ ਪਿਆ। ਕੰਬਦੇ ਹੱਥਾਂ ਨਾਲ ਉਹਨੇ ਜੇਬ 'ਚੋਂ ਬਟੂਆ ਕੱਢਿਆ ਅਤੇ 100-100 ਦੇ ਨੋਟਾਂ ਦੀ ਇੱਕ ਥਈ ਕੱਢ ਕੇ ਉਹਨੇ ਬਾਰਡਰ ਦੇ ਹਵਾਲੇ ਕੀਤੀ। ਹੁਣ ਆਇਆ ਲੀਹ 'ਤੇ, ਸੋਚਦੇ ਬਾਰਡਰ ਨੇ ਢਿੱਲਾ ਪੈਣਾ ਸ਼ੁਰੂ ਕੀਤਾ। ਆਪਣੀ ਫੀਤੀ ਲੁਹਾਉਣਾ ਦਾ ਜੋਖਮ ਉਠਾ ਕੇ ਮੈਂ ਇੱਕ ਫੋਨ ਕਰਵਾ ਦਿੰਦਾ, ਦੂਜੇ ਲਈ ਨਾ ਆਖਣਾ, ਆਖਦੇ ਬਾਰਡਰ ਨੇ ਫੋਨ ਚੁੱਕ ਕੇ ਜੈਨ ਦੇ ਅੱਗੇ ਰੱਖ ਦਿੱਤਾ। ਘਬਰਾਹਟ ਕਾਰਨ ਜੈਨ ਨੂੰ ਨੰਬਰ ਯਾਦ ਨਹੀਂ ਸੀ ਆ ਰਿਹਾ, ਕਦੇ ਕੋਈ ਬਟਨ ਦੱਬਦਾ, ਕਦੇ ਕੋਈ। ਕਈ ਵਾਰ ਮਗਜ਼ ਖਪਾਈ ਕਰਨ ਬਾਅਦ ਮਸਾਂ ਉਹਦਾ ਫੋਨ ਮਿਲਿਆ। ਕੋਸ਼ਿਸ਼ ਕਰ ਰਹੇ ਹਾਂ, ਡਾਕਟਰ ਕਲੱਬ ਗਿਆ ਹੋਇਆ, ਜੇਲ੍ਹ ਸੁਪਡੈਂਟ ਵੀ ਕਿਸੇ ਦੋਸਤ ਦੇ ਘਰ ਚਲਾ ਗਿਆ, ਤੂੰ ਫਿਕਰ ਨਾ ਕਰ, ਘੰਟੇ ਦੇ ਅੰਦਰ ਅੰਦਰ ਸਭ ਠੀਕ ਹੋ ਜਾਏਗਾ। ਫੋਨ ਕਰਨ ਬਾਅਦ ਘਟਣ ਦੀ ਥਾਂ ਚਿੰਤਾ ਹੋਰ ਵੱਧ ਗਈ। ਲਿਖਤ ਪੜ੍ਹਤ ਮੁਕੰਮਲ ਹੋਣ ਵਾਲੀ ਸੀ, ਕੁਝ ਹੀ ਮਿੰਟਾਂ ਬਾਅਦ ਜੈਨ ਨੂੰ ਚੋਰਾਂ ਜੇਬ ਕਤਰਿਆਂ 'ਚ ਭੇਜ ਦਿੱਤਾ ਜਾਣਾ ਸੀ। ਮੁੜ ਸਵੇਰ ਤੱਕ ਕਿਸੇ ਨੇ ਉਹਦੀ ਸੁੱਧ ਨਹੀਂ ਸੀ ਲੈਣੀ। ਸਾਫ਼ ਸੁਥਰੀਆਂ ਕੋਠੀਆਂ 'ਚ ਰਹਿਣ ਦੇ ਆਦੀ ਜੈਨ ਦੀ ਬਦਬੂਦਾਰ ਬੈਰਕ ਵਿੱਚੋਂ ਲਾਸ਼ ਹੀ ਨਿਕਲਣੀ ਸੀ। ਮੈਨੂੰ ਅੱਧੇ ਘੰਟੇ ਬਾਅਦ ਫਿਰ ਫੋਨ ਕਰਨਾ ਪੈਣਾ, ਪਰ ਅੰਦਰ ਤਾਂ ਫੋਨ ਨਹੀਂ ਹੈ, ਫਿਰ ਕਿਵੇਂ ਕਰੀਏ, ਕੁਝ ਨਹੀਂ ਹੋ ਸਕਦਾ। ਜੈਨ ਨੇ ਜੇਬ 'ਚੋਂ ਦੁਬਾਰਾ ਬਟੂਆ ਕੱਢਿਆ, ਬਾਰਡਰ ਦੀ ਜੇਬ 'ਚ ਪਾ ਦਿੱਤਾ। ਇੱਕ ਹੱਲ ਹੈ, ਘੰਟੇ ਬਾਅਦ ਤੂੰ ਇਸੇ ਨੰਬਰ 'ਤੇ ਫੋਨ ਕਰੇ, ਅੱਗੋਂ ਜੋ ਸੁਨੇਹਾ ਮਿਲੇ ਉਹ ਅੰਦਰ ਪਹੁੰਚਾ ਦੇਈਂ, ਮੈਂ ਹੋਰ ਸੇਵਾ ਵੀ ਕਰਾਂਗਾ। ਇਹ ਠੀਕ ਹੈ, ਮੈਂ ਵਾਅਦੇ ਦਾ ਪੱਕਾ, ਮੇਰੇ 'ਤੇ ਯਕੀਨ ਕਰਿਓ, ਆਪਾਂ ਕਈ ਸਾਲ ਵਰਤਣਾ ਹੈ, ਹੁਕਮ ਅਧੂਲੀ ਨਹੀਂ ਹੋਏਗੀ। ਸੁਨੇਹਾ ਦੇਣ ਦਾ ਵਾਅਦਾ ਕਰਕੇ ਬਾਰਡਰ ਜੈਨ ਨੂੰ ਡਿਊਟੀ 'ਚ ਲੈ ਆਇਆ। ਇੰਨੀ ਦੇਰ ਤੱਕ ਪਾਲੇ ਅਤੇ ਮੀਤੇ ਦੀ ਵੀ ਲਿਖਾ ਪੜ੍ਹੀ ਮੁਕੰਮਲ ਹੋ ਚੁੱਕੀ ਸੀ, ਬਾਰਡਰ ਦਾ ਹੀ ਇੰਤਜ਼ਾਰ ਹੋ ਰਿਹਾ ਸੀ। ਬੁੱਢੇ ਬਾਰਡਰ ਦੇ ਡਿਊਟੀ 'ਚ ਆਉਂਦਿਆਂ ਹੀ ਸੰਤਰੀ ਨੇ ਜੇਲ੍ਹ ਦੇ ਅੰਦਰਲੇ ਦਰਵਾਜ਼ੇ ਦਾ ਛੋਟਾ ਦਰਵਾਜ਼ਾ ਖੋਲ੍ਹ ਦਿੱਤਾ। ਬਟੂਆ ਸੰਭਾਲਦਾ ਬਾਰਡਰ ਚਾਰਾਂ ਕੈਦੀਆਂ ਨੂੰ ਚੱਕਰ ਵੱਲ ਲੈ ਤੁਰਿਆ। ਅੰਦਰਲਾ ਦਰਵਾਜ਼ਾ ਟੱਪਦਾ ਮੀਤਾ ਸੋਚ ਰਿਹਾ ਸੀ ਕਿ ਮੁੜ ਦੋਹਾਂ ਦਰਵਾਜ਼ਿਆਂ ਵਿਚਕਾਰਲਾ 20 ਕੁ ਗਜ਼ ਦਾ ਫਾਸਲਾ ਪਾਰ ਕਰਨ ਲਈ ਉਹਨਾਂ ਨੂੰ 20 ਸਾਲ ਲੱਗਣੇ ਸਨ। ਅੰਗ ਤੀਸਰਾ। ਜੇਲ੍ਹ ਦੇ ਅੰਦਰਲੇ ਦਰਵਾਜ਼ੇ 'ਤੇ ਦੇ 50 ਕੁ ਗਜ਼ ਦੇ ਫਾਸਲੇ 'ਤੇ ਅੱਗੜ ਪਿੱਛੜ ਬਣੇ ਦੋ ਕਮਰਿਆਂ ਨੂੰ ਚੱਕਰ ਆਖਿਆ ਜਾਂਦਾ ਹੈ। ਇੱਕ ਕਮਰਾ ਛੋਟਾ ਸੀ, ਜਿੱਥੋਂ ਦਫ਼ਤਰ ਦਾ ਕੰਮ ਲਿਆ ਜਾਂਦਾ ਸੀ, ਦੂਜਾ ਵੱਡਾ ਸੀ ਜਿਹਨੂੰ ਬਤੌਰ ਗੋਦਾਮ ਵਰਤਿਆ ਜਾਂਦਾ ਸੀ। ਸਾਂਝੀ ਦੀਵਾਰ ਵਿੱਚ ਇੱਕ ਦਰਵਾਜ਼ਾ ਸੀ ਜਿਸ ਰਾਹੀਂ ਇੱਕ ਦੂਸਰੇ ਕਮਰੇ 'ਚ ਜਾਇਆ ਜਾ ਸਕਦਾ ਸੀ। ਛੋਟੇ ਕਮਰੇ ਅੱਗੇ 4 ਕੁ ਫੁੱਟ ਦਾ ਵਰਾਂਡਾ ਸੀ, ਜਿਸ ਅੱਗੇ 2 ਛੋਟੇ-ਛੋਟੇ ਸਟੂਲ ਪਏ ਸਨ। ਦਫ਼ਤਰ ਵਿੱਚ ਪਏ ਮੇਜ਼ ਦੁਆਲੇ 2 ਕੁਰਸੀਆਂ ਸਨ। ਇੱਕ ਉੱਪਰ ਲਾਭ ਸਿੰਘ ਬੈਠਾ ਸੀ, ਜਿਹਨੇ ਕੈਦੀਆਂ ਵਾਲੇ ਸਫੈਦ ਕੱਪੜੇ ਪਾਏ ਸਨ। ਉਹਨੂੰ ਕਤਲ ਕੇਸ 'ਚ ਉਮਰ ਕੈਦ ਹੋਈ ਸੀ। ਪੜ੍ਹਿਆ ਲਿਖਿਆ ਅਤੇ ਹੁਸ਼ਿਆਰ ਹੋਣ ਕਾਰਨ ਉਹਨੂੰ ਚੀਫ਼ ਵਾਰਡਰ ਦੀ ਮਦਦ ਲਈ ਇੱਥੇ ਚੱਕਰ ਮੁਨਸ਼ੀ ਲਾਏ ਹੋਏ। ਸਜ਼ਾ ਹੋਣ ਤੋਂ ਪਹਿਲਾਂ ਪੁਲਿਸ 'ਚ ਹਵਾਲਦਾਰ ਸੀ। ਇਮਾਨਦਾਰ, ਵਫ਼ਾਦਾਰ ਅਤੇ ਲਿਖਾ ਪੜ੍ਹੀ ਦਾ ਮਾਹਰ ਹੋਣ ਕਾਰਨ ਸਾਰੇ ਜ਼ਿਲ੍ਹੇ 'ਚ ਉਹਦੀ ਪੁੱਛ ਸੀ। ਹਰ ਅਫਸਰ ਉਹਨੂੰ ਆਪਣੇ ਨਾਲ ਲਗਾਉਣ ਦੀ ਤਾਂਘ ਰੱਖਦਾ ਸੀ, ਪਰ ਉਹ ਲੱਗਦਾ ਉਸੇ ਪੁਲਿਸ ਅਫਸਰ ਨਾਲ ਸੀ ਜਿਹੜਾ ਸਭ ਤੋਂ ਵੱਧ ਕਪਤਾਨ ਦੇ ਨੇੜੇ ਹੁੰਦਾ ਸੀ। ਲਾਭ ਸਿੰਘ ਇੱਕੋ ਸਮੇਂ ਅਫਸਰ ਦੇ ਰੀਡਰ, ਗਨਮੈਨ ਅਤੇ ਵਿਚੋਲੇ ਤਿੰਨਾਂ ਦਾ ਕੰਮ ਕਰਦਾ ਸੀ। ਲਾਭ ਸਿੰਘ ਦੇ ਇਹੋ ਗੁਣ ਉਹਨੂੰ ਜੇਲ੍ਹ ਲੈ ਆਏ ਸਨ। ਕਤਲ ਕੇਸ ਦਾ ਮੁਕੱਦਮਾ ਦਰਜ ਹੋਣ ਸਮੇਂ ਉਹ ਖੂੰਖਾਰ ਸਮਝੇ ਜਾਂਦੇ ਥਾਣੇਦਾਰ ਮਹਿੰਗਾ ਸਿੰਘ ਦਾ ਗਨਮੈਨ ਸੀ। ਥਾਣੇਦਾਰ ਅੱਤਵਾਦੀਆਂ ਨਾਲ ਲੋਹਾ ਲੈਣ ਲਈ ਸਾਰੇ ਸੂਬੇ 'ਚ ਮਸ਼ਹੂਰ ਸੀ। ਇਵਜ਼ ਵਿੱਚ ਉਹਨੂੰ ਆਪਣੇ ਸਾਰੇ ਟੱਬਰ ਦੀ ਕੁਰਬਾਨੀ ਦੇਣੀ ਪਈ ਸੀ। ਸਭ ਕੁਝ ਗੁਆ ਲੈਣ ਬਾਅਦ ਵੀ ਹਿੰਮਤ ਨਾ ਹਾਰਨ ਕਾਰਨ ਮਹਿਕਮੇ 'ਚ ਉਹਦੀ ਇੱਜ਼ਤ ਹੋਰ ਵੱਧ ਗਈ। ਮਹਿੰਗਾ ਸਿੰਘ ਨੂੰ ਮੂੰਹ ਮੰਗਿਆ ਥਾਣਾ ਮਿਲਦਾ ਸੀ, ਅਤੇ ਜੇ ਕਦੇ ਕੋਈ ਜਾਇਜ਼ ਨਾਜਾਇਜ਼ ਕੰਮ ਹੋ ਜਾਂਦਾ ਅਫਸਰਾਂ ਵੱਲੋਂ ਵੀ ਠੱਪ ਦਿੱਤਾ ਜਾਂਦਾ ਸੀ। ਲਾਭ ਸਿੰਘ ਨੇ ਕਈ ਖਤਰਨਾਕ ਮੁਹਿੰਮਾਂ 'ਤੇ ਜਾਨ ਤਲੀ 'ਤੇ ਧਰ ਕੇ ਮਹਿੰਗਾ ਸਿੰਘ ਦਾ ਸਾਥ ਦਿੱਤਾ ਸੀ। ਮਹਿੰਗਾ ਸਿੰਘ ਇਸ ਦਲੇਰੀ ਦਾ ਪੂਰਾ ਮੁੱਲ ਪਾਉਂਦਾ ਸੀ।
ਕਿਸੇ ਖੂੰਖਾਰ ਅੱਤਵਾਦੀ ਨੂੰ ਮਾਰਨ ਬਾਅਦ ਮਹਿੰਗਾ ਸਿੰਘ ਨੂੰ ਜਦੋਂ ਤਰੱਕੀ ਮਿਲਦੀ ਸੀ ਤਾਂ ਲਾਭ ਸਿੰਘ ਨੂੰ ਆਪਣਾ ਭਾਈਵਾਲ ਬਣਾਉਂਦਾ ਸੀ। ਤਰੱਕੀ ਕਰਦਾ ਕਰਦਾ ਲਾਭ ਸਿੰਘ ਹੋਮ ਗਾਰਡ ਤੋਂ ਹੌਲਦਾਰ ਬਣ ਗਿਆ ਸੀ। 7 ਸਾਲ ਸਜ਼ਾ ਭੁਗਤ ਲੈਣ ਬਾਅਦ ਅੱਜ ਤੱਕ ਲਾਭ ਸਿੰਘ ਨੂੰ ਇਹ ਸਮਝ ਨਹੀਂ ਸੀ ਆਈ ਕਿ ਮਹਿੰਗਾ ਸਿੰਘ ਦੇ ਹੁਕਮ 'ਤੇ ਗਨਮੈਨਾਂ ਵੱਲੋਂ ਘਰੋਂ ਚੁੱਕਿਆ ਜੀਤਾ ਸੱਚਮੁੱਚ ਅੱਤਵਾਦੀ ਸੀ ਜਾਂ ਜੀਤੇ ਦੇ ਵਾਰਸਾਂ ਦੇ ਆਖਣ ਅਨੁਸਾਰ ਮਹਿੰਗਾ ਸਿੰਘ ਨੇ ਉਹਦੇ ਵਿਰੋਧੀਆਂ ਤੋਂ 5 ਲੱਖ ਰੁਪਈਆ ਲੈ ਕੇ ਉਹਨੂੰ ਝੂਠ ਮੂਠ ਅੱਤਵਾਦੀ ਗਰਦਾਨ ਕੇ ਮਰਵਾ ਦਿੱਤਾ ਸੀ। ਲਾਭ ਸਿੰਘ ਹੋਰਾਂ ਨੇ ਆਮ ਹੁਕਮਾਂ ਵਾਂਗ ਮਹਿੰਗਾ ਸਿੰਘ ਦੇ ਇਸ ਹੁਕਮ 'ਤੇ ਵੀ ਫੁੱਲ ਚੜ੍ਹਾਏ ਸਨ। ਉਹਨਾਂ ਨੇ ਨਹਿਰ ਕੰਢੇ ਲਿਜਾ ਕੇ ਜੀਤੇ ਨੂੰ ਗੋਲੀ ਮਾਰਤੀ ਸੀ ਅਤੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਸੀ। ਬਾਕੀ ਅੱਤਵਾਦੀਆਂ ਵਾਂਗ ਝੂਠੇ ਪੁਲਿਸ ਮੁਕਾਬਲਿਆਂ ਵਿਰੁੱਧ ਉੱਠਦੇ ਆਮ ਬਾਬ ਰੋਲਿਆਂ ਵਾਂਗ ਜੀਤੇ ਦੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੀ ਖਬਰ ਵੀ ਅਖਬਾਰਾਂ 'ਚ ਛਪੀ ਸੀ। ਮਹਿੰਗਾ ਸਿੰਘ ਵਾਂਗ ਲਾਭ ਸਿੰਘ ਨੇ ਵੀ ਇਸ ਪ੍ਰਚਾਰ ਦੀ ਪਰਵਾਹ ਨਹੀਂ ਸੀ ਕੀਤੀ। ਹੋਰ ਪੁਲਿਸ ਮੁਕਾਬਲਿਆਂ ਵਾਂਗ ਇਸ ਮੁਕਾਬਲੇ ਦੀ ਵੀ ਉੱਚ ਪੱਧਰੀ ਪੜਤਾਲ ਹੋਣੀ ਸੀ ਅਤੇ ਅਫਸਰਾਂ ਨੇ ਉਹਨਾਂ ਨੂੰ ਦੋਸ਼ ਮੁਕਤ ਕਰ ਦੇਣਾ ਸੀ। ਸੁਲਗ ਦੀ ਅੱਗ ਉਸ ਸਮੇਂ ਭਾਂਬੜ ਬਣ ਗਈ ਜਦੋਂ ਮਹਿੰਗਾ ਸਿੰਘ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ। ਮਹਿੰਗਾ ਸਿੰਘ ਦੀ ਤਰੱਕੀ ਅਤੇ ਦਲੇਰੀ 'ਤੇ ਸੜਦੇ ਉਹਦੇ ਵਿਰੋਧੀ ਪੁਲਿਸ ਅਫਸਰਾਂ ਨੇ ਖਬਰਾਂ ਪੁੱਟਣੀਆਂ ਸ਼ੁਰੂ ਕਰਤੀਆਂ। ਦੱਬੀਆਂ ਪਈਆਂ ਪੜਤਾਲਾਂ ਮੁੜ ਸ਼ੁਰੂ ਹੋ ਗਈਆਂ। ਬਹੁਤੇ ਅਫਸਰਾਂ ਦੀ ਨਜ਼ਰ ਮਹਿੰਗਾ ਸਿੰਘ ਦੀ ਜਾਇਦਾਦ ਉੱਪਰ ਸੀ। ਉਹਨੇ ਬਹੁਤ ਅੱਤਵਾਦੀ ਮਾਰੇ ਸਨ। ਇੱਕ ਇੱਕ ਅੱਤਵਾਦੀ ਕੋਲੋਂ ਕਈ ਵਾਰ 50-50 ਲੱਖ ਰੁਪਈਆ ਤੱਕ ਬਰਾਮਦ ਹੁੰਦਾ ਸੀ। ਅੱਤਵਾਦੀਆਂ ਕੋਲੋਂ ਬਰਾਮਦ ਹੋਈ ਭਾਰੀ ਰਕਮ ਉਸ ਕੋਲ ਹੋਣੀ ਚਾਹੀਦੀ ਸੀ। ਮਹਿੰਗਾ ਸਿੰਘ ਦਾ ਆਪਣਾ ਕੋਈ ਵਾਰਸ ਨਹੀਂ ਸੀ ਬਚਿਆ। ਉਹਦੇ ਗੁਪਤ ਖਜ਼ਾਨੇ ਜਾਂ ਬੇਨਾਮੀ ਜਾਇਦਾਦ ਦੀ ਖਬਰ ਲਾਭ ਸਿੰਘ ਨੂੰ ਹੋਣੀ ਚਾਹੀਦੀ ਸੀ। ਲਾਭ ਸਿੰਘ ਨੂੰ ਪੁਚਕਾਰ ਕੇ ਜਾਂ ਡਰਾ ਕੇ ਧਨ ਆਸਾਨੀ ਨਾਲ ਹੜੱਪਿਆ ਜਾ ਸਕਦਾ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਲਾਭ ਸਿੰਘ ਅਤੇ ਉਹਦੇ ਸਾਥੀ ਗਨਮੈਨਾਂ ਦੇ ਵਿਰੁੱਧ ਜੀਤ ਸਿੰਘ ਨੂੰ ਕਤਲ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਉਸ ਉੱਪਰ ਮਹਿੰਗਾ ਸਿੰਘ ਦੀ ਜਾਇਦਾਦ ਨੂੰ ਉਜਾਗਰ ਕਰਨ ਦਾ ਦਬਾਅ ਪਾਇਆ ਗਿਆ। ਉਹਨੂੰ ਵਾਅਦਾ ਮੁਆਫ ਗਵਾਹ ਰੱਖ ਕੇ ਕਤਲ ਕੇਸ 'ਚੋਂ ਕੱਢ ਲੈਣ ਦਾ ਲਾਲਚ ਦਿੱਤਾ ਗਿਆ। ਮਹਿੰਗਾ ਸਿੰਘ ਨੇ ਕਿਧਰੇ ਕੋਈ ਜਾਇਦਾਦ ਬਣਾਈ ਹੋਵੇ ਇਹਦਾ ਲਾਭ ਸਿੰਘ ਨੂੰ ਉੱਕਾ ਪਤਾ ਨਹੀਂ ਸੀ। ਉਹ ਅਫਸਰਾਂ ਨੂੰ ਕਿਸ ਖਜ਼ਾਨੇ ਦਾ ਰਾਹ ਦੱਸਦਾ। ਜੀਤੇ ਨੂੰ ਗੋਲੀ ਜ਼ਰੂਰ ਮਾਰੀ ਗਈ ਸੀ ਪਰ ਕਿਸੇ ਲਾਲਚ ਤਹਿਤ ਨਹੀਂ। ਚਿੜੇ ਅਫਸਰਾਂ ਨੇ ਜੀਤੇ ਦੇ ਕਤਲ ਦਾ ਸਾਰਾ ਭਾਰ ਲਾਭ ਸਿੰਘ ਦੇ ਸਿਰ ਮੜ ਦਿੱਤਾ। ਬਾਕੀ ਗਨਮੈਨਾਂ ਨੂੰ ਵਾਅਦਾ ਮੁਆਫ ਗਵਾਹ ਬਣਾ ਕੇ ਉਹਨੂੰ ਜੇਲ੍ਹ ਤੱਕ ਪਹੁੰਚਾ ਦਿੱਤਾ। ਲਾਭ ਸਿੰਘ ਨੇ ਆਪਣੇ ਗੌਰਵਮਈ ਰਿਕਾਰਡ 'ਤੇ ਬੇਗੁਨਾਹੀ ਦੇ ਬਹੁਤ ਵਾਸਤੇ ਪਾਏ। ਕਿਸੇ ਅਫਸਰ ਦੇ ਕੰਨ 'ਤੇ ਜੂੰ ਤੱਕ ਨਾ ਸਰਕੀ। ਉੱਚੀ ਤੋਂ ਉੱਚੀ ਅਦਾਲਤ ਨੇ ਵੀ ਉਹਨੂੰ ਉਹਦੀ ਗੁਹਾਰ 'ਤੇ ਕੰਨ ਨਾ ਧਰਿਆ। ਇੱਕੋ ਤਰਕ ਦੇ ਆਧਾਰ 'ਤੇ ਉਹਦੀ ਦਲੀਲ ਠੁਕਰਾ ਦਿੱਤੀ ਜਾਂਦੀ ਸੀ। ਜੇ ਕਾਨੂੰਨ ਦੇ ਰਾਖੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗਣ ਤਾਂ ਆਮ ਲੋਕਾਂ ਦੀ ਰੱਖਿਆ ਕੌਣ ਕਰੇਗਾ? ਦਿਲ 'ਤੇ ਪੱਥਰ ਰੱਖ ਕੇ ਲਾਭ ਸਿੰਘ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪਿਆ ਸੀ। ਅੱਧੀ ਕੱਟ ਗਈ ਸੀ, ਬਾਕੀ ਵੀ ਇਸ ਤਰ੍ਹਾਂ ਕੱਟ ਜਾਏਗੀ। ਸਾਲ ਕੁ ਤੋਂ ਸੁਖਾਲਾ ਸੀ। ਪਹਿਲਾਂ ਪੁਲਸੀਆ ਹੋਣ ਕਾਰਨ ਸਾਥੀ ਕੈਦੀ ਉਹਨੂੰ ਦੁਰਕਾਰਦੇ ਸਨ ਅਤੇ ਜੇਲ੍ਹ ਕਰਮਚਾਰੀ ਉਸ 'ਤੇ ਭਰੋਸਾ ਨਹੀਂ ਸਨ ਕਰਦੇ। ਆਪਣੇ ਆਪ ਨੂੰ ਸਾਊਆਂ 'ਚ ਗਿਣਵਾਉਣ ਲਈ ਉਹਨੂੰ 5 ਸਾਲ ਸਖ਼ਤ ਮਿਹਨਤ ਕਰਨੀ ਪਈ ਸੀ। ਪਰਖਣ ਲਈ ਪਹਿਲਾਂ ਉਹਨੂੰ ਫੈਕਟਰੀ ਦਾ ਮੁਨਸ਼ੀ ਲਗਾਇਆ ਗਿਆ, ਫਿਰ ਤਰੱਕੀ ਦੇ ਕੇ ਗੋਦਾਮ 'ਚ ਭੇਜ ਦਿੱਤਾ ਗਿਆ। ਇਹਨਾਂ ਦੋਹਾਂ ਮੱਦਾਂ ਉੱਪਰ ਲਾਭ ਸਿੰਘ ਨੇ ਬੜੀ ਹੁਸ਼ਿਆਰੀ ਅਤੇ ਫੁਰਤੀ ਨਾਲ ਫਰਜ਼ ਨਿਭਾਇਆ। ਪਹਿਲੇ ਮੁਨਸ਼ੀਆਂ ਨਾਲੋਂ ਉਹਨੇ ਅਫਸਰਾਂ ਨੂੰ ਕਮਾਈ ਡੂਢੀ ਦੁੱਗਣੀ ਕਰਕੇ ਦਿੱਤੀ। ਰਿਕਾਰਡ ਦਾ ਢਿੱਡ ਭਰਿਆ ਅਤੇ ਕੈਦੀਆਂ ਨੂੰ ਵੀ ਸ਼ਿਕਾਇਤ ਦਾ ਮੌਕਾ ਨਾ ਦਿੱਤਾ। ਪੁਲਿਸ ਮਹਿਕਮੇ ਨੇ ਉਹਦੇ ਕੰਮ ਦਾ ਮੁੱਲ ਉਹਨੂੰ ਝੂਠੇ ਕਤਲ ਕੇਸ 'ਚ ਫਸਾ ਕੇ ਪਾਇਆ ਸੀ। ਜੇਲ੍ਹ ਅਧਿਕਾਰੀ ਨੇ ਉਹਦੇ ਕੰਮ ਦੀ ਕਦਰ ਕਰਕੇ ਉਹਨੂੰ ਜੇਲ੍ਹ ਦੀ ਸਭ ਤੋਂ ਅਹਿਮ ਮੱਦ ਬਖਸ਼ੀ ਸੀ ਅਤੇ ਅੱਜ ਉਹ ਚੱਕਰ ਮੁਨਸ਼ੀ ਸੀ। ਪੁਲਿਸ 'ਚ ਰਹਿਣ ਕਾਰਨ ਕੈਦੀਆਂ ਕੋਲੋਂ ਵੱਧੋ ਵੱਧ ਪੈਸੇ ਵਸੂਲਣ ਦੇ ਢੰਗ ਲਾਭ ਸਿੰਘ ਨੂੰ ਚੰਗੀ ਤਰ੍ਹਾਂ ਆਉਂਦੇ ਸਨ। ਅਫਸਰਾਂ ਦੀ ਆਸ ਦੇ ਉਲਟ ਸ਼ਾਮ ਤੱਕ ਉਹ ਕਈ ਗੁਣਾ ਵੱਧ ਕਮਾਈ ਕਰ ਲੈਂਦਾ ਸੀ। ਇਸ ਕਮਾਈ 'ਚੋਂ ਉਹਨੂੰ ਦਸੌਂਦ ਮਿਲਦਾ ਸੀ, ਬਾਕੀ ਦੀ ਕਮਾਈ ਉਹ ਚੀਫ ਵਾਰਡਨ ਨੂੰ ਫੜਾ ਦਿੰਦਾ ਸੀ। ਅੱਗੇ ਅਫਸਰਾਂ 'ਚ ਕਿਸ ਦਰ 'ਤੇ ਹਿੱਸੇ ਪੈਂਦੇ ਸਨ ਇਸ ਵੱਲੋਂ ਧਿਆਨ ਨਹੀਂ ਸੀ ਦਿੰਦਾ। ਕਮਾਊ ਪੁੱਤ ਹੋਣ ਕਾਰਨ ਜੇਲ੍ਹ 'ਚ ਉਹਦੀ ਚੰਗੀ ਚੱਲਦੀ ਸੀ। ਵੱਧ ਪੈਸਾ ਬਟੋਰਨ ਦੇ ਉਦੇਸ਼ ਨਾਲ ਉਹ 19 ਕਰੇ ਜਾਂ 21 ਕੋਈ ਕਿੰਤੂ ਪਰੰਤੂ ਨਹੀਂ ਸੀ ਕਰ ਸਕਦਾ। ਆਖਰੀ ਕਿਸ਼ਤ ਵਿੱਚ 4 ਕੈਦੀ ਜੇਲ੍ਹ ਆਏ ਸਨ। ਕਿਸ ਨਾਲ ਕਿਸ ਤਰ੍ਹਾਂ ਨਿਬੜਨਾ ਹੈ ਲਾਭ ਸਿੰਘ ਆਪਣੇ ਜ਼ਹਿਨ 'ਚ ਇਹ ਵਾਧੇ ਘਾਟੇ ਕਰ ਰਿਹਾ ਸੀ। ਲਾਭ ਸਿੰਘ ਦੇ ਬਰਾਬਰ ਵਾਲੀ ਕੁਰਸੀ ਉੱਪਰ ਚੱਕਰ ਦਾ ਇੰਚਾਰਜ ਚੀਫ ਵਾਰਡਰ ਖਾਕੀ ਵਰਦੀ ਭਾਈ ਡਟਿਆ ਬੈਠਾ ਸੀ। ਉਸ ਵਿੱਚ ਉਹ ਸਾਰੇ ਗੁਣ ਮੌਜੂਦ ਸਨ ਜੋ ਲਾਭ ਸਿੰਘ ਵਿੱਚ ਸਨ। ਉਹ ਜੇਲ੍ਹ ਸੁਪਡਨ ਦੇ ਨੇੜਲੇ ਮੁੱਖ ਵਾਰਡਰਾਂ ਵਿੱਚੋਂ ਇੱਕ ਸੀ, ਇਸੇ ਲਈ ਅਹਿਮ ਮੱਦ 'ਤੇ ਤੈਨਾਤ ਸੀ। ਆਪਣੀ ਸਹਾਇਤਾ ਲਈ ਉਹਨੇ ਇੱਕ ਹੋਰ ਕੈਦੀ ਚੱਕਰ 'ਚ ਬੁਲਾਇਆ ਹੋਇਆ ਸੀ ਜੋ ਲਾਭ ਸਿੰਘ ਦੇ ਸੱਜੇ ਖੜ੍ਹਾ ਸੀ। ਚੀਫ ਵਾਰਡਰ ਦੀ ਨਜ਼ਰ ਵੀ ਜੇਲ੍ਹ ਦੇ ਅੰਦਰਲੇ ਦਰਵਾਜ਼ੇ ਉੱਪਰ ਟਿਕੀ ਹੋਈ ਸੀ।
ਜਿੱਥੋਂ ਬੁੱਢੇ ਵਾਰਡਨ ਨੇ ਨਵੀਂ ਨਵੇਂ ਕੈਦੀਆਂ ਨੂੰ ਲੈ ਕੇ ਚੱਕਰ ਵੱਲ ਆਉਣਾ ਸੀ। ਲਾਭ ਸਿੰਘ ਤੇ ਨਿਹਾਲ ਸਿੰਘ ਨੂੰ ਨਵੇਂ ਕੈਦੀਆਂ ਨਾਲੋਂ ਵੱਧ ਬੁੱਢੇ ਵਾਰਡਰ ਦੀ ਮੁਖਬਰੀ ਦਾ ਇੰਤਜ਼ਾਰ ਸੀ। ਬੁੱਢੇ ਵਾਰਡਰ ਨੇ ਨਵੇਂ ਕੈਦੀਆਂ ਵਿੱਚ ਕਿੰਨਾ ਕਿੰਨਾ ਖੂਨ ਹੈ ਇਸ ਬਾਰੇ ਜਾਣਕਾਰੀ ਦੇਣੀ ਸੀ ਤੇ ਫਿਰ ਉਸੇ ਜਾਣਕਾਰੀ ਦੇ ਆਧਾਰ ਤੇ ਲਾਭ ਸਿੰਘ ਹੋਰਾਂ ਨੇ ਉਹਨਾਂ ਦਾ ਖੂਨ ਨਿਚੋੜਨਾ ਸੀ। ਬੁੱਢੇ ਵਾਰਡਰ ਨੇ ਚਾਰ ਕੈਦੀਆਂ ਨੂੰ ਵਰਾਂਡੇ 'ਚ ਲਿਆ ਕੇ ਖੜਾ ਕਰ ਦਿੱਤਾ। ਸਟੂਲਾਂ ਵੱਲ ਉਂਗਲ ਕਰਕੇ ਉਹਨਾਂ ਨੂੰ ਉੱਥੇ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਕਾਗਜ਼ ਪੱਤਰ ਲੈ ਕੇ ਦਫ਼ਤਰ 'ਚ ਵੜ ਗਿਆ। ਜੈਨ ਦੇ ਭਾਰੇ ਸਰੀਰ ਨੇ ਇੱਕ ਪੂਰਾ ਸਟੂਲ ਰੋਕ ਲਿਆ। ਦੂਜੇ ਉੱਪਰ ਹਾਕਮ ਸਿੰਘ ਬੈਠ ਗਿਆ। ਘੁਸੜ ਕੇ ਬੈਠਣ ਦੀ ਥਾਂ ਪਾਲਾ ਤੇ ਮੀਤਾ ਪਰੇ ਜ਼ਮੀਨ ਉੱਪਰ ਜਾ ਬੈਠੇ। ਬਾਕੀ ਦੀ ਸਾਰੀ ਉਮਰ ਉਹਨਾਂ ਨੇ ਇਸ ਚਾਰ ਦੀਵਾਰੀ ਅੰਦਰ ਕੱਟਣੀ ਸੀ। ਹੁਣ ਉਹਨਾਂ ਦੀ ਆਪਣੀ ਮਰਜ਼ੀ ਨਹੀਂ ਸੀ ਚੱਲਣੀ। ਹੱਥ 'ਚ ਡੰਡਾ ਫੜੀ ਕਿਸੇ ਨਾ ਕਿਸੇ ਵਾਰਡਰ ਨੇ ਪਸ਼ੂਆਂ ਵਾਂਗ ਉਹਨਾਂ ਨੂੰ ਇੱਧਰ ਉੱਧਰ ਦੌੜਾਉਣਾ ਸੀ। ਕਿਸੇ ਬੈਰਕ 'ਚ ਜਾ ਕੇ ਦਮ ਘਟਾਉਣ ਨਾਲੋਂ ਦੋ ਘੜੀ ਖੁੱਲ੍ਹੀ ਹਵਾ 'ਚ ਬੈਠਣ 'ਚ ਭਲਾਈ ਸੀ। ਉਹਨਾਂ ਨੂੰ ਪਤਾ ਸੀ ਕਿ ਹਿਸਟਰੀ ਸ਼ੀਟ ਭਰਨ ਤੇ ਕੈਦੀ ਨੰਬਰ ਮਿਲਣ ਵਿੱਚ ਵਕਤ ਲੱਗਣਾ ਸੀ। ਇਸ ਲਈ ਇੱਕ ਪਾਸੇ ਹਟ ਕੇ ਉਹ ਅੱਗੇ ਆਉਣ ਵਾਲੇ ਔਖੇ ਦਿਨਾਂ ਨੂੰ ਸੁਖਾਲੇ ਬਣਾਉਣ ਦੀਆਂ ਤਰਕੀਬਾਂ ਸੋਚਣ ਲੱਗੇ। ਮਿੰਨਤ ਤਰਲਾ ਕਰਕੇ ਇੱਕੋ ਬੈਰਕ ਲੈ ਲਈ। ਦੋਵੇਂ ਭਰਾ ਨਾਲ ਮਿਲ ਕੇ ਦੁੱਖ ਸੁੱਖ ਸਾਂਝਾ ਕਰ ਲਿਆ ਕਰਾਂਗੇ। ਪਾਲੇ ਨੂੰ ਭੈੜੇ ਭਵਿੱਖ ਦੀ ਵੱਧ ਚਿੰਤਾ ਸੀ। ਪਤਾ ਸੀ ਉਹ ਗਰੀਬ ਹਨ। ਜੇਲ੍ਹ ਸਟਾਫ ਨੂੰ ਦੇਣ ਲਈ ਉਹਨਾਂ ਕੋਲ ਫੁੱਟੀ ਕੌਡੀ ਵੀ ਨਹੀਂ। ਪਿਛਲਿਆਂ ਕੋਲੋਂ ਕੋਈ ਉਮੀਦ ਨਹੀਂ। ਉਹਨਾਂ ਵਰਗੇ ਲਾਵਾਰਸਾਂ ਨੂੰ ਪੱਠ ਚੁੱਕਣ ਲਈ ਲੰਗਰ 'ਚ ਜਾਂ ਮੌਰ ਤੁੜਵਾਉਣ ਲਈ ਆਰੇ 'ਚ ਭੇਜਿਆ ਜਾਂਦਾ ਹੈ। ਪੁਲਿਸ ਦੀਆਂ ਮਾਰਾਂ ਖਾ ਖਾ ਪਾਲੇ ਦੇ ਹੱਡ ਕਮਜ਼ੋਰ ਹੋ ਚੁੱਕੇ ਸਨ। ਇੱਕ ਟੰਗ ਕਮਜ਼ੋਰ ਹੋਣ ਕਾਰਨ ਉਹ ਤੋਂ ਬਹੁਤਾ ਭਾਰ ਨਹੀਂ ਸੀ ਚੁੱਕਿਆ ਜਾਂਦਾ। ਹਰ ਸਮੇਂ ਮੋਢੇ ਗੋਡੇ ਕੜਕੜ ਕਰਦੇ ਰਹਿੰਦੇ ਸਨ। ਉਸ ਤੋਂ ਆਪਣਾ ਆਪ ਚੁੱਕ ਕੇ ਪੌੜੀ ਨਹੀਂ ਸੀ ਚੜਿਆ ਜਾਂਦਾ। ਭਾਰੇ ਬੱਠਲ ਕਿੱਦਾਂ ਚੁੱਕ ਹੋਣਗੇ। ਉਸ ਤੋਂ ਹੁਣ ਤੇਜ਼ ਵੀ ਨਹੀਂ ਤੁਰਿਆ ਜਾਂਦਾ, ਝੱਟ ਸਾਹ ਚੜ ਜਾਂਦਾ। ਉਸ 'ਤੇ ਕੋਈ ਵੀ ਮੁਸ਼ਕਤ ਨਹੀਂ ਹੋਣੀ। ਘਾਟ ਘਾਟ ਦਾ ਪਾਣੀ ਪੀਤਾ ਹੋਣ ਕਾਰਨ ਮੀਤਾ ਪਾਲੇ ਨਾਲੋਂ ਕਈ ਗੁਣਾ ਹੁਸ਼ਿਆਰ ਸੀ। ਉਹਨੂੰ ਅਫਸਰਾਂ ਨਾਲ ਗੱਲ ਕਰਨ ਦਾ ਵੱਲ ਸੀ। ਪਾਲਾ ਮਿੱਟੀ ਦਾ ਮਾਧੋ ਸੀ। ਅਫਸਰ ਅੱਗੇ ਜਾਂਦੇ ਉਹਦੀ ਘਿੱਗੀ ਵੱਜ ਜਾਂਦੀ ਸੀ। ਆਪਣੀ ਇਸੇ ਕਮਜ਼ੋਰੀ ਨੂੰ ਭਾਂਪ ਕੇ ਉਹਨੇ ਮੀਤੇ ਕੋਲ ਅਰਜ਼ ਕੀਤੀ ਸੀ, ਫਿਕਰ ਨਾ ਕਰ, ਮੈਂ ਪੂਰੀ ਕੋਸ਼ਿਸ਼ ਕਰਾਂਗਾ, ਪਰ ਇਹਨਾਂ ਕਿਹੜਾ ਆਪਣੀ ਮੰਨਣੀ ਹੈ। ਮੀਤਾ ਵੀ ਪਾਲੇ ਨਾਲ ਰਹਿਣ ਦਾ ਇੱਛਕ ਸੀ। ਉਹਨੂੰ ਜੇਲ੍ਹ ਕਰਮਚਾਰੀਆਂ ਦੇ ਪੁੱਠੇ ਦਿਮਾਗ ਦੇ ਹੋਣ ਦਾ ਪਤਾ ਸੀ। ਜੋ ਆਖੋ ਉਹਨਾਂ ਉਹਦੇ ਉਲਟ ਕਰਨਾ ਸੀ। ਫਿਰ ਵੀ ਮੀਤਾ ਗੱਲ ਕਰਨ ਦੇ ਰੌਂਚ ਸੀ। ਜੇ ਆਪਾਂ ਨੂੰ ਕਿਸੇ ਜੈਨ ਵਰਗੇ ਸੇਠ ਦਾ ਮੁਸ਼ਕਤ ਹੀ ਲਾ ਦੇਣ, ਫਿਰ ਮੌਜਾਂ ਲੱਗ ਜਾਣ। ਮੀਤੇ ਦੀ ਨਜ਼ਰ ਸੇਠ ਉੱਪਰ ਟਿਕੀ ਹੋਈ ਸੀ। ਸੇਠ ਬਹੁਤਾ ਪੜ੍ਹਿਆ ਲਿਖਿਆ ਭਾਵੇਂ ਨਾ ਹੋਵੇ, ਪਰ ਪੈਸੇ ਵਾਲਾ ਜ਼ਰੂਰ ਸੀ। ਉਹ ਇਨਕਮ ਟੈਕਸ ਜ਼ਰੂਰ ਭਰਦਾ ਹੋਏਗਾ। ਇਸੇ ਆਧਾਰ 'ਤੇ ਉਹਨੇ ਬੀ ਕਲਾਸ ਲੈ ਲੈਣੀ ਸੀ। ਬੀ ਕਲਾਸ ਅਹਾਤੇ ਦੇ ਕੈਦੀਆਂ ਨੂੰ ਰਾਸ਼ਨ ਵੀ ਵਧੀਆ ਮਿਲਦਾ ਸੀ ਅਤੇ ਰਾਸ਼ਨ ਪਕਾਉਣ ਲਈ ਕੈਦੀ ਵੀ। ਸੇਵਾ ਲਈ ਮਿਲੇ ਅਜਿਹੇ ਕੈਦੀ ਨੂੰ ਹੀ ਮੁਸ਼ਕਤ ਹੀ ਆਖਿਆ ਜਾਂਦਾ ਹੈ। ਉਹ ਚਾਹੁੰਦੇ ਸਨ ਉਹਨਾਂ ਵਿੱਚੋਂ ਕੋਈ ਸੇਠ ਦਾ ਮੁਸ਼ਕਤ ਹੀ ਬਣ ਜਾਏ ਤਾਂ ਜੋ ਕੈਦ ਸੁਖਾਲੀ ਕੱਟ ਜਾਏ। ਇਹ ਐਸ਼ ਕਿਹੜਾ ਉਹਨਾਂ ਮੁਫ਼ਤ 'ਚ ਦੇਣੀ ਹੈ। ਮੁਸ਼ਕਤ ਹੀ ਲਾਉਣ ਲਈ ਉਹਨਾਂ ਪੈਸੇ ਮੰਗਣੇ ਹਨ। ਆਪਾਂ ਪੈਸੇ ਕਿੱਥੋਂ ਲਿਆਵਾਂਗੇ? ਆਪਾਂ ਨੂੰ ਤਾਂ ਹੱਡ ਹੀ ਰਗੜਨੇ ਪੈਣਗੇ। ਮਿੰਨਤਾਂ ਤਰਲਾ ਕਰਨ 'ਚ ਕੀ ਹਰਜ਼ ਹੈ? ਸ਼ਾਇਦ ਕਿਸੇ ਦੇ ਮਨ 'ਚ ਮਿਹਰ ਪੈ ਜਾਏ। ਪਾਲੇ ਦੀ ਗੱਲ 'ਤੇ ਮੀਤਾ ਹੱਸਿਆ। ਜਦੋਂ ਆਪਾਂ ਜੇਬਾਂ ਕੱਟਦੇ ਜਾਂ ਚੋਰੀ ਕਰਦੇ ਸੀ, ਕੀ ਆਪਾਂ ਕਦੇ ਦੇਖਿਆ ਸੀ ਕਿ ਅਗਲੇ ਨੇ ਪੈਸੇ ਕਿਵੇਂ ਕਮਾਏ ਹਨ? ਚੱਕਰ 'ਚ ਆਪਣਾ ਭਾਈਚਾਰਾ ਬੈਠਾ ਹੈ, ਉਹਨਾਂ ਨੂੰ ਆਪਣੀਆਂ ਜੇਬਾਂ ਨਾਲ ਮੋਹ ਹੈ, ਸਾਡੀਆਂ ਮਜ਼ਬੂਰੀਆਂ ਨਾਲ ਨਹੀਂ। ਚੱਲ ਹੋਰ ਕੁਝ ਮਿਲੇ ਜਾਂ ਨਾ, ਇੱਕੋ ਬੈਰਕ ਜ਼ਰੂਰ ਲੈ ਲਈ, ਨਹੀਂ ਤਾਂ ਮੈਂ ਤਾਂ ਦੋ ਦਿਨਾਂ ਵਿੱਚ ਹੀ ਮਰ ਜਾਂਗਾ। ਕਮਲਿਆਂ ਵਾਂਗ ਪਾਲਾ ਇੱਕੋ ਗੱਲ ਕਈ ਵਾਰ ਦੁਹਰਾ ਰਿਹਾ ਸੀ। ਦੋਹਾਂ ਨੇ ਪਹਿਲਾਂ ਕਈ ਵਾਰੀ ਇਕੱਠਿਆਂ ਜੇਲ੍ਹ ਕੱਟੀ ਸੀ। ਅੱਗੇ ਪਾਲਾ ਕਦੇ ਇੰਝ ਨਹੀਂ ਸੀ ਘਬਰਾਇਆ। ਪਤਾ ਨਹੀਂ ਕਿਉਂ ਇਸ ਵਾਰ ਕੁਝ ਜ਼ਿਆਦਾ ਹੀ ਦਿਲ ਛੱਡੀ ਬੈਠਾ ਸੀ। ਕਈ ਸਾਲਾਂ ਬਾਅਦ ਜੇਲ੍ਹ ਆਇਆ, ਸ਼ਾਇਦ ਇਸ ਲਈ ਜਾਂ ਕੈਦ ਲੰਬੀ ਇਸ ਲਈ, ਜਾਂ ਫਿਰ ਕਬੀਲਦਾਰ ਬਣ ਗਿਆ ਇਸ ਲਈ। ਉੱਪਰੋਂ ਭਾਵੇਂ ਮੀਤਾ ਮਜ਼ਬੂਤ ਦਿਖਣ ਦਾ ਯਤਨ ਕਰ ਰਿਹਾ ਸੀ, ਪਰ ਅੰਦਰੋਂ ਉਹਦਾ ਵੀ ਇਹੋ ਹਾਲ ਸੀ। ਅੰਗ ਚੌਥਾ। ਬਾਹਰ ਪਾਲਾ ਅਤੇ ਮੀਤਾ ਗੱਲੇ ਲੱਗੇ ਹੋਏ ਸਨ। ਅੰਦਰ ਚੀਫ ਵਾਰਡਰ ਅਤੇ ਮੁਨਸ਼ੀ ਨਵੇਂ ਆਏ ਕੈਦੀਆਂ ਦੇ ਕਾਗਜ਼ਾਂ ਦੀ ਘੋਖ ਕਰ ਰਹੇ ਸਨ। ਹਾਕਮ ਸਿੰਘ ਵਕੀਲ ਸੀ। ਉਹਨੂੰ ਆਪਣੀ ਘਰਵਾਲੀ ਨੂੰ ਘੱਟ ਦਹੇਜ ਲਿਆਉਣ ਕਾਰਨ, ਤੰਗ ਪਰੇਸ਼ਾਨ ਕਰਨ ਅਤੇ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਜੁਰਮ 'ਚ ਉਮਰ ਕੈਦ ਹੋਈ ਸੀ। ਇਸ ਕੈਦੀ ਬਾਬਤ ਗੁਪਤ ਰਿਪੋਰਟ ਦਿੰਦਿਆਂ ਬੁੱਢੇ ਵਾਰਡਰ ਸੁੱਚਾ ਸਿੰਘ ਨੇ ਦੱਸਿਆ ਸੀ ਕਿ ਉਹ ਜੇਲ੍ਹ ਆਉਣ ਦੀ ਮੁਕੰਮਲ ਤਿਆਰੀ ਕਰਕੇ ਆਇਆ ਸੀ। ਕਾਨੂੰਨ ਦਾ ਵਾਕਫ ਤਾਂ ਸੀ, ਜੇਲ੍ਹ ਨਿਯਮਾਂ ਨੂੰ ਵੀ ਘੋਟਾ ਲਾਈ ਫਿਰਦਾ ਸੀ। ਉਸ ਨਾਲ ਹੁਸ਼ਿਆਰੀ ਨਾਲ ਨਿਪਟਿਆ ਜਾਣਾ ਚਾਹੀਦਾ ਸੀ। ਲਾਭ ਸਿੰਘ ਨੂੰ ਵਕੀਲਾਂ ਨਾਲ ਚਿੜ ਸੀ, ਇਸ ਲਈ ਹਾਕਮ ਸਿੰਘ ਨਾਲ ਨਿਬੜਨ ਦੀ ਜ਼ਿੰਮੇਵਾਰੀ ਲਾਭ ਸਿੰਘ ਨੇ ਸੰਭਾਲ ਲਈ। ਉਹਦਾ ਵਿਚਾਰ ਸੀ ਕਿ ਜੇਲ੍ਹ ਵਿੱਚ ਬੰਦ ਅੱਧਿਆਂ ਨਾਲੋਂ ਵੱਧ ਕੈਦੀਆਂ ਨੂੰ ਸਜ਼ਾ ਵਕੀਲਾਂ ਦੇ ਲਾਲਚ ਜਾਂ ਲਾਪਰਵਾਹੀ ਕਾਰਨ ਹੁੰਦੀ ਹੈ।
ਜਦੋਂ ਲਾਭ ਸਿੰਘ ਥਾਣੇ 'ਚ ਹੌਲਦਾਰ ਲੱਗਾ ਹੁੰਦਾ ਸੀ ਤਾਂ ਵਕੀਲ ਉਹਦੇ ਅੱਗੇ ਪਿੱਛੇ ਘੁੰਮਦੇ ਸਨ। ਕਚਹਿਰੀ ਆਏ ਦੀ ਉਹਦੀ ਜਵਾਈਆਂ ਅੰਗ ਸੇਵਾ ਹੁੰਦੀ ਸੀ, ਵਕੀਲਾਂ ਨੂੰ ਉਸ ਤੱਕ ਗਾਉਂ ਹੁੰਦੀ ਸੀ। ਲਾਭ ਸਿੰਘ ਉਹਨਾਂ ਕੋਲ ਸਾਇਲ ਭੇਜਦਾ ਸੀ ਤੇ ਚੰਗੀ ਫੀਸ ਦਵਾਉਂਦਾ ਸੀ। ਜਦੋਂ ਉਸ ਉੱਪਰ ਕਤਲ ਦਾ ਮੁਕੱਦਮਾ ਬਣਿਆ ਤਾਂ ਪਹਿਲਾਂ ਪਹਿਲ ਹਰ ਵਕੀਲ ਨੂੰ ਉਹਦਾ ਵਕੀਲ ਬਣਨ ਦੀ ਪੇਸ਼ਕਸ਼ ਕੀਤੀ। ਫੀਸ ਤਾਂ ਕੀ ਲੈਣੀ ਸੀ, ਉਹਨਾਂ ਨੇ ਟਾਈਪ ਤੇ ਟਿਕਟਾਂ ਦਾ ਖਰਚਾ ਵੀ ਪੱਲਿਓਂ ਦੇਣ ਦੀਆਂ ਫੜਾ ਮਾਰੀਆਂ। ਜਿਉਂ ਜਿਉਂ ਲਾਭ ਸਿੰਘ ਜਾਲ ਚੁਲਝਦਾ ਗਿਆ ਤਿਉਂ ਤਿਉਂ ਵਕੀਲ ਕਿਨਾਰਾ ਕਰਦੇ ਗਏ। ਉਹਦੇ ਮੁਅੱਤਲ ਹੋਣ ਤੱਕ ਇਕੱਲਾ ਗਿੱਲ ਹੀ ਰਹਿ ਗਿਆ। ਆਨੇ ਬਾਨੇ ਹਰ ਪੇਸ਼ੀ ਉਹ ਵੀ ਦਿਹਾੜੀ ਬਣਾਉਣ ਲੱਗਾ। ਕਦੇ ਨਕਲਾਂ ਲੈਣ ਲਈ ਖਰਚਾ ਮੰਗ ਲੈਂਦਾ, ਕਦੇ ਟਿਕਟਾਂ ਖਰੀਦਣ ਲਈ। ਗਵਾਹੀਆਂ ਸ਼ੁਰੂ ਹੋਣ ਤੋਂ ਪਹਿਲਾਂ ਉਹ ਵੀ ਲਿਫਾਫਾ ਮੋੜ ਗਿਆ। ਕਹਿੰਦਾ ਉਹ ਛੋਟਾ ਵਕੀਲ ਹੈ, ਕਤਲ ਕੇਸ ਲੜਨਾ ਉਹਦੇ ਵਾਸਤਾ ਰੋਗ ਨਹੀਂ ਹੈ। ਲਾਭ ਸਿੰਘ ਨੇ ਲਿਫਾਫਾ ਸਿਕੰਦਰ ਸਿੰਘ ਨੂੰ ਫੜਾਇਆ ਤਾਂ ਉਹਨੇ ਮੂੰਹ ਅੱਡ ਕੇ ਫੀਸ ਮੰਗ ਲਈ। ਫੀਸ ਦੇਣ 'ਚ ਉਹਨੂੰ ਕੋਈ ਗਿਲਾ ਨਹੀਂ ਸੀ, ਪਰ ਆਪਣੇ ਜੂਨੀਅਰ ਵਕੀਲਾਂ ਰਾਹੀਂ ਉਹਨੇ ਲਾਭ ਸਿੰਘ ਦੀ ਜੋ ਛਿੱਲ ਲਾਈ ਉਸ ਉੱਪਰ ਉਹ ਅੱਜ ਤੱਕ ਦੰਦ ਪੀਸਦਾ ਸੀ। ਲਾਭ ਸਿੰਘ ਨੂੰ ਇੱਕ ਦੋ ਵਾਰ ਜਨਾਨਾਂ ਦੇ ਅਹਾਤੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਹਰ ਰੋਜ਼ ਵਕੀਲਾਂ ਦੇ ਨਾਂ ਲੈ ਲੈ ਕੈਦਣਾਂ ਸਿਆਪੇ ਕਰਦੀਆਂ ਅਤੇ ਉਹਨਾਂ ਦੇ ਕੀਰਨੇ ਪਾਉਂਦੀਆਂ ਸਨ। ਕਿਸੇ ਨੇ ਉਹਨਾਂ ਦੇ ਗਹਿਣੇ ਲੁੱਟੇ ਸਨ, ਕਿਸੇ ਨੇ ਇੱਜ਼ਤ। ਲਾਭ ਸਿੰਘ ਦੇ ਮਸਾਂ ਇੱਕ ਵਕੀਲ ਅੜਿੱਕ ਕੇ ਆਇਆ ਸੀ। ਉਹ ਆਪਣਾ ਅਤੇ ਆਪਣੇ ਵਰਗੇ ਸਾਥੀ ਕੈਦੀਆਂ ਦਾ ਬਦਲਾ ਉਸ ਤੋਂ ਲੈਣਾ ਚਾਹੁੰਦਾ ਸੀ। ਲਾਭ ਸਿੰਘ ਹਾਕਮ ਸਿੰਘ ਨੂੰ ਨੀਵਾਂ ਦਿਖਾਉਣ ਦੀਆਂ ਯੋਜਨਾਵਾਂ ਘੜਨ ਲੱਗਾ। ਸੁਭਾਸ਼ ਜੈਨ ਨੂੰ ਸੂਬੇ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਸੜਕਾਂ ਉੱਪਰੋਂ ਲੁੱਕ ਤੇ ਇਮਾਰਤਾਂ ਵਿੱਚੋਂ ਸਰੀਆ ਸੀਮੈਂਟ ਹਜ਼ਮ ਕਰਨ ਦੇ ਦੋਸ਼ 'ਚ 5 ਸਾਲ ਕੈਦ ਕੱਟਣ ਦੀ ਸਜ਼ਾ ਹੋਈ ਸੀ। ਸੁੱਚਾ ਸਿੰਘ ਦੀ ਮੁਖਬਰੀ ਅਨੁਸਾਰ ਜੱਜ ਨੇ ਉਸ ਨਾਲ ਧੋਖਾ ਕੀਤਾ ਸੀ। ਉਹਦੇ ਨਾਲ 2 ਇੰਜੀਨੀਅਰ ਬਰੀ ਹੋ ਗਏ ਸਨ। ਪਹਿਲੀ ਕਿਸ਼ਤ ਉਹ ਖੁਦ ਜੱਜ ਦੇ ਘਰ ਦੇ ਕੇ ਆਇਆ ਸੀ, ਦੂਜੀ ਕਿਸ਼ਤ ਦਲਾਲ ਤੱਕ ਪੁੱਜਦੀ ਕਰ ਦਿੱਤੀ ਗਈ ਸੀ। ਬਰੀ ਹੋਣ ਦੀ ਪੂਰੀ ਉਮੀਦ ਕਾਰਨ ਉਹ ਨਾਲ ਬੰਦੇ ਨਹੀਂ ਸੀ ਲੈ ਕੇ ਆਇਆ। ਉਸ ਨਾਲ ਇਕੱਲਾ ਡਰਾਈਵਰ ਸੀ। ਅਫਰਾ ਤਫਰੀ 'ਚੋਂ ਗਹਿਣਾ ਗੱਟਾ ਉਤਾਰਨ ਅਤੇ ਪੈਸਾ ਧੇਲਾ ਡਰਾਈਵਰ ਨੂੰ ਫੜਾਉਣਾ ਭੁੱਲ ਗਿਆ ਸੀ। ਮਾਨਸਿਕ ਤਣਾਅ ਕਾਰਨ ਉਹਦੀਆਂ ਬਿਮਾਰੀਆਂ ਵੱਧ ਗਈਆਂ ਸਨ। ਖੂਨ ਦਾ ਦਬਾਅ ਅਤੇ ਸ਼ੂਗਰ ਅਸਮਾਨ 'ਚ ਹੋਣ ਲੱਗਾ ਸੀ। ਦਿਲ ਦੀ ਧੜਕਣ ਤੇਜ਼ ਸੀ। ਲਾਭ ਸਿੰਘ ਹੋਰੀ ਉਹਦੀ ਬਿਮਾਰੀ ਅਤੇ ਘਬਰਾਹਟ ਦਾ ਫਾਇਦਾ ਉਠਾ ਸਕਦੇ ਸਨ। ਸੁੱਚਾ ਸਿੰਘ ਨੂੰ ਉਹਨੇ ਨਿਹਾਲ ਕਰ ਦਿੱਤਾ ਸੀ। ਚੱਕਰ ਵਾਲਿਆਂ ਲਈ ਹਾਲੇ ਵੀ ਉਸ ਕੋਲ ਬਹੁਤ ਕੁਝ ਬਾਕੀ ਸੀ। ਕਿੰਨਾ ਬਟੋਰਨਾ ਇਹਦਾ ਫੈਸਲਾ ਉਹਨਾਂ ਨੇ ਕਰਨਾ। ਬਾਕੀ ਦੇ ਦੋਵਾਂ ਕੈਦੀਆਂ ਬਾਰੇ ਲਾਭ ਸਿੰਘ ਖੁਦ ਬਹੁਤ ਕੁਝ ਜਾਣਦਾ ਸੀ। ਉਹਨਾਂ ਦੇ ਮੁਕੱਦਮੇ ਦੀ ਕਾਰਵਾਈ ਦੀਆਂ ਖਬਰਾਂ ਹਰ ਰੋਜ਼ ਅਖਬਾਰਾਂ 'ਚ ਛਪਦੀਆਂ ਸਨ। ਲਾਭ ਸਿੰਘ ਲਗਾਤਾਰ ਉਹਨਾਂ ਖਬਰਾਂ ਉੱਪਰ ਨਜ਼ਰ ਰੱਖ ਰਿਹਾ ਸੀ। ਇਹਨਾਂ ਕੈਦੀਆਂ ਕੋਲੋਂ ਨਾ ਕਿਸੇ ਨੂੰ ਕੁਝ ਮਿਲਣਾ ਸੀ ਅਤੇ ਨਾ ਹੀ ਉਹਨਾਂ ਨੇ ਕੁਝ ਲੈਣਾ ਸੀ। ਸਭ ਤੋਂ ਪਹਿਲਾਂ ਵਕੀਲ ਸਾਹਿਬ ਦੇ ਕਾਗਜ਼ ਪੱਤਰ ਤਿਆਰ ਹੋਣੇ ਚਾਹੀਦੇ ਹਨ। ਪਹਿਲਾਂ ਹਾਕਮ ਸਿੰਘ ਨੂੰ ਅੱਗੇ ਆਉਣ ਦਾ ਹੁਕਮ ਹੋਇਆ। ਜਿਹੜਾ ਹਿਸਟਰੀ ਟਿਕਟ ਹਾਕਮ ਸਿੰਘ ਦਾ ਭਰਿਆ ਗਿਆ ਉਸ ਉੱਪਰ 808 ਨੰਬਰ ਲੱਗਾ ਹੋਇਆ ਸੀ। ਇਹੋ ਹਾਕਮ ਸਿੰਘ ਦਾ ਕੈਦੀ ਨੰਬਰ ਸੀ। ਅੱਗੇ ਤੋਂ ਹਾਕਮ ਸਿੰਘ ਨੂੰ ਵਕੀਲ ਸਾਹਿਬ ਨਾਲ ਘੱਟ ਅਤੇ ਇਸ ਨੰਬਰ ਨਾਲ ਵੱਧ ਬੁਲਾਇਆ ਜਾ ਕਰਨਾ ਸੀ। ਵਕੀਲ ਸਾਹਿਬ, ਤੁਹਾਡਾ ਰਿਕਾਰਡ ਦੱਸਦਾ ਕਿ ਤੁਸੀਂ 2 ਸਾਲ ਹਵਾਲਾਤੀ ਰਹੇ ਹੋ, ਇਸ ਲਈ ਜੇਲ੍ਹ 'ਚ ਹੁੰਦੀਆਂ ਕਾਰਵਾਈਆਂ ਤੋਂ ਵਾਕਫ ਹੋਵੋਗੇ। ਆਹ ਫੜੋ ਆਪਣਾ ਸਜ਼ਾ ਵਾਰੰਟ, ਮੈਂ ਹਿਸਟਰੀ ਭਰਨਾ, ਜੋ ਪੁੱਛਾਂ ਸਹੀ ਸਹੀ ਦੱਸੀ ਜਾਣਾ। ਚੀਫ ਵਾਰਡਨ ਨੇ ਕੈਦੀ ਤੋਂ ਉਹਦਾ ਨਾਮ, ਬਾਪ ਦਾ ਨਾਮ, ਕੀਤੇ ਜੁਰਮ, ਹੋਈ ਸਜ਼ਾ, ਪੜ੍ਹਾਈ ਲਿਖਾਈ, ਕੱਦ ਕਾਠ, ਵਜ਼ਨ, ਬਿਮਾਰੀਆਂ ਤੋਂ ਲੈ ਕੇ ਸ਼ੌਂਕਾਂ ਬਾਰੇ ਤੱਕ ਪੁੱਛਿਆ। ਹਾਕਮ ਸਿੰਘ ਦੱਸਦਾ ਰਿਹਾ ਅਤੇ ਲਾਭ ਸਿੰਘ ਮਿਲ ਰਹੀ ਜਾਣਕਾਰੀ ਨੂੰ ਵਾਰੰਟ ਨਾਲ ਮਿਲਾ ਕੇ ਹਿਸਟਰੀ ਟਿਕਟ ਵਿੱਚ ਦਰਜ ਕਰਦਾ ਰਿਹਾ। ਕੈਦੀਆਂ ਦੀ ਇੱਕ ਵਾਰ ਤਲਾਸ਼ੀ ਡਿਊਟੀ 'ਚ ਹੋ ਚੁੱਕੀ ਸੀ। ਉਸ ਸਮੇਂ ਕੇਵਲ ਉਹ ਸਮਾਨ ਸਬਤ ਕੀਤਾ ਗਿਆ ਸੀ ਜੋ ਇਤਰਾਜ਼ਯੋਗ ਸੀ ਅਤੇ ਜਿਹਨੂੰ ਜੇਲ੍ਹ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਸੀ। ਦੂਸਰੀ ਵਾਰ ਤਲਾਸ਼ੀ ਚੱਕਰ 'ਚ ਹੋਣੀ ਸੀ। ਇੱਥੇ ਕੈਦੀ ਦੇ ਘਰੇਲੂ ਕੱਪੜੇ, ਲੀੜੇ, ਗਹਿਣੇ, ਗੱਟੇ, ਨਕਦੀ ਅਤੇ ਹੋਰ ਨਿੱਜੀ ਸਮਾਨ ਨੂੰ ਜੇਲ੍ਹ ਦੇ ਸਟੋਰ 'ਚ ਜਮ੍ਹਾਂ ਕਰ ਦਿੱਤਾ ਜਾਣਾ ਸੀ। ਕੈਦੀ ਨੂੰ ਜਮ੍ਹਾਂ ਹੋਏ ਸਮਾਨ ਦੀ ਰਸੀਦ ਮਿਲਣੀ ਸੀ। ਰਿਹਾਈ ਸਮੇਂ ਇਹ ਸਮਾਨ ਉਹਨੂੰ ਵਾਪਸ ਮਿਲ ਜਾਣਾ ਸੀ। ਸਟੋਰ 'ਚ ਕੈਦੀ ਨੂੰ ਸਰਕਾਰੀ ਵਰਦੀ, ਬਿਸਤਰ, ਭਾਂਡਾ ਠੀਕਰ ਅਤੇ ਹੋਰ ਰੋਜ਼ਮਰਾ 'ਚ ਕੰਮ ਆਉਣ ਵਾਲਾ ਸਮਾਨ ਮਿਲਣਾ ਸੀ। ਹਿਸਟਰੀ ਟਿਕਟ ਤਿਆਰ ਹੋਣ ਬਾਅਦ ਤਲਾਸ਼ੀ ਦੀ ਕਾਰਵਾਈ ਸ਼ੁਰੂ ਹੋਈ। ਆਹ ਝੋਲਾ ਦਿਖਾਓ, ਕੀ ਹੈ ਇਸ 'ਚ? ਕੁਝ ਕਿਤਾਬਾਂ ਨੇ, ਕਾਪੀ ਅਤੇ ਪੈੱਨ ਹੈ। ਹਾਕਮ ਸਿੰਘ ਜਾਣਦਾ ਸੀ ਜੇਲ੍ਹ ਨਿਯਮ ਅਨੁਸਾਰ ਕੈਦੀ ਨੂੰ ਪੜ੍ਹਨ ਲਿਖਣ ਦੀ ਆਜ਼ਾਦੀ ਹੈ, ਇਸ ਲਈ ਕੁਝ ਕਿਤਾਬਾਂ ਅਤੇ ਲਿਖਣ ਸਮੱਗਰੀ ਨਾਲ ਲਿਆਇਆ ਸੀ। ਇਸ ਲਈ ਝੋਲਾ ਮੁਨਸ਼ੀ ਨੂੰ ਫੜਾਉਣ ਦੀ ਉਹਨੇ ਜ਼ਰੂਰਤ ਨਾ ਸਮਝੀ। ਦਿਖਾ ਕਿਹੜੀਆਂ ਕਿਤਾਬਾਂ ਨੇ? ਵਕੀਲ ਵੱਲੋਂ ਹੋਈ ਹੁਕਮ ਅਦੁੱਲੀ ਨੇ ਲਾਭ ਸਿੰਘ ਨੂੰ ਚੜਾਇਆ, ਗੁੱਸੇ ਨੂੰ ਉਹਦੇ ਕਾਬੂ 'ਚ ਰੱਖਿਆ, ਪਰ ਸੰਬੋਧਨ 'ਚ ਤਬਦੀਲੀ ਲਿਆਂਦੀ, ਨਾਲ ਹੀ ਝੋਲੇ ਵੱਲ ਹੱਥ ਵਧਾਇਆ।
ਇਹ ਜੇਲ੍ਹ ਮੈਨੂਅਲ ਹੈ, ਆ ਕਾਨੂੰਨ ਦੀਆਂ ਕਿਤਾਬਾਂ ਹਨ, ਆ ਸੁਪਰੀਮ ਕੋਰਟ ਦੇ ਫੈਸਲਿਆਂ ਦੀਆਂ ਨਕਲਾਂ ਹਨ। ਪੁਸਤਕਾਂ ਝੋਲੇ ਚੋਂ ਬਾਹਰ ਕੱਢ ਕੇ ਹਾਕਮ ਸਿੰਘ ਨੇ ਮੇਜ਼ ਤੇ ਰੱਖ ਦਿੱਤੀਆਂ। ਜੇਲ੍ਹ ਮੈਨੂਅਲ ਇਹ ਤੈਨੂੰ ਕਿੱਥੋਂ ਮਿਲ ਗਿਆ? 30 ਸਾਲ ਹੋ ਗਏ ਮੈਨੂੰ ਨੌਕਰੀ 'ਚ ਆਇਆ, ਇਹਦੇ ਅਜੇ ਤੱਕ ਮੈਂ ਦਰਸ਼ਨ ਨਹੀਂ ਕੀਤੇ। ਜੇਲ੍ਹ ਮੈਨੂਅਲ ਨੂੰ ਹੱਥਾਂ 'ਚ ਫੜ ਕੇ ਨਿਹਾਲ ਸਿੰਘ ਨੇ ਹੈਰਾਨੀ ਪ੍ਰਗਟਾਈ। ਇਹ ਵਕੀਲਾਂ ਨੂੰ ਮੁਕੱਦਮੇ ਝਗੜਨ ਲਈ ਮਿਲ ਜਾਂਦੇ ਹਨ। ਇਹੋ ਆਖ ਤੂੰ ਕੈਦੀਆਂ ਨੂੰ ਭੜਕਾਉਣ ਲਈ ਜੇਲ੍ਹ ਮੈਨੂਅਲ ਲੈ ਕੇ ਆਇਆ, ਇਸ ਨੂੰ ਜੇਲ੍ਹ 'ਚ ਲਿਆਉਣ ਦੀ ਇਜਾਜ਼ਤ ਨਹੀਂ ਹੈ। ਇਸ ਨਵੀਂ ਮੁਸੀਬਤ ਨੇ ਲਾਭ ਸਿੰਘ ਦੇ ਅੰਦਰ ਬਲਦੀ ਅੱਗ 'ਤੇ ਤੇਲ ਪਾਉਣ ਵਾਲਾ ਕੰਮ ਕੀਤਾ। ਨਹੀਂ, ਇਸ ਬਾਰੇ ਹਰ ਕੈਦੀ ਨੂੰ ਜਾਣਕਾਰੀ ਦੇਣੀ ਜੇਲ੍ਹ ਪ੍ਰਸ਼ਾਸਨ ਦਾ ਫਰਜ਼ ਹੈ, ਇਹ ਮੈਂ ਨਹੀਂ ਸੁਪਰੀਮ ਕੋਰਟ ਆਖਦੀ ਹੈ। ਸੁਪਰੀਮ ਕੋਰਟ ਵਕੀਲਾਂ ਨੂੰ ਆਖਦੀ ਹੋਏਗੀ, ਅਸੀਂ ਨਹੀਂ ਮੰਨਦੇ ਇਹ ਹਦਾਇਤਾਂ, ਅਸੀਂ ਜੇਲ੍ਹ 'ਚ ਅਮਨ ਸ਼ਾਂਤੀ ਰੱਖਣੀ ਹੈ, ਕੈਦੀਆਂ ਨੂੰ ਭੜਕਾਉਣਾ ਨਹੀਂ। ਚੀਫ ਵਾਰਡਰ ਨੂੰ ਲੱਗਾ ਜਿਵੇਂ ਹਾਕਮ ਸਿੰਘ ਜੇਲ੍ਹ 'ਚ ਫਨੀਅਰ ਸੱਪ ਲੈ ਆਇਆ ਹੈ ਜਿਹਨੇ ਸਾਰੇ ਅਧਿਕਾਰੀਆਂ ਨੂੰ ਡੱਸ ਲੈਣਾ। ਹਾਕਮ ਚੁੱਪ ਰਿਹਾ, ਇਹ ਅੰਗਰੇਜ਼ੀ ਵਿੱਚ ਨੇ, ਸਾਨੂੰ ਅੰਗਰੇਜ਼ੀ ਨਹੀਂ ਆਉਂਦੀ, ਕੱਲ੍ਹ ਨੂੰ ਵੱਡਾ ਸਾਹਿਬ ਆਏਗਾ ਉਹਨੂੰ ਦਿਖਾਵਾਂਗੇ, ਜੇ ਇਜਾਜ਼ਤ ਦਏਗਾ ਤਾਂ ਵਾਪਸ ਕਰ ਦਿਆਂਗੇ। ਆਖਦੇ ਲਾਭ ਸਿੰਘ ਨੇ ਪੁਸਤਕਾਂ ਨੂੰ ਝੋਲੇ 'ਚ ਪਾਇਆ, ਉੱਪਰ ਹਾਕਮ ਸਿੰਘ ਦਾ ਨਾਂ ਅਤੇ ਕੈਦੀ ਨੰਬਰ ਲਿਖ ਕੇ ਝੋਲਾ ਸਾਹਮਣੇ ਮੇਜ਼ ਪਏ ਰੈਕ 'ਚ ਰੱਖ ਦਿੱਤਾ। ਹਾਕਮ ਸਿੰਘ ਨੇ ਕੋਈ ਉਜਰ ਨਾ ਕੀਤਾ, ਉਹਨਾਂ ਦੀ ਗੱਲ ਕੁਝ ਹੱਦ ਤੱਕ ਜਾਇਜ਼ ਸੀ, ਕੱਲ੍ਹ ਨੂੰ ਪੁਸਤਕਾਂ ਆਪੇ ਵਾਪਸ ਮਿਲ ਜਾਣਗੀਆਂ। ਲਾਭ ਸਿੰਘ ਦਾ ਭਰਮ ਗਲਤ ਸੀ, ਜੇਲ੍ਹ ਮੈਨੂਅਲ ਦਾ ਅਧਿਐਨ ਉਹਨੇ ਕੈਦੀਆਂ ਨੂੰ ਭੜਕਾਉਣ ਜਾਂ ਕਿਸੇ ਸਾਇਲ ਦੇ ਮੁਕੱਦਮੇ ਦੀ ਤਿਆਰੀ ਕਰਦਿਆਂ ਨਹੀਂ ਸੀ ਕੀਤਾ, ਸਗੋਂ ਆਪਣੇ 'ਤੇ ਆਉਣ ਵਾਲੀ ਮੁਸੀਬਤ ਨੂੰ ਕੁਝ ਸੁਖਾਲਾ ਕਰਨ ਲਈ ਕੀਤਾ ਸੀ। ਆਪਣੇ ਵਿਰੁੱਧ ਦਰਜ ਹੋਈ ਰਿਪੋਰਟ ਪੜ੍ਹਦਿਆਂ ਹੀ ਹਾਕਮ ਸਿੰਘ ਨੇ ਹਰ ਸੂਰਤ ਵਿੱਚ ਹੋਣ ਵਾਲੀ ਸਜ਼ਾ ਨੂੰ ਭਾਂਪ ਲਿਆ ਸੀ। ਹਾਕਮ ਦੇ ਮੁਕੱਦਮੇ ਦਾ ਮੁਦਈ ਕੋਈ ਸਧਾਰਨ ਵਿਅਕਤੀ ਨਹੀਂ ਸੀ, ਉਹ ਮਾਇਆ ਨਗਰ ਦਾ ਨਾਮੀ ਵਕੀਲ ਸੀ। ਰਪਟ ਦਰਜ ਕਰਾਉਂਦੇ ਸਮੇਂ ਉਹਨੇ ਕਾਨੂੰਨੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਸੱਚ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਸੀ। ਸੱਚ ਇਹ ਸੀ ਕਿ ਰਵਿੰਦਰ ਦੀ ਮੌਤ ਦਾ ਅਸਲ ਕਾਰਨ ਘੱਟ ਦਾਜ ਦਾਜ ਲਿਆਉਣ ਕਾਰਨ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣਾ ਨਹੀਂ ਸੀ, ਸਗੋਂ ਵਕੀਲ ਦੀ ਘੱਟ ਆਮਦਨ ਸੀ। ਹਾਕਮ ਸਿੰਘ ਨੇ ਵਿਆਹ ਤੋਂ ਪਹਿਲਾਂ ਸਹੁਰੇ ਕੋਲ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਸੀ। ਉਹ ਤੰਗੀਆਂ ਤੁਰਸ਼ੀਆਂ 'ਚ ਪੜ੍ਹਿਆ ਸੀ, ਉਸ ਕੋਲ ਚੰਗੇ ਨੰਬਰਾਂ ਵਾਲੀਆਂ ਡਿਗਰੀਆਂ ਅਤੇ ਮਿਲੇ ਇਨਾਮਾਂ ਸਨਮਾਨਾਂ ਵਾਲੇ ਸਰਟੀਫਿਕੇਟਾਂ ਦਾ ਥੱਬਾ ਸੀ, ਪਰ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਨਹੀਂ ਸਨ। ਹਾਕਮ ਸਿੰਘ ਦਾ ਸਹੁਰਾ ਵਕੀਲ ਸੀ, ਉਹਦਾ ਪਿਛੋਕੜ ਵੀ ਹਾਕਮ ਸਿੰਘ ਵਰਗਾ ਸੀ। ਵਕਾਲਤ ਨੂੰ ਚਮਕਾਉਣ ਲਈ ਪ੍ਰਤਿਭਾ ਦੀ ਜ਼ਰੂਰਤ ਹੁੰਦੀ ਹੈ, ਜੋ ਹਾਕਮ ਸਿੰਘ ਕੋਲ ਬਹੁਤ ਸੀ। ਮੇਜਰ ਸਿੰਘ ਨੂੰ ਯਕੀਨ ਸੀ ਹਾਕਮ ਸਿੰਘ ਨੇ ਦਿਨਾਂ ਵਿੱਚ ਹੀ ਸਫਲਤਾ ਵਾਲੀਆਂ ਪੌੜੀਆਂ ਚੜ੍ਹ ਜਾਣਾ। ਉਸ ਲਈ ਵਾਧਾ ਇਹ ਹੋਣਾ ਸੀ ਕਿ ਮੇਜਰ ਸਿੰਘ ਵਰਗੇ ਕਾਬਲ ਵਕੀਲ ਦਾ ਹੱਥ ਉਹਦੇ ਸਿਰ ਉੱਪਰ ਹੋਣਾ ਸੀ। ਹਾਕਮ ਨੂੰ ਕਾਨੂੰਨੀ ਪੇਚੀਦਗੀਆਂ ਸਾਲਾਂ ਦੀ ਥਾਂ ਦਿਨਾਂ 'ਚ ਹੀ ਸਮਝ ਆ ਜਾਣਗੀਆਂ। ਸਾਰੇ ਨਫੇ ਨੁਕਸਾਨ ਸੋਚ ਕੇ ਮੇਜਰ ਸਿੰਘ ਨੇ ਉਹਨੂੰ ਆਪਣੀ ਧੀ ਲਈ ਚੁਣਿਆ ਸੀ। ਧੀ ਨੇ ਮਲਵੀਂ ਜੀ ਜੀਵ ਨਾਲ ਮਾਇਆ ਨਗਰ ਵਰਗਾ ਸ਼ਹਿਰ ਛੱਡ ਕੇ ਪਿੰਡਾਂ ਵਰਗੀ ਮੰਡੀ 'ਚ ਵਿਆਹ ਜਾਣ ਤੋਂ ਤੇ ਗਿਲਾ ਕੀਤਾ ਸੀ। ਮੇਜਰ ਸਿੰਘ ਨੇ ਧੀ ਨੂੰ ਦੂਰ ਅੰਦੇਸ਼ ਬਣਨ ਦਾ ਉਪਦੇਸ਼ ਦੇ ਕੇ ਚੁੱਪ ਕਰਵਾ ਦਿੱਤਾ ਸੀ। ਭਵਿੱਖਬਾਣੀ ਕਰਦਿਆਂ ਮੇਜਰ ਸਿੰਘ ਨੇ ਧੀ ਨੂੰ ਯਕੀਨ ਦਿਵਾਇਆ ਸੀ ਜਿਉਂ ਜਿਉਂ ਹਾਕਮ ਸਿੰਘ ਨੇ ਤਰੱਕੀ ਕਰਨੀ ਸੀ ਤਿਉਂ ਤਿਉਂ ਉਹਨੇ ਸ਼ਹਿਰ ਵੀ ਬਦਲਣੇ ਸਨ। 5-7 ਸਾਲਾਂ 'ਚ ਹਾਕਮ ਸਿੰਘ ਨੇ ਹਾਈਕੋਰਟ ਤੱਕ ਪਹੁੰਚ ਜਾਣਾ ਸੀ। ਸੁਨਹਿਰੇ ਭਵਿੱਖ ਲਈ ਕੁਝ ਕੁਰਬਾਨੀਆਂ ਤਾਂ ਕਰਨੀਆਂ ਪੈਂਦੀਆਂ ਹਨ। ਉਸ ਸਮੇਂ ਜੇ ਰਵਿੰਦਰ ਆਪਣੀ ਗੱਲ 'ਤੇ ਅੜ ਜਾਂਦੀ ਤਾਂ ਬਿਨਾਂ ਬਹੁਤੇ ਸੋਚਿਆਂ ਮੇਜਰ ਸਿੰਘ ਨੇ ਆਪਣਾ ਵਿਚਾਰ ਬਦਲ ਲੈਣਾ ਸੀ, ਪਰ ਇੱਕ ਵਾਰ ਲਾਵਾਂ ਲੈਣ ਬਾਅਦ ਸਮੇਂ ਨੂੰ ਪੁੱਠਾ ਗੇੜ ਨਹੀਂ ਸੀ ਦਿੱਤਾ ਜਾ ਸਕਦਾ। ਖੁੱਲੀਆਂ ਸੜਕਾਂ 'ਤੇ ਗੱਡੀਆਂ ਭਜਾਉਣ ਵਾਲੀ, ਹੋਟਲਾਂ ਕਲੱਬਾਂ 'ਚ ਪਾਰਟੀਆਂ 'ਤੇ ਜਾਣ ਵਾਲੀ ਰਵਿੰਦਰ ਦਾ 6 ਕੁ ਮਹੀਨਿਆਂ ਵਿੱਚ ਉੱਥੇ ਦਮ ਘੁੱਟਣ ਲੱਗਾ। 3 ਮਹੀਨਿਆਂ ਬਾਅਦ ਪੇਕੇ ਫੇਰਾ ਪਾਉਣ ਆਈ ਧੀ ਦਾ ਮੁਰਝਾਇਆ ਚਿਹਰਾ ਦੇਖ ਕੇ ਬਾਪ ਦਾ ਦਿਲ ਧੜਕਿਆ। ਦਾਲ 'ਚ ਕੁਝ ਕਾਲਾ ਲੱਗਾ। ਰਵਿੰਦਰ ਦੀ ਮਾਂ ਰਾਹੀਂ ਉਹਨੇ ਕੁੜੀ ਦਾ ਮਨ ਪੜ੍ਹਨਾ ਚਾਹਿਆ। ਪਤਾ ਲੱਗਾ ਮਸਲਾ ਬਹੁਤ ਗੰਭੀਰ ਨਹੀਂ ਸੀ। ਸੱਸ ਸਹੁਰੇ ਨੂੰ ਕੁੜੀ ਦੇ ਨਵੇਂ ਫੈਸ਼ਨਾਂ ਦੇ ਕੱਪੜੇ ਲੀੜੇ ਪਾਉਣ ਉੱਪਰ ਇਤਰਾਜ਼ ਸੀ। ਉਹਨਾਂ ਨੂੰ ਕੁੜੀ ਦਾ ਤੀਜੇ ਦਿਨ ਹਾਕਮ ਨੂੰ ਲੈ ਕੇ ਸਿਨੇਮਾ ਵੇਖਣ ਜਾਣਾ ਵੀ ਚੰਗਾ ਨਹੀਂ ਸੀ ਲੱਗਦਾ। ਡੋਸੇ ਇਡਲੀ ਖਾਣ ਲਈ ਉਹਨਾਂ ਦੀ ਮੰਡੀ ਵਿੱਚ ਕੋਈ ਥਾਂ ਨਹੀਂ ਸੀ। ਮੂੰਹ ਦੇ ਸਵਾਦ ਲਈ 50 ਕਿਲੋਮੀਟਰ ਪੈਂਡਾ ਮਾਰ ਕੇ ਮਾਇਆ ਨਗਰ ਜਾਣ 'ਚ ਕੋਈ ਤੁੱਕ ਨਹੀਂ ਸੀ। ਮੇਜਰ ਸਿੰਘ ਨੇ ਕੁੜੀ ਨੂੰ ਕੋਲ ਬਿਠਾ ਕੇ ਸਮਝਾਇਆ, ਸੈਂਕੜੇ ਪਰਿਵਾਰਾਂ ਦੇ ਤਰੱਕੀ ਕਰਕੇ ਪਿੰਡੋ ਸ਼ਹਿਰੀ ਆਉਣ ਦੇ ਕਿੱਸੇ ਸੁਣਾਏ। ਰਵਿੰਦਰ ਨੇ ਸਦਾ ਲਈ ਮੰਡੀ ਨਹੀਂ ਸੀ ਬੈਠੀ ਰਹਿਣਾ। ਚੰਗੇ ਦਿਨ ਆਏ ਕਿ ਆਏ ਕੁੜੀ ਦਾ ਮਨ ਟਿੱਕ ਗਿਆ, ਪਰ ਅਗਲੀ ਵਾਰ ਆਈ ਕੁੜੀ ਪਹਿਲਾਂ ਨਾਲੋਂ ਵੱਧ ਚਿੰਤਾ 'ਚ ਸੀ। MA ਪਾਸ ਰਵਿੰਦਰ ਵਿਹਲਾ ਸਮਾਂ ਬਿਤਾਉਣ ਲਈ ਕਿਸੇ ਸਕੂਲ ਜਾਂ ਦਫ਼ਤਰ 'ਚ ਨੌਕਰੀ ਕਰਨਾ ਚਾਹੁੰਦੀ ਸੀ। 1,500 ਰੁਪਏ ਲਈ ਨੂੰਹ ਨੂੰ ਬਾਹਰ ਭੇਜਣ ਲਈ ਸਹੁਰੇ ਤਿਆਰ ਨਹੀਂ ਸਨ। ਮੇਜਰ ਸਿੰਘ ਨੇ ਫਿਰ ਸਹੁਰਿਆਂ ਦੇ ਹੱਕ 'ਚ ਦਲੀਲਾਂ ਦਿੱਤੀਆਂ। ਸ਼ਾਇਦ ਇਸ ਵਾਰ ਰਵਿੰਦਰ ਨੂੰ ਬਾਪ ਦਾ ਰੁੱਖ ਚੰਗਾ ਨਹੀਂ ਸੀ ਲੱਗਾ।
ਮੁੜ ਨਾ ਉਹਨੇ ਬਾਪ ਨੂੰ ਕੋਈ ਫੋਨ ਕੀਤਾ ਤੇ ਨਾ ਕਦੇ ਕੋਈ ਦੁਖੜਾ ਰੋਇਆ। ਹਾਕਮ ਸਿੰਘ ਨੇ ਵੀ ਉਸ ਕੋਲ ਮਨ ਦੀ ਘੁੰਡੀ ਨਾ ਖੋਲੀ। ਮੇਜਰ ਸਿੰਘ ਨੂੰ ਲੱਗਾ ਸਿਆਣੀ ਧੀ ਨੇ ਮੁੱਢਲੀਆਂ ਔਕੜਾਂ ਸਰ ਕਰ ਲਈਆਂ ਹਨ ਤੇ ਹੁਣ ਸਭ ਕੁਝ ਠੀਕ ਠਾਕ ਹੈ। ਮੇਜਰ ਸਿੰਘ ਨੂੰ ਸਥਿਤੀ ਦੀ ਗੰਭੀਰਤਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਰਵਿੰਦਰ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਆਈ। ਰਵਿੰਦਰ ਦੇ ਜਿਉਂਦੀ ਰਹਿਣ ਤੱਕ ਮੇਜਰ ਸਿੰਘ ਨੇ ਜਵਾਈ ਦਾ ਪੱਖ ਪੂਰਿਆ ਸੀ। ਧੀ ਦੇ ਮਰ ਜਾਣ ਬਾਅਦ ਬਾਪ ਦਾ ਮਨ ਕੁਰਲਾ ਉੱਠਿਆ। ਉਹਨੂੰ ਆਪਣੀ ਅਣਗਹਿਲੀ ਉੱਪਰ ਪਛਤਾਵਾ ਹੋਣ ਲੱਗਾ। ਧੀ ਦੇ ਨਾਲ ਨਾਲ ਉਹਨੂੰ ਹਾਕਮ ਦੇ ਮਾਪਿਆਂ ਨੂੰ ਵੀ ਸਮਝਾਉਣਾ ਚਾਹੀਦਾ ਸੀ। ਧੀ ਦੀ ਗੱਲ ਮੰਨੀ ਜਾ ਸਕਦੀ ਸੀ। ਜੇ ਧੀ ਇੰਨੀ ਦੁਖੀ ਸੀ ਤਾਂ ਤਲਾਕ ਲੈ ਕੇ ਉਹਦਾ ਖਹਿੜਾ ਛੁਡਾਇਆ ਜਾ ਸਕਦਾ ਸੀ। ਖਿਜੇ ਕਲਪੇ ਮੇਜਰ ਸਿੰਘ ਨੂੰ ਹਾਕਮ ਸਿੰਘ ਦੀ ਚੁੱਪ ਤੇ ਵੱਧ ਗੁੱਸਾ ਸੀ। ਉਹਨੂੰ ਸਥਿਤੀ ਨੂੰ ਸੰਭਾਲਣਾ ਚਾਹੀਦਾ ਸੀ। ਘੱਟੋ ਘੱਟ ਮਸਲਾ ਮੇਜਰ ਸਿੰਘ ਦੇ ਧਿਆਨ 'ਚ ਤਾਂ ਲਿਆਉਂਦਾ। ਕਾਨੂੰਨੀ ਗੁੰਝਲਾਂ ਨੂੰ ਧਿਆਨ 'ਚ ਰੱਖਦਿਆਂ ਮੇਜਰ ਸਿੰਘ ਨੇ ਸਾਰਾ ਨਜ਼ਲਾ ਹਾਕਮ ਸਿੰਘ ਉੱਪਰ ਸੁੱਟ ਦਿੱਤਾ। ਸੱਚ ਦੇ ਉਲਟ ਜੋ ਰਪਟ ਵਿੱਚ ਲਿਖਿਆ ਗਿਆ ਉਹ ਇਹ ਸੀ ਕਿ ਹਾਕਮ ਸਿੰਘ ਪਹਿਲੇ ਦਿਨੋਂ ਹੀ ਕੁੜੀ ਵੱਲੋਂ ਲਿਆਂਦੇ ਘੱਟ ਦਹੇਜ ਦੇ ਘਰ ਨਾਰਾਜ਼ ਸੀ। ਉਹ ਆਏ ਦਿਨ ਕੁੜੀ ਨੂੰ ਪੇਕਿਆਂ ਕੋਲੋਂ ਕਾਰ ਲਿਆਉਣ ਲਈ ਤੰਗ ਪਰੇਸ਼ਾਨ ਕਰਦਾ ਸੀ। ਮੇਜਰ ਸਿੰਘ ਨੇ ਕਈ ਵਾਰ 10-10, 20-20 ਹਜ਼ਾਰ ਦੇ ਕੇ ਲਾਲਚ ਦੀ ਅੱਗ ਨੂੰ ਠੰਡੀ ਕਰਨ ਦਾ ਯਤਨ ਕੀਤਾ ਸੀ, ਪਰ ਕੁਝ ਮਹੀਨਿਆਂ ਬਾਅਦ ਲਾਲਚ ਫਿਰ ਜਾਗ ਪੈਂਦਾ ਸੀ। ਕੁੜੀ ਦੀ ਆਤਮ ਹੱਤਿਆ ਕਰਨ 'ਤੇ 1 ਘੰਟਾ ਪਹਿਲਾਂ ਇਸੇ ਗੱਲ 'ਤੇ ਇੱਕ ਵਾਰ ਫਿਰ ਝਗੜਾ ਹੋਇਆ ਸੀ। ਕੁੜੀ ਦੇ ਮਾਪਿਆਂ ਨੂੰ ਫੋਨ 'ਤੇ ਝਗੜੇ ਦੀ ਇਤਲਾਹ ਦੇ ਕੇ ਆਪ ਪੱਖੇ ਚੁੰਨੀ ਬੰਨ੍ਹ ਲਈ ਸੀ। ਦਿਨ ਰਾਤ ਇੱਕ ਕਰਕੇ ਮਾਹਿਰ ਵਕੀਲਾਂ ਦੇ ਸਮਝਾਏ ਚੁਸਤ ਚਲਾਕ ਗਵਾਹ ਆਸਾਨੀ ਨਾਲ ਹਾਕਮ ਸਿੰਘ ਦੀਆਂ ਜੜ੍ਹਾਂ 'ਚ ਤੇਲ ਦੇ ਗਏ। ਮੁਕੱਦਮੇ ਦੀ ਸੁਣਵਾਈ ਸਮੇਂ ਹਾਕਮ ਸਿੰਘ ਨਾਲ ਇੱਕ ਹੋਰ ਜ਼ਿਆਦਤੀ ਹੋਈ ਸੀ। ਹਾਕਮ ਸਿੰਘ ਉੱਪਰ ਮੁਕੱਦਮਾ ਉਸੇ ਅਦਾਲਤ ਵਿੱਚ ਚੱਲਿਆ ਸੀ ਜਿਸ 'ਚੋਂ ਵਕਾਲਤ ਕਰਦਾ ਰਿਹਾ ਸੀ। ਪੈਰਵੀ ਲਈ ਮੇਜਰ ਸਿੰਘ ਮਾਇਆ ਨਗਰੀ ਤੋਂ ਆਉਂਦਾ ਸੀ। ਜੂਨੀਅਰ ਵਕੀਲ ਹੋਣ ਕਾਰਨ ਹਾਕਮ ਸਿੰਘ ਦੇ ਭਾਈਚਾਰੇ ਵਿੱਚੋਂ ਕਿਸੇ ਨੇ ਉਹਦੇ ਹੱਕ 'ਚ ਹਾਹ ਦਾ ਨਾਰਾ ਨਹੀਂ ਸੀ ਮਾਰਿਆ। ਦੂਜੇ ਪਾਸੇ ਮੇਜਰ ਸਿੰਘ ਨਾਲ ਜੂਨੀਅਰ ਅਤੇ ਸੀਨੀਅਰ ਹਰ ਤਰ੍ਹਾਂ ਦੇ ਵਕੀਲਾਂ ਦੀ ਢਾਣੀ ਆਉਂਦੀ ਸੀ। ਵਕੀਲ ਦਾ ਨਿੱਜੀ ਕੇਸ ਹੈ, ਵਕੀਲ ਦੀ ਧੀ ਦਾਜ ਦੀ ਬਲੀ ਚੜ੍ਹੀ ਹੈ। ਆਖ ਆਖ ਨਾਲ ਆਏ ਵਕੀਲ ਜੱਜ ਨੂੰ ਨਿਰਪੱਖ ਹੋ ਕੇ ਸੋਚਣ ਦਾ ਮੌਕਾ ਨਹੀਂ ਸਨ ਦੇ ਰਹੇ। ਮੁਲਜ਼ਮ ਵੀ ਵਕੀਲ ਹੈ, ਇਸ ਵੱਲ ਕਿਸੇ ਦਾ ਧਿਆਨ ਨਹੀਂ ਸੀ ਜਾਂਦਾ। ਸਜ਼ਾ ਹੁੰਦੀ ਦੇਖ ਕੇ ਹਾਕਮ ਸਿੰਘ ਨੇ ਜੇਲ੍ਹ ਮੈਨੂਅਲ ਪੜ੍ਹਿਆ ਸੀ, ਪਰ ਲੱਗਦਾ ਸੀ ਕੰਮ ਆਉਣ ਦੀ ਥਾਂ ਪੜ੍ਹਾਈ ਮਹਿੰਗੀ ਪੈਂਦੀ ਜਾ ਰਹੀ ਹੈ। ਜੇਬ ਖਾਲੀ ਕਰ, ਆਹ ਕਾਗਜ਼ ਪੱਤਰ ਜੇ ਕੀ ਨੇ, ਕੁਝ ਲੋਕਾਂ ਦੇ ਪਤੇ ਤੇ ਫੋਨ ਨੰਬਰ ਨੇ, ਆਹ ਕੁਝ ਰੁਪਏ ਨੇ। ਚੀਫ ਨੇ ਨਾ ਪਤਿਆਂ ਵਾਲੀ ਛੋਟੀ ਜਿਹੀ ਡਾਇਰੀ ਲਾਭ ਸਿੰਘ ਨੂੰ ਫੜਾ ਦਿੱਤੀ ਤੇ ਨੋਟ ਆਪਣੀ ਜੇਬ 'ਚ ਪਾ ਲਏ। ਇਹਨਾਂ ਨੋਟਾਂ ਬਦਲੇ ਮੈਨੂੰ ਕੂਪਨ ਦੇ ਦਿਓ। ਬਿਨਾਂ ਲਿਖਾ ਪੜ੍ਹੀ ਦੇ ਚੀਫ ਵੱਲੋਂ ਨੋਟ ਆਪਣੀ ਜੇਬ 'ਚ ਪਾਉਣ ਤੇ ਹਾਕਮ ਸਿੰਘ ਨੂੰ ਘਬਰਾਹਟ ਹੋਈ। ਪਿਛਲੇ ਤਜਰਬੇ ਦੇ ਆਧਾਰ 'ਤੇ ਉਹਨੇ ਭਾਂਪ ਲਿਆ ਕਿ ਜੇ ਹੁਣ ਉਜਰ ਨਾ ਕੀਤਾ ਤਾਂ ਨੋਟਾਂ ਨੂੰ ਜੇਬ ਨੇ ਹਜ਼ਮ ਕਰ ਜਾਣਾ। ਕੂਪਨ ਇੱਥੇ ਕਿੱਥੇ ਨੇ? ਸਵੇਰੇ ਖਜ਼ਾਨਚੀ ਕੋਲ ਨੋਟ ਜਮ੍ਹਾਂ ਕਰਵਾਵਾਂਗੇ, ਫਿਰ ਕੂਪਨ ਲਵਾਂਗੇ। ਹਾਕਮ ਦੀ ਗੁਸਤਾਖੀ 'ਤੇ ਨਿਹਾਲ ਸਿੰਘ ਨੂੰ ਵੀ ਖਿਝ ਆਈ। ਖਿਝ ਕਾਰਨ ਉਹਦੇ ਬੋਲਾਂ 'ਚ ਤਲਖੀ ਆਉਣ ਲੱਗੀ। ਚੀਫ ਹੈਰਾਨ ਸੀ, ਹਾਕਮ ਹਾਲੇ ਵੀ ਆਪਣੇ ਆਪ ਨੂੰ ਅਫਸਰ ਸਮਝ ਰਿਹਾ ਸੀ। ਚੀਫ ਦਾ ਫਰਜ਼ ਸੀ ਉਹ ਕੈਦੀ ਨੂੰ ਅਹਿਸਾਸ ਕਰਾਏ ਕਿ ਉਹ ਹੁਣ ਪਿੰਜਰੇ 'ਚ ਬੰਦ ਬਿਨਾਂ ਖੰਭਾਂ ਵਾਲਾ ਇੱਕ ਪੰਛੀ ਸੀ। ਇਸ ਆਸ਼ੇ ਦੀ ਪੂਰਤੀ ਲਈ ਚੀਫ ਆਪਣਾ ਰੁੱਖ ਬਦਲਣ ਲੱਗਾ। ਫਿਰ ਮੈਨੂੰ ਪੈਸਿਆਂ ਦੀ ਰਸੀਦ ਤਾਂ ਦੇ ਦਿਓ, ਅਸੀਂ ਸਰਕਾਰੀ ਅਧਿਕਾਰੀ ਹਾਂ, ਤੇਰੇ ਵਰਗੇ ਮੁਜਰਮ ਨਹੀਂ, ਤੇਰੇ ਪੈਸੇ ਨਹੀਂ ਹੜੱਪਣ ਲੱਗੇ। ਜੇਲ੍ਹ ਮੈਨੂਅਲ ਮੁਤਾਬਕ ਮੈਨੂੰ ਰਸੀਦ ਹਾਸਲ ਕਰਨ ਦਾ ਹੱਕ ਹੈ। ਤੂੰ ਭੁੱਲ ਰਿਹਾ, ਹੁਣ ਤੂੰ ਇੱਕ ਕੈਦੀ ਹੈ, ਤੇਰੇ ਸਾਰੇ ਹੱਕ ਜੇਲ੍ਹ ਦੇ ਗੇਟ ਦੇ ਬਾਹਰ ਰਹਿ ਗਏ ਹਨ। ਤੈਨੂੰ ਸਰਕਾਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਤੈਨੂੰ ਮੁਜਰਮ ਹੋਣ ਦੇ ਬਾਵਜੂਦ ਵੀ ਖਾਣ ਪੀਣ ਦੇ ਸਿਰ ਉੱਪਰ ਛੱਤ ਦੇ ਰਹੀ ਹੈ। ਇਹ ਤੁਹਾਡੀ ਭੁੱਲ ਹੈ, ਸਾਡੇ ਕੁਝ ਅਧਿਕਾਰ ਹੀ ਖੋਏ ਗਏ ਹਨ, ਬਹੁਤ ਸਾਰੇ ਅਧਿਕਾਰ ਅਜੇ ਬਚਦੇ ਹਨ। ਮੈਂ ਬਚਦੇ ਅਧਿਕਾਰਾਂ ਦੀ ਗੱਲ ਕਰ ਰਿਹਾ। ਇਹ ਵਕਾਲਤ ਸਾਨੂੰ ਨਾ ਪੜ੍ਹਾ, ਵਕਾਲਤ ਜੱਜ ਸਾਹਮਣੇ ਘੋਟਦਾ, ਜੇਲ੍ਹ ਆਉਣ ਦੀ ਥਾਂ ਬਰੀ ਹੋ ਕੇ ਘਰ ਨੂੰ ਜਾਂਦਾ। ਚੀਫ ਹਾਕਮ ਸਿੰਘ ਦੀ ਖੁੰਭ ਠੱਪਣੀ ਚਾਹੁੰਦਾ ਸੀ, ਪਰ ਵਕੀਲ ਉਹਦੀ ਕਾਬੂ ਨਹੀਂ ਸੀ ਆ ਰਿਹਾ। ਆਹ ਫੜ ਆਪਣਾ ਅਸਲੀ ਅਧਿਕਾਰ, ਆਖਦੇ ਲਾਭ ਸਿੰਘ ਨੇ ਕੱਪੜਿਆਂ ਵਾਲੇ ਰੈਕ ਵਿੱਚੋਂ ਇੱਕ ਬੰਡਲ ਚੁੱਕਿਆ ਤੇ ਹਾਕਮ ਵੱਲ ਵਗਾ ਦਿੱਤਾ। ਬੰਡਲ ਹਵਾ ਵਿੱਚ ਹੀ ਖੁੱਲ੍ਹ ਗਿਆ। ਉਸ ਵਿੱਚੋਂ ਨਿਕਲ ਕੇ 2 ਅੱਧੋ ਰਾਣੇ ਮੈਲੇ ਕੁਚੈਲੇ ਕੁੜਤੇ ਪਜਾਮੇ ਜ਼ਮੀਨ ਉੱਪਰ ਬਿਖਰ ਗਏ। ਮੈਨੂੰ ਉਮਰ ਕੈਦ ਹੋਈ ਹੈ, ਮੈਂ ਨਵੇਂ ਕੱਪੜਿਆਂ ਦਾ ਹੱਕਦਾਰ ਹਾਂ। ਹਾਕਮ ਸਿੰਘ ਪੁਰਾਣੇ ਕੱਪੜੇ ਲੈਣ ਤੋਂ ਇਨਕਾਰੀ ਸੀ। ਫਿਰ ਆਖੇਗਾ ਮੈਨੂੰ ਨਵੇਂ ਭਾਂਡੇ ਦਿਓ, ਚਿੱਟੀ ਚਾਦਰ ਤੇ ਪੋਲਾ ਸਰਾਣਾ ਦਿਓ, ਬੀ ਕਲਾਸ ਦਿਓ। ਮੈਂ ਡਬਲ ਗ੍ਰੈਜੂਏਟ ਹਾਂ, ਬੀ ਕਲਾਸ ਮੇਰਾ ਹੱਕ ਹੈ। ਬੀ ਕਲਾਸ ਦੇ ਕੇ ਕਿਸੇ ਨੇ ਕੋਈ ਆਸਾਨ ਥੋੜ੍ਹਾ ਕਰਨਾ। ਲੱਗਦਾ ਕਾਨੂੰਨ ਤੇਰੇ ਦਿਮਾਗ ਨੂੰ ਜ਼ਿਆਦਾ ਹੀ ਚੜਿਆ ਹੋਇਆ। ਹੋਰਾਂ ਕੈਦੀਆਂ ਨੂੰ ਮੈਨੂਅਲ ਪੜ੍ਹਾ ਪੜ੍ਹਾ, ਤੂੰ ਤਾਂ 2 ਦਿਨਾਂ 'ਚ ਜੇਲ੍ਹ 'ਚ ਬਗਾਵਤ ਕਰਵਾ ਦਏਗਾ। ਸਾਨੂੰ ਤੇਰਾ ਦਿਮਾਗ ਤਨਹਾਈ ਚੱਕੀ 'ਚ ਬੰਦ ਕਰਕੇ ਠੀਕ ਕਰਨਾ ਪਏਗਾ। ਨਿਹਾਲ ਸਿੰਘ ਚਾਹੁੰਦਾ ਸੀ ਉਹ ਹਾਕਮ ਸਿੰਘ ਨੂੰ ਸਟੋਰ 'ਚ ਲੈ ਜਾਏ ਤੇ ਲਗਾਤਾਰ ਕੀਤੀ ਜਾ ਰਹੀ ਗੁਸਤਾਖੀ ਬਦਲੇ ਉਹਦੇ 10-20 ਪੱਟੇ ਜੜੇ।
ਪਰ ਇੱਕ ਵਕੀਲ ਉੱਪਰ ਪਹਿਲੇ ਹੀ ਦਿਨ ਹੱਥ ਚੁੱਕਣ ਦੀ ਉਹਦੀ ਹਿੰਮਤ ਨਹੀਂ ਸੀ ਪੈ ਰਹੀ। ਗੁੱਸਾ ਕਾਬੂ ਕਰਕੇ ਉਹਨੇ ਗੱਲ ਟਾਲਣ ਲਈ ਆਖਿਆ। ਰੱਸੀ ਜਲ ਗਈ ਪਰ ਵਲ ਨਹੀਂ ਗਿਆ। ਲਾਭ ਸਿੰਘ ਦਾ ਖੂਨ ਵੀ ਸੜ ਰਿਹਾ ਸੀ, ਪਰ ਜਦੋਂ ਜੇਲ੍ਹ ਅਧਿਕਾਰੀ ਕੁਝ ਨਹੀਂ ਸੀ ਕਰ ਰਿਹਾ ਤਾਂ ਕੈਦੀ ਨੂੰ ਪੰਗਾ ਲੈਣ ਦੀ ਕੀ ਜ਼ਰੂਰਤ ਸੀ? ਉਹ ਵੀ ਗੱਲ ਵਧਾਉਣ ਦੇ ਹੱਕ 'ਚ ਨਹੀਂ ਸੀ। ਇਹ ਵਕੀਲ ਹੈ, ਇਸ ਨਾਲ ਬਹੁਤੀ ਬਹਿਸ ਨਾ ਕਰ, ਕਰਨ ਵਾਲਾ ਬਹੁਤ ਕੰਮ ਪਿਆ ਹੈ। ਬੰਦੀ ਦਾ ਵੇਲਾ ਲੰਘ ਚੁੱਕਾ ਹੈ, ਅਹਾਤਿਆਂ ਦੇ ਮੁਨਸ਼ੀ ਉਡੀਕਦੇ ਹੋਣਗੇ। ਅੱਜ ਦੀ ਰਾਤ ਇਹਨੂੰ ਬਾਦਸ਼ਾਹਾਂ ਵਾਲੇ ਅਹਾਤੇ 'ਚ ਭੇਜ ਦਿੰਦੇ ਹਾਂ, ਕੱਲ੍ਹ ਨੂੰ ਸਾਹਿਬ ਅੱਗੇ ਪੇਸ਼ ਕਰ ਦਿਆਂਗੇ। ਉਹ ਆਪੇ ਇਹਨੂੰ ਮੰਜਾ ਬਿਸਤਰਾ ਦੇ ਦੇਵੇਗਾ। ਚੀਫ ਵੀ ਇਹੋ ਸੋਚ ਰਿਹਾ ਸੀ। ਮੰਗਤਿਆਂ ਲਈ ਰਾਖਵੇਂ ਅਹਾਤੇ ਦਾ ਨਾਂ ਉਹਨਾਂ ਨੇ ਬਾਦਸ਼ਾਹਾਂ ਵਾਲਾ ਅਹਾਤਾ ਰੱਖਿਆ ਸੀ। ਜਿਹੜਾ ਨਵਾਂ ਕੈਦੀ ਚੱਕਰ 'ਚ ਗੁਸਤਾਖੀ ਕਰਨ ਦੀ ਜੁਰਅਤ ਕਰਦਾ ਸੀ, ਉਹਦੀ ਸੁਹਾਗਰਾ ਤੇ ਇਸੇ ਨਰਕ 'ਚ ਬਣਾਈ ਜਾਂਦੀ ਸੀ। ਸਵੇਰ ਤੱਕ ਆਪੇ ਕੈਦੀ ਨੂੰ ਗਲਤੀ ਦਾ ਅਹਿਸਾਸ ਹੋ ਜਾਂਦਾ ਸੀ ਤੇ ਨਰਕ ਵਿੱਚੋਂ ਖਹਿੜਾ ਛੁਡਵਾਉਣ ਲਈ ਮਿਹਨਤ ਤਰਲਾ ਕਰਨ ਲੱਗਦਾ ਸੀ। ਹਾਕਮ ਸਿੰਘ ਦੇ ਦਿਮਾਗ ਕੋਲ ਵੀ ਕਾਨੂੰਨ ਦਾ ਚੜਿਆ ਭੂਤ ਉਤਾਰਨਾ ਜ਼ਰੂਰੀ ਸੀ। ਲਾਭ ਸਿੰਘ ਨੇ ਝੱਟ ਉਹਦੇ ਹਿਸਟਰੀ ਟਿਕਟ 'ਤੇ ਬਣੇ ਬੈਰਕ ਵਾਲੇ ਖਾਨੇ 'ਚ ਬਾਦਸ਼ਾਹਾਂ ਦਾ ਅਹਾਤਾ ਸ਼ਬਦ ਝਰੀਟਿਆ ਅਤੇ ਉਹਨੂੰ ਉਸ ਅਹਾਤੇ ਦੇ ਰਸਤੇ ਪਾ ਦਿੱਤੇ। ਹਾਕਮ ਸਿੰਘ ਨਾਲ ਹੋਈ ਦੁਰਗਤ ਨੇ ਜੈਨ ਦੇ ਚਿਹਰੇ 'ਤੇ ਛਾਈ ਪਲੱਤਣ ਹੋਰ ਗਹਿਰੀ ਕਰ ਦਿੱਤੇ। ਜੇ ਇੱਕ ਵਕੀਲ ਦਾ ਇਹ ਹਾਲ ਹੋਇਆ ਤਾਂ ਉਸ ਵਰਗੇ 10 ਜਮਾਤਾਂ ਪਾਸ ਨਾਲ ਪਤਾ ਨਹੀਂ ਕਿਹੋ ਜਿਹਾ ਭਾਣਾ ਵਰਤੇਗਾ। ਇਹ ਸੋਚ ਸੋਚ ਉਹਨੂੰ ਪਸੀਨੇ ਛੁੱਟ ਰਹੇ ਸਨ। ਹਾਕਮ ਸਿੰਘ ਦੀ ਕਾਰਵਾਈ ਨੂੰ ਮੁਕੰਮਲ ਹੁੰਦਿਆਂ 1 ਘੰਟਾ ਲੱਗ ਗਿਆ। ਇਹ ਤੋਂ ਬਾਅਦ ਜੈਨ ਦੀ ਵਾਰੀ ਸੀ। ਜੇ 4-5 ਮਿੰਟ 'ਚ ਸਿਫਾਰਸ਼ੀ ਫੋਨ ਨਾ ਆਇਆ ਤਾਂ ਇਹਨਾਂ ਨੇ ਜੈਨ ਨੂੰ ਕਿਸੇ ਕੀੜਿਆਂ ਵਾਲੇ ਭੌਣ 'ਤੇ ਸੁੱਟ ਦੇਣਾ ਸੀ। ਜੈਨ ਨੂੰ ਬੁੱਢੇ ਵਾਰਡਰ 'ਤੇ ਚਿੜ ਚੜ੍ਹ ਰਹੀ ਸੀ। ਹੁਣ ਤੱਕ ਉਹਨੂੰ ਜੈਨ ਵੱਲੋਂ ਦੱਸੇ ਨੰਬਰ ਉੱਪਰ ਫੋਨ ਕਰ ਲੈਣਾ ਚਾਹੀਦਾ ਸੀ। ਮਿਲੇ ਉੱਤਰ ਦੀ ਸੂਚਨਾ ਜੈਨ ਤੱਕ ਪਹੁੰਚਾਉਣੀ ਚਾਹੀਦੀ ਸੀ। ਜੈਨ ਨੇ ਇਸੇ ਕੰਮ ਨੂੰ ਉਸਨੂੰ ਢੇਰ ਸਾਰੇ ਰੁਪਏ ਦਿੱਤੇ ਸਨ। ਝੱਟ ਹੀ ਉਹਦਾ ਖਿਆਲ ਬਦਲਦਾ। ਹੋ ਸਕਦਾ ਸੁੱਚਾ ਸਿੰਘ ਨੂੰ ਅੱਗੋਂ ਕੋਈ ਤਸੱਲੀ ਬਖਸ਼ ਉੱਤਰ ਨਾ ਮਿਲਿਆ ਹੋਵੇ। ਜੇ ਕੋਈ ਇੰਤਜ਼ਾਮ ਹੋ ਗਿਆ ਹੁੰਦਾ ਤਾਂ ਕਿਸੇ ਨਾ ਕਿਸੇ ਜੇਲ੍ਹ ਅਧਿਕਾਰੀ ਦਾ ਸੁਨੇਹਾ ਚੱਕਰ ਤੱਕ ਪੁੱਜ ਗਿਆ ਹੁੰਦਾ। ਚੱਕਰ 'ਚ ਫੋਨ ਨਹੀਂ ਸੀ, ਸਿਫਾਰਸ਼ੀ ਸੁਨੇਹਾ ਕਿਹਦੇ ਹੱਥ ਆਉਣਾ ਸੀ? ਉਹਨਾਂ ਨੇ ਇੱਥੇ ਆਉਣ ਤੱਕ ਕੋਈ ਵੀ ਵਿਅਕਤੀ ਚੱਕਰ 'ਚ ਨਹੀਂ ਸੀ ਆਇਆ। ਸਪਸ਼ਟ ਸੀ ਜੈਨ ਦੇ ਹਿਮਾਤੀਆਂ ਦਾ ਹਾਲੇ ਤੱਕ ਕਿਧਰੇ ਹੱਥ ਨਹੀਂ ਸੀ ਪਿਆ। ਮਨ ਮਹਿਸੂਸ ਜੈਨ ਆਪਣੇ ਇਸ਼ਟ ਨੂੰ ਯਾਦ ਕਰਨ ਲੱਗਾ, ਪਈ ਭੀੜ ਨੂੰ ਹਰਨ ਦੀ ਅਰਜ਼ੋਈ ਕਰਨ ਲੱਗਾ। ਬਾਰ ਬਾਰ ਅੰਦਰਲੇ ਦਰਵਾਜ਼ੇ ਵੱਲ ਕਿਉਂ ਤੱਕ ਰਹੇ ਹੋ? ਸ਼ਾਇਦ ਸੁੱਚਾ ਸਿੰਘ ਨੂੰ ਉਡੀਕਦੇ ਹੋ, ਇਹ ਤਾਂ ਉਹ ਤਾਂ ਕਦੋਂ ਦਾ ਛੁੱਟੀ ਕਰ ਗਿਆ। ਨਿਹਾਲ ਸਿੰਘ ਜੈਨ ਦੀ ਉਬਲ ਚਿੱਤੀ ਨੂੰ ਭਾਂਪ ਰਿਹਾ ਸੀ। ਜੈਨ ਦੇ ਕਾਗਜ਼ ਪੱਤਰ ਲਾਭ ਸਿੰਘ ਵੱਲ ਕਰਦਿਆਂ ਉਹਨੇ ਸੇਠ ਨੂੰ ਛੇੜਿਆ। ਇੱਕ ਫੋਨ ਦੀ ਉਡੀਕ ਸੀ। ਕੋਈ ਨਹੀਂ, ਸੁੱਚਾ ਸਿੰਘ ਤੁਹਾਡੀ ਸਿਫਾਰਿਸ਼ ਕਰ ਗਿਆ ਹੈ, ਤੁਸੀਂ ਅਸੀਂ ਖਿਆਲ ਰੱਖਾਂਗੇ। ਹਿਸਟਰੀ ਟਿਕਟ ਭਰਨਾ ਸ਼ੁਰੂ ਕਰਨ ਤੋਂ ਪਹਿਲਾਂ ਲਾਭ ਸਿੰਘ ਨੇ ਸੇਠ ਨੂੰ ਇਹ ਦੱਸਣਾ ਉਚਿਤ ਸਮਝਿਆ ਕਿ ਉਹਨੂੰ ਉਹਨਾਂ ਵਿਚਕਾਰ ਡਿਊਟੀ 'ਚ ਹੋਏ ਲੈਣ ਦੇਣ ਬਾਰੇ ਪਤਾ ਹੈ। ਇਸ਼ਾਰਾ ਸਮਝ ਕੇ ਜੈਨ ਦੇ ਸਾਹ 'ਚ ਸਾਹ ਆਇਆ। ਸੋਨੇ ਤੇ ਨੋਟਾਂ ਨਾਲ ਲੱਦਿਆ ਸੁਭਾਸ਼ ਜੈਨ ਵਰਗਾ ਸੇਠ ਸਾਲ 'ਚ ਇੱਕ ਦੁਬਾਰ ਜੇਲ੍ਹ ਆਉਂਦਾ ਸੀ। ਲਾਭ ਸਿੰਘ ਮੁਨਸ਼ੀ ਜ਼ਰੂਰ ਸੀ, ਪਰ ਸੀ ਤਾਂ ਕੈਦੀ। ਮਨ ਮਰਜ਼ੀ ਕਰਨ ਦਾ ਉਸ ਕੋਲ ਕੋਈ ਅਧਿਕਾਰ ਨਹੀਂ ਸੀ। ਸੇਠ ਤੋਂ ਪੈਸਾ ਚੀਫ ਵਾਰਡਰ ਦੀ ਸਹਿਮਤੀ ਤੋਂ ਬਾਅਦ ਕਢਵਾਇਆ ਜਾ ਸਕਦਾ ਸੀ। ਲੁੱਟ ਲਈਏ? ਮੁਨਸ਼ੀ ਨੇ ਚੀਫ ਦੀਆਂ ਅੱਖਾਂ 'ਚ ਅੱਖ ਪਾ ਕੇ ਇਸ਼ਾਰੇ ਨਾਲ ਪੁੱਛਿਆ। ਚੱਕਦੇ ਫੱਟੇ? ਇਸ਼ਾਰੇ ਨਾਲ ਹੀ ਚੀਫ ਨੇ ਆਗਿਆ ਦੇ ਦਿੱਤੀ। ਦੇਖਣ ਤੋਂ ਮੋਟੇ ਮੋਟੇ ਸੇਠ ਲੱਗਦੇ ਹੋ। ਕਾਗਜ਼ ਪੱਤਰ ਦੱਸਦੇ ਹਨ ਕਿ ਸਾਰੀ ਉਮਰ ਤੁਸੀਂ ਕਾਲੇ ਸੋਨੇ ਲੁੱਕ ਨੂੰ ਵੇਚ ਵੇਚ ਅਸਲੀ ਸੋਨੇ 'ਚ ਬਦਲਦੇ ਰਹੇ ਹੋ। ਬਰੀ ਹੋਣ ਲਈ ਮਾਇਆ ਕਿਉਂ ਨਹੀਂ ਝੋਕੀ? ਇਹ ਲੰਬੀ ਕਹਾਣੀ ਹੈ, ਕਦੇ ਫਿਰ ਸੁਣਾਵਾਂਗਾ। ਮੇਰੇ ਨਾਲ ਧੋਖਾ ਹੋਇਆ। ਬਰੀ ਹੋਣ ਲਈ ਮੈਂ ਪੈਸਾ ਪਾਣੀ ਵਾਂਗ ਵਹਾਇਆ। ਗਵਾਹਾਂ, ਸਰਕਾਰੀ ਵਕੀਲਾਂ ਤੋਂ ਲੈ ਕੇ ਜੱਜ ਤੱਕ ਦੀ ਮੁੱਠੀ ਮੈਂ ਆਪਣੇ ਹੱਥੀਂ ਗਰਮ ਕੀਤੀ। ਹੁਣ ਕੀ ਇਰਾਦਾ? ਲੰਬੀ ਚੌੜੀ ਭੂਮਿਕਾ ਬੰਨਣ ਦੀ ਥਾਂ ਲਾਭ ਸਿੰਘ ਨੇ ਤੀਰ ਸਿੱਧਾ ਨਿਸ਼ਾਨੇ ਵੱਲ ਛੱਡਿਆ। ਮੈਂ ਹਰ ਤਰ੍ਹਾਂ ਨਾਲ ਤਿਆਰ ਹਾਂ, ਮੈਂ ਤੁਹਾਨੂੰ ਨਿਹਾਲ ਕਰ ਦੇਵਾਂਗਾ। ਮੇਰੀ ਅੱਜ ਦੀ ਰਾਤ ਚੰਗੀ ਕਢਵਾ ਦਿਓ, ਕੱਲ੍ਹ ਤੱਕ ਮੇਰੇ ਬੰਦੇ ਸਾਰਾ ਇੰਤਜ਼ਾਮ ਕਰ ਲੈਣਗੇ। ਆਖਦੇ ਜੈਨ ਨੇ ਨਿਫੇ ਕੋਲ ਬਣੀ ਚੋਰ ਜੇਬ 'ਚੋਂ ਗਹਿਣੇ ਪਾਉਣ ਵਾਲਾ ਸ਼ਨੀਲ ਦਾ ਇੱਕ ਬਟੂਆ ਕੱਢਿਆ ਅਤੇ ਉਸ ਵਿੱਚੋਂ 1,000-1,000 ਦੇ ਨੋਟ ਕੱਢ ਕੇ ਮੇਜ਼ 'ਤੇ ਰੱਖ ਦਿੱਤੇ। ਇਹ 10,000 ਹੈ, ਤੁਸੀਂ ਸਾਰੇ ਰੱਖੋ। ਇਹਨਾਂ ਬਦਲੇ ਨਾ ਮੈਨੂੰ ਕੂਪਨ ਚਾਹੀਦੇ ਨੇ ਅਤੇ ਨਾ ਰਸੀਦ। ਨਿਹਾਲ ਸਿੰਘ ਨੇ ਨੋਟ ਦਰਾਜ 'ਚ ਸੁੱਟ ਦਿੱਤੇ। ਹਾਲੇ ਉਹ ਸੇਠ ਨੂੰ ਇਹ ਪਤਾ ਨਹੀਂ ਸੀ ਲੱਗਣ ਦੇਣਾ ਚਾਹੁੰਦਾ ਕਿ ਨੋਟ ਉਹਨਾਂ ਨੇ ਜੇਬ 'ਚ ਪਾਏ ਹਨ ਜਾਂ ਸਰਕਾਰ ਦੀ ਤਿਜੋਰੀ 'ਚ। 10,000 ਦੀ ਰਸੀਦ ਮਿਲੇਗੀ ਜਾਂ ਨਹੀਂ, ਬਿਨਾਂ ਇਹਦਾ ਕੋਈ ਜ਼ਿਕਰ ਕੀਤਿਆਂ ਉਹਨੇ ਕਾਰਵਾਈ ਜਾਰੀ ਰੱਖੀ। ਸੇਠ ਸਾਹਿਬ, ਅਹਾਤੇ 'ਚ ਜਾਣ ਤੋਂ ਪਹਿਲਾਂ ਤੈਨੂੰ ਸਾਰੇ ਗਹਿਣੇ ਉਤਾਰਨੇ ਪੈਣਗੇ। ਇਹ ਜੇਲ੍ਹ ਹੈ, ਇੱਥੇ ਸਾਰੇ ਚੋਰੋ ਚੱਕੇ ਬੰਦ ਹਨ। ਇਹ ਸਾਡੇ ਕਾਬੂ 'ਚ ਨਹੀਂ, ਚੱਕਰ 'ਚੋਂ ਬਾਹਰ ਨਿਕਲਦਿਆਂ ਹੀ ਤੁਹਾਨੂੰ ਲੁੱਟ ਲੈਣਗੇ। ਬੈਰਕ ਵਿੱਚ ਤਾਂ ਇਹ ਗਹਿਣਿਆਂ ਦੇ ਨਾਲ ਨਾਲ ਤੁਹਾਨੂੰ ਵੀ ਭੁੱਖੇ ਕੁੱਤੇ ਵਾਂਗ ਪੈਣਗੇ।
चीफ गहने भी काबू करने चाहुंदा सी। इह तां संभव होना सी जे जैन दे दिमाग च किसी भैड़ी थां जाण दा डर बणिया रहना सी। अपने उद्देश की पूर्ति लई चीफ ने भूमिका बनी। जैन तेज बुद्धि वाला बंदा सी। चीफ दे आखे एक एक शब्द दे झट उहने अर्थ कढ लए। इस भूमिका दा एक अर्थ यह सी कि उहनूं चोरां ठगां वाली बैरक विच ते लिजाया जा रहा सी। दूजा अर्थ यह सी कि 10,000 नाल उहनां दी तसली नहीं सी हुई। हुण उहनां दी नज़र गहिणिआं उपर सी। जैन दी मां आख्या करदी सी, सोना सजावट लई नहीं औखे समय काम आउण लई पाया जांदा है। अज इह अखौत सच्ची सिद्ध हो रही सी। जैन ने चीनी मुंदरियां ते कड़ा ला के मेज़ ते रख दिता। किन्ना कु वजन होएगा इहनां दा, कंडा मंगवाइए। 3, 3, 6, 12 कु तोले होएगा। वजन करके की करना है? घर बथेरियां चैनियां मुंदरियां पईआं ने, इह तुसीं रखो। अफसरां नूं तोहफे वजों दे देना। मैं तुहाडी होर सेवा भी करांगा। मैनूं इकल्ले लई कमरा ते मंजे बिस्तरे दा इंतजाम कर दिओ बस। की विचार है चीफ साहब? लव सिंह ने ललचाइयां अखां नाल निहाल सिंह वल तकिया। सेठ जी नूं नाराज़ थोड़ा करना है। कड़ा मैं रख लैना, चीनी तूं पा लै, मुंदरियां वड्डे साहब नूं दे दांगे। आखदे चीफ ने जेब चो रुमाल कढ़िया, उस च गहने लपेट के चोर जेब च पा लए। चीफ दे मूँह सेठ जी शब्द निकलदे ही जैन दा मन टिकाने सिर हो गया। गहणियां दे चोर जेब च जांदे ही उहदे चेहरे ते खुशी मंडराउण लगी। मन ही मन जैन ने अपनी माँ का धन्नवाद किया जिन्हें उन्होंने अजिही नसीहत दी सी। माँ दे आखे लाके जैन ने पैसे नूं जफा पाउण दी आदत नहीं सी पाई। जिस तेज़ रफ्तार नाल पैसा आउंदा सी उसे रफ्तार नाल उह खर्चदा वी सी। पैसे दे जोर नाल उहने पहले दिनों केस नूं खोरा लाउणा शुरू करता सी। तफ्तीशी अफसर ने मिसल उपर उह दस्तावेज लियांदे सन जिहड़े जैन नूं कसूरवार घट ते बेकसूर वध साबत करदे सन। जैन दे नाल फसे अफसरां नूं जेब ढिल्ली नहीं सी करन दित्ती। उन्हां दे वकीलां तक की फीस जैन ने दित्ती सी। कचहरी चों 5 दी थां 50 खर्चदा रहा सी। 10 साल लटकण वाला मुकदमा 2 सालां च सिरे लग गया सी। जैन दा वकील हिक थापड़ के आख रहा सी कि उहदे विरुद्ध एक भी सबूत मिसल ते नहीं सी आया। किसी नूं पैसा देण दी जरूरत नहीं, जज नूं जैन बरी करना ही पैणा सी। फिर भी जैन ने कोई जोखम नहीं सी उठाया। एक चलदे पुरजे नूं नाल लैके अमू सामने बैठ के उहने जज नाल गल मुकाई सी। सौदा 10 लाख च तय होया सी। 5 लाख की पहली किश्त वह अपने हथीं दे के आया सी। शर्त अनुसार दूजी किश्त फैसले तो एक दिन पहला सांझे बंदे कोल पुजदी करती गई। जज ने जैन दे नाल दे सब मुलजम बरी कर दिते सन। पता नहीं जैन ते नज़ला क्यों चढ़िया सी। उहनूं अचिंते बाज आ पए सन। जे सज़ा होण दा खतरा हुंदा उह पहलां ही सारे जेल अधिकारियां नूं गंढ लैंदा। जैन शुकर कर रहा सी, उहने फिर भी मौका संभाल लिया सी। नियमां अनुसार जैन नूं कैदी नंबर 809 मिलना चाहीदा सी। हेठ उत्ते करके लाभ सिंह ने उहनूं 811 नंबर दित्ता। ਇਹ ਲੱਕੀ ਨੰਬਰ ਹੈ। ਇਸ ਨੰਬਰ ਵਾਲਾ ਕੈਦੀ ਬਹੁਤੀ ਦੇਰ ਜੇਲ੍ਹ ਦੀਆਂ ਰੋਟੀਆਂ ਨਹੀਂ ਖਾਂਦਾ। ਬੜੀ ਮਿਹਰਬਾਨੀ, ਜੈਨ ਨੇ ਇਉਂ ਕਿਰਤਗਤਾ ਪ੍ਰਗਟਾਈ ਜਿਵੇਂ ਰਿਹਾਈ ਦਾ ਹੁਕਮ ਹੋਇਆ ਹੋਵੇ। ਹਾਕਮ ਸਿੰਘ ਨੂੰ ਛੱਡਣ ਗਿਆ ਸੇਵਾਦਾਰ ਵਾਪਸ ਆ ਗਿਆ ਸੀ। ਵਿਹਲਾ ਖੜਾ ਦੇਖ ਕੇ ਲਾਭ ਸਿੰਘ ਨੇ ਉਹਨੂੰ ਕੰਮ ਲਾਇਆ। ਲਿਆ 2 ਨੰਬਰ ਖਾਨੇ 'ਚੋਂ ਕੱਪੜਿਆਂ ਵਾਲਾ ਬੰਡਲ ਫੜਾ। 2 ਨੰਬਰ ਖਾਨੇ 'ਚ ਨਵੇਂ ਕੱਪੜਿਆਂ ਦੇ ਜੋੜੇ ਸਨ। ਜੈਨ ਉੱਪਰ ਲਾਭ ਸਿੰਘ ਦੀ ਇਹ ਦੂਜੀ ਮਿਹਰਬਾਨੀ ਸੀ। ਵੈਸੇ ਤੁਹਾਡੇ ਪਾਇਆ ਕੁੜਤਾ ਪਜਾਮਾ ਵੀ ਸਫੈਦ ਹੈ, ਤੁਸੀਂ ਚਾਹੋ ਤਾਂ ਇਸੇ ਉੱਪਰ ਕੈਦੀ ਨੰਬਰ ਵਾਲਾ ਬਿੱਲਾ ਲਾ ਲੈਣਾ। ਰਾਇਤਾਂ ਦੇਣ 'ਚ ਨਿਹਾਲ ਸਿੰਘ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ। ਕੈਦੀਆਂ ਵਾਲੇ ਕੱਪੜੇ ਫੜਦਿਆਂ ਜੈਨ ਦਾ ਚਿਹਰਾ ਇੱਕ ਵਾਰ ਫਿਰ ਮੁਰਝਾ ਗਿਆ। ਚੀਫ ਸਾਹਿਬ, ਸੇਠ ਸਾਹਿਬ ਦੀ ਹਾਲਤ ਤਾਂ ਦੇਖੋ, ਤਰੇਲੀਆਂ ਆਉਣ ਕਾਰਨ ਕੁੜਤਾ ਪਜਾਮਾ ਕਿਸ ਤਰ੍ਹਾਂ ਭਿੱਜਿਆ ਪਿਆ। ਮੈਨੂੰ ਲੱਗਦਾ ਸੇਠ ਸਾਹਿਬ ਨੂੰ ਦਿਲ ਦਾ ਛੋਟਾ ਮੋਟਾ ਦੌਰਾ ਪਿਆ, ਕਿਧਰੇ ਆਪਣੇ ਗਲ ਖੂਨ ਨਾ ਪੈ ਜਾਏ। ਮੇਰੀ ਮੰਨੋ ਤਾਂ ਇਹਨੂੰ ਹਸਪਤਾਲ ਦਾਖਲ ਕਰਾ ਦਿਓ। ਲਾਭ ਸਿੰਘ ਦੀ ਲਿਖਤ ਪੜ੍ਹਤ ਮੁਕੰਮਲ ਹੋ ਚੁੱਕੀ ਸੀ, ਬਸ ਅਲਾਟ ਹੋਏ ਅਹਾਤੇ ਵਾਲਾ ਖਾਨਾ ਭਰਨਾ ਹੀ ਬਾਕੀ ਸੀ। ਠੀਕ ਹੈ, ਭੇਜ ਦਿਓ। ਲਾਭ ਸਿੰਘ ਦੀ ਚਲਾਕੀ 'ਤੇ ਮੁਸਕਰਾ ਕੇ ਚੀਫ ਨੇ ਹਾਮੀ ਭਰ ਦਿੱਤੀ। ਜੇਲ੍ਹ 'ਚ ਹਸਪਤਾਲ ਦੀ ਇੱਕ ਅਜਿਹੀ ਥਾਂ ਸੀ ਜਿੱਥੇ ਰਹਿ ਕੇ ਕੈਦੀ ਸਭ ਤੋਂ ਵੱਧ ਰਾਹਤ ਮਹਿਸੂਸ ਕਰਦਾ ਸੀ। ਜੈਨ ਨੂੰ ਦੋਸਤਾਂ ਮਿੱਤਰਾਂ ਨੇ ਇਹੋ ਸਲਾਹ ਦਿੱਤੀ ਸੀ, ਰੱਬ ਨਾ ਕਰੇ ਭੁੱਲ ਭੁਲੇਖੇ ਜੇ ਕੈਦ ਹੋ ਜਾਏ ਤਾਂ ਸਿੱਧਾ ਜੇਲ੍ਹ ਦੇ ਹਸਪਤਾਲ 'ਚ ਦਾਖਲ ਹੋਣਾ ਹੈ। ਉਹਨੂੰ ਹਸਪਤਾਲ ਦਾਖਲ ਕਰਨ ਦੀ ਸਿਫਾਰਿਸ਼ ਹੋ ਗਈ ਹੈ। ਇਹ ਖਬਰ ਸੁਣਨ ਲਈ ਉਹ ਤਰਲੋ ਮੱਛੀ ਹੋ ਰਿਹਾ ਸੀ। ਜਿਹੜਾ ਕੰਮ ਧਨਾਡਾਂ ਅਤੇ ਵੱਡੇ ਅਫਸਰਾਂ ਤੋਂ ਨਹੀਂ ਸੀ ਹੋ ਰਿਹਾ, ਉਹ ਇੱਕ ਸਧਾਰਨ ਕੈਦੀ ਨੇ ਕਰਤਾ ਸੀ। ਪਹਿਲਾਂ ਜੈਨ ਦਾ ਮੱਥਾ ਲਾਭ ਸਿੰਘ ਅੱਗੇ ਝੁਕਣ ਲੱਗਾ, ਝੱਟ ਹੀ ਉਹ ਸੰਭਲ ਗਿਆ। ਇਹ ਕੰਮ ਲਾਭ ਸਿੰਘ ਨੇ ਨਹੀਂ, ਮਹਾਮਾਈ ਲਕਸ਼ਮੀ ਨੇ ਕੀਤਾ ਸੀ। ਅੰਗ 6 ਘਰ ਮਹਿਮਾਨ ਆਏ ਹੋਏ ਸਨ, ਉਹ ਉਡੀਕਦੇ ਹੋਣਗੇ, ਸੋਚਦਾ ਨਿਹਾਲ ਸਿੰਘ ਘਰ ਜਾਣ ਲਈ ਉੱਠ ਖਲੋਤਾ। ਡਿਊਟੀ ਦਾ ਸਮਾਂ ਕਦੋਂ ਦਾ ਖਤਮ ਹੋ ਚੁੱਕਾ ਸੀ।
ਲੱਗੇ ਓਵਰ ਟਾਈਮ ਦਾ ਮੁਆਵਜ਼ਾ ਵਸੂਲ ਚੁੱਕਾ ਸੀ। ਪਾਲੇ ਤੇ ਮੀਤੇ ਬਾਰੇ ਉਹਨੂੰ ਪਤਾ ਸੀ ਕਿ ਇਹਨਾਂ ਕੋਲੋਂ ਮਿਲਣਾ ਕੁਛ ਨਹੀਂ, ਪੱਲਿਓਂ ਭਾਵੇਂ ਦੇਣਾ ਪੈ ਜਾਏ। ਲਾਭ ਸਿੰਘ ਨੇ ਜੇਲ੍ਹ 'ਚ ਹੀ ਰਹਿਣਾ, ਕੰਮ ਜਲਦੀ ਨਿਪਟਦਾ ਹੈ ਜਾਂ ਦੇਰ ਨਾਲ, ਇਹਦਾ ਉਸ ਉੱਤੇ ਕੋਈ ਅਸਰ ਨਹੀਂ ਸੀ। ਆਪੇ ਇਹਨਾਂ ਨਾਲ ਟੱਕਰਾ ਮਾਰਦਾ ਰਹੇਗਾ, ਸੋਚਦਾ ਨਿਹਾਲ ਸਿੰਘ। ਬਾਕੀ ਦੀ ਜ਼ਿੰਮੇਵਾਰੀ ਲਾਭ ਸਿੰਘ ਦੇ ਮੋਢਿਆਂ 'ਤੇ ਪਾ ਕੇ ਘਰ ਨੂੰ ਤੁਰ ਗਿਆ। ਸਾਡੇ ਕੋਲ ਕੁਝ ਨਹੀਂ ਹੈ ਬਾਬਿਓ, ਅਸੀਂ ਗਰੀਬ ਬੰਦੇ ਹਾਂ। ਸਾਡੇ ਕੋਲ ਆ ਇੱਕ ਇੱਕ ਕੁੜਤਾ ਪਜਾਮਾ ਜਿਹੜਾ ਗ੍ਰਿਫਤਾਰੀ ਸਮੇਂ ਪੁਲਿਸ ਨੇ ਸਲਾਹ ਕੇ ਦਿੱਤਾ ਸੀ, ਹੁਣ ਤਾਂ ਇਹ ਵੀ ਘਸਿਆ ਪਿਆ ਹੈ। ਮੀਤੇ ਨੇ ਖਾਲੀ ਖੀਸਾ ਮੁਨਸ਼ੀ ਅੱਗੇ ਕਰਦਿਆਂ ਆਖਿਆ, ਮੈਨੂੰ ਪਤਾ, ਇਹ ਵੀ ਪਤਾ ਕਿ ਤੁਹਾਨੂੰ ਮੇਰੇ ਵਾਂਗ ਝੂਠੇ ਮੁਕੱਦਮੇ 'ਚ ਸਜ਼ਾ ਹੋਈ ਹੈ। ਝੂਠੇ ਮੁਕੱਦਮੇ 'ਚ ਸਜ਼ਾ? ਵਾਕ ਉੱਚਰਦੇ ਲਾਭ ਸਿੰਘ ਦੇ ਚਿਹਰੇ ਤੋਂ ਪਹਿਲਾਂ ਵਾਲੀ ਸਾਰੀ ਤਲਖੀ ਉਤਰ ਗਈ। ਪਾਲੇ ਤੇ ਮੀਤੇ ਵਾਂਗ ਉਹਦੇ ਚਿਹਰੇ ਉੱਪਰ ਵੀ ਮਾਸੂਮੀਅਤ ਛਾ ਗਈ। ਪਾਲੇ ਤੇ ਮੀਤੇ ਨੂੰ ਨਿਰਦੋਸ਼ ਸਿੱਧ ਕਰਦਾ ਸੰਘਰਸ਼ ਸਮਤੀ ਦਾ ਪੱਖ ਆਏ ਦਿਨ ਅਖਬਾਰਾਂ 'ਚ ਛਪਦਾ ਰਹਿੰਦਾ ਸੀ। ਪੁਲਿਸ ਮੁਲਾਜ਼ਮ ਹੋਣ ਕਰਕੇ ਉਹਨੂੰ ਪੁਲਿਸ ਵੱਲੋਂ ਕੀਤੀ ਜਾਂਦੀ ਤਫਤੀਸ਼ ਦੇ ਢੰਗ ਤਰੀਕਿਆਂ ਦਾ ਡੂੰਘਾ ਅਧਿਐਨ ਸੀ। ਇਸ ਤਜਰਬੇ ਦੇ ਆਧਾਰ 'ਤੇ ਉਹਨੇ ਪਹਿਲਾਂ ਹੀ ਸਿੱਟਾ ਕੱਢ ਲਿਆ ਸੀ, ਉਹ ਬੇਕਸੂਰ ਹਨ। ਉਹਨੂੰ ਇਹ ਵੀ ਪਤਾ ਸੀ ਕਿ ਉਹਨਾਂ ਨੂੰ ਸਜ਼ਾ ਜ਼ਰੂਰ ਹੋਏਗੀ, ਸਰਕਾਰ ਹੱਥ ਧੋ ਕੇ ਉਹਨਾਂ ਦੇ ਪਿੱਛੇ ਜੋ ਪਈ ਸੀ। ਲਾਭ ਸਿੰਘ ਦਾ ਅੰਦਾਜ਼ਾ ਠੀਕ ਨਿਕਲਿਆ, ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਉਹਨਾਂ ਨੂੰ ਕਾਤਲ ਠਹਿਰਾ ਦਿੱਤਾ ਗਿਆ। ਸ਼ੁਕਰ ਸੀ ਫਾਂਸੀ ਦੀ ਸਜ਼ਾ ਨਹੀਂ ਸੀ ਹੋਈ, ਉਮਰ ਕੈਦ ਨਾਲ ਹੀ ਸਰ ਗਿਆ ਸੀ, ਤੇ ਹੁਣ ਉਹ ਕੈਦੀਆਂ ਵਾਲੀ ਵਰਦੀ ਲੈਣ ਲਈ ਉਹ ਸੱਗੇ ਖੜੇ ਸਨ। ਲਾਭ ਸਿੰਘ ਉਹਨਾਂ ਨੂੰ ਨਾ ਬਰੀ ਕਰ ਸਕਦਾ ਸੀ, ਨਾ ਜੇਲ੍ਹ ਭੇਜ ਸਕਦਾ ਸੀ। ਜੋ ਕੁਝ ਉਹ ਕਰ ਸਕਦਾ ਸੀ ਉਹਨੇ ਕਰਨਾ ਸ਼ੁਰੂ ਕੀਤਾ। ਉਹਨੇ ਰੈਕ 'ਚੋਂ ਨਵੇਂ ਕੱਪੜਿਆਂ ਵਾਲੇ ਲਿਫਾਫੇ ਕੱਢੇ ਅਤੇ ਇੱਕ ਇੱਕ ਦੋਹਾਂ ਹਵਾਲੇ ਕਰਦਿਆਂ ਆਖਿਆ, ਇਹ ਹੈ ਇੱਕ ਨਿਰਦੋਸ਼ ਕੈਦੀ ਦੀ ਦੂਜੇ ਨਿਰਦੋਸ਼ ਕੈਦੀ ਲਈ ਹਮਦਰਦੀ। ਨਿਰਦੋਸ਼ ਹੋ ਕੇ ਸਜ਼ਾ ਕੱਟਣ ਦਾ ਦਰਦ ਲਾਭ ਸਿੰਘ ਨਾਲੋਂ ਵੱਧ ਕੋਈ ਨਹੀਂ ਸੀ ਜਾਣਦਾ। ਜੀਤੇ ਤੇ ਵਾਰਸਾਂ, ਗਵਾਹਾਂ ਤੇ ਅਦਾਲਤ ਨੇ ਭਾਵੇਂ ਲਾਭ ਸਿੰਘ ਨੂੰ ਇੱਕ ਕਾਤਲ ਠਹਿਰਾ ਦਿੱਤਾ ਸੀ, ਪਰ ਉਹ ਅੱਜ ਤੱਕ ਆਪਣੇ ਆਪ ਨੂੰ ਬੇਕਸੂਰ ਸਮਝਦਾ ਰਿਹਾ ਸੀ। ਹਰ ਅੱਤਵਾਦੀ ਦਾ ਵਾਰਸ ਇਹੋ ਸੋਚਦਾ ਹੈ ਕਿ ਉਹਦਾ ਬੰਦਾ ਦੁੱਧ ਧੋਤਾ ਹੈ। ਉਹਨਾਂ ਕਿਹੜਾ ਆਪਣੇ ਕਾਰਨਾਮਿਆਂ ਦੀ ਲਿਸਟ ਆਪਣੇ ਚਹੇਤਿਆਂ ਨੂੰ ਸੌਂਪੀ ਹੁੰਦੀ ਹੈ? ਵਰਤਾਏ ਭਾਣਿਆਂ ਦਾ ਇਲਮ ਤਾਂ ਪੁਲਿਸ ਨੂੰ ਹੀ ਹੁੰਦਾ। ਜੀਤੇ ਦੇ ਘਰਦਿਆਂ ਨੂੰ ਵੀ ਉਹਦੇ ਬੇਕਸੂਰ ਹੋਣ ਦੀ ਗਲਤ ਫਹਿਮੀ ਹੋਏਗੀ। ਜੀਤਾ ਸਿੰਘ ਵੱਲ ਭੇਜਣ ਤੋਂ ਪਹਿਲਾਂ ਮਹਿੰਗਾ ਸਿੰਘ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਏ ਕਲਾਸ ਅੱਤਵਾਦੀ ਹੈ। ਸਰਕਾਰ ਨੇ ਉਹਦੇ ਸਿਰ 'ਤੇ 1,00,000 ਰੁਪਇਆ ਇਨਾਮ ਰੱਖਿਆ। ਇਨਾਮ ਦੀ ਰਕਮ ਉਹਨਾਂ ਨੂੰ ਮਿਲੀ ਵੀ ਸੀ, ਬਣਦਾ ਹਿੱਸਾ ਲਾਭ ਸਿੰਘ ਨੂੰ ਵੀ ਮਿਲਿਆ ਸੀ। ਉਹ ਕਿਸ ਤਰ੍ਹਾਂ ਮੰਨ ਲਏ ਕਿ ਮਹਿੰਗਾ ਸਿੰਘ ਨੇ ਸੁਪਾਰੀ ਲੈ ਕੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਸੀ? ਜੇ ਲਾਭ ਸਿੰਘ ਨੂੰ ਪਤਾ ਹੁੰਦਾ ਜੀਤਾ ਬੇਕਸੂਰ ਹੈ ਤਾਂ ਉਹ ਕਦੇ ਉਹਨੂੰ ਗੋਲੀ ਨਾ ਮਾਰਦਾ। ਅਣਜਾਣਪੁਣੇ 'ਚ ਜੇ ਕਿਸੇ ਅਫਸਰ ਨੇ ਉਸ ਤੋਂ ਕਿਸੇ ਨਿਰਦੋਸ਼ ਨੂੰ ਗੋਲੀ ਮਰਵਾ ਦਿੱਤੀ ਸੀ ਤਾਂ ਇਸ 'ਚ ਉਹਦਾ ਕੀ ਕਸੂਰ ਸੀ? ਸਿਪਾਹੀ ਨੇ ਤਾਂ ਆਪਣਾ ਫਰਜ਼ ਨਿਭਾਇਆ ਸੀ। ਮਹਿੰਗਾ ਸਿੰਘ ਨੇ ਬੰਦੇ ਮਾਰ ਧਨ ਦੌਲਤ ਇਕੱਠੀ ਕੀਤੀ ਹੈ। ਲਾਭ ਸਿੰਘ ਨੂੰ ਅਫਸਰਾਂ ਦਾ ਇਹ ਦੋਸ਼ ਵੀ ਝੂਠਾ ਲੱਗਦਾ ਸੀ। ਲਾਭ ਸਿੰਘ ਨੂੰ ਇੱਕ ਵੀ ਅਜਿਹੀ ਘਟਨਾ ਯਾਦ ਨਹੀਂ ਸੀ ਜਿਸ ਦੌਰਾਨ ਕਿਸੇ ਅੱਤਵਾਦੀ ਦੇ ਨਾਲ ਨਕਦੀ ਵੀ ਮਿਲੀ ਹੋਵੇ। ਧੀਆਂ ਪੁੱਤਰ ਮਰਵਾ ਕੇ ਮਹਿੰਗਾ ਸਿੰਘ ਨੀਮ ਪਾਗਲ ਜਿਹਾ ਹੋ ਗਿਆ ਸੀ, ਪੈਸੇ ਨਾਲ ਉਹਦਾ ਮੂੰਹ ਟੁੱਟ ਗਿਆ ਸੀ। ਹੋਰ ਅਫਸਰਾਂ ਵਾਂਗ ਇਨਾਮ ਵਾਲੀ ਰਕਮ ਆਪਣੀ ਜੇਬ 'ਚ ਨਹੀਂ ਸੀ ਪਾਉਂਦਾ, ਹਰ ਕਰਮਚਾਰੀ ਨੂੰ ਬਣਦਾ ਹਿੱਸਾ ਮਿਲਦਾ ਸੀ। ਇਸ ਲਈ ਲਾਭ ਸਿੰਘ ਦਾ ਵਿਸ਼ਵਾਸ ਸੀ ਕਿ ਉਹਨੇ ਜੀਤੇ ਨੂੰ ਬੇਮਤਲਬ ਨਹੀਂ ਸੀ ਮਾਰਿਆ। ਝੂਠੇ ਦੋਸ਼ਾਂ ਤਹਿਤ ਸਜ਼ਾ ਹੋਈ ਕੈਦੀ ਉਹਨੂੰ ਆਪਣੇ ਭਾਈਚਾਰੇ 'ਚੋਂ ਲੱਗਦੇ ਸਨ। ਲਾਭ ਸਿੰਘ ਹਮੇਸ਼ਾ ਉਹਨਾਂ ਉੱਪਰ ਮਿਹਰਬਾਨ ਰਹਿੰਦਾ ਸੀ, ਉਹ ਮਿਹਰਬਾਨੀ 'ਚ ਹੁਣ ਦਿਖਾ ਰਿਹਾ ਸੀ। ਹੱਥਾਂ 'ਚ ਨਵੇਂ ਕੱਪੜੇ ਫੜੀ ਖੜੇ ਪਾਲੇ ਮੀਤੇ ਨੂੰ ਜਾਪਦਾ ਸੀ ਜਿਵੇਂ ਉਹ ਕੋਈ ਸੁਪਨਾ ਦੇਖ ਰਹੇ ਸਨ। ਇੱਕ ਵਕੀਲ ਨੂੰ ਝਿੜਕਾ ਮਾਰਨ ਵਾਲਾ ਉਹਨਾਂ 'ਤੇ ਮਿਹਰਬਾਨ ਕਿਉਂ? ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ। ਬਾਬਿਓ ਇੱਕ ਹੋਰ ਦਿਆ ਕਰੋ, ਮੈਂ ਮਲੰਗ ਛੜਾ ਛੜਾਂਗ ਬੰਦਾ, ਮੇਰੇ ਪਿੱਛੇ ਆਉਣ ਵਾਲਾ ਕੋਈ ਨਹੀਂ। ਕੋਈ ਪੁਰਾਣਾ ਧਰਾਣਾ ਉੱਪਰ ਹੇਠ ਲੈਣ ਲਈ ਕੰਬਲ ਹੀ ਬਖਸ਼ ਦਿਓ। ਹੌਸਲੇ 'ਚ ਹੋਇਆ ਮੀਤਾ ਲਾਭ ਸਿੰਘ ਦੀ ਦਰਿਆ ਦਿਲੀ ਦਾ ਫਾਇਦਾ ਉਠਾਉਣ ਲੱਗਾ। ਇੱਕ ਨਹੀਂ ਦੋ ਦੋ ਕੰਬਲ ਲਓ, ਇਹ ਤੁਹਾਡਾ ਕਾਨੂੰਨੀ ਹੱਕ ਹੈ, ਚਲੋ ਅੰਦਰ। ਅੰਦਰੋਂ 4 ਕੰਬਲ ਚੁੱਕ ਲਿਆ। ਲਾਭ ਸਿੰਘ ਨੇ ਬੰਦ ਪਏ ਕਮਰੇ ਦੇ ਦਰਵਾਜ਼ੇ ਵੱਲ ਇਸ਼ਾਰਾ ਕਰਦਿਆਂ ਆਖਿਆ, ਪਾਲਾ ਘਬਰਾ ਰਿਹਾ ਸੀ, ਮੀਤਾ ਸਿਰ ਚੜ੍ਹਦਾ ਜਾ ਰਿਹਾ ਸੀ, ਲੱਗਦਾ 100 ਛਿੱਤਰ ਖਾ ਕੇ ਰਹੇਗਾ। ਚੋਰੀਆਂ ਕਰਨ ਦੇ ਮਾਹਰ ਮੀਤੇ ਨੂੰ ਪਤਾ ਨਹੀਂ ਕੀ ਜਾਦੂ ਮਾਰਿਆ, ਹਨੇਰੇ ਵਿੱਚੋਂ ਵੀ ਉਹਨੇ ਨਵੇਂ ਕੰਬਲ ਲੱਭ ਲਏ। ਕੁਝ ਹੋਰ ਮੰਗਣਾ ਉਹ ਵੀ ਮੰਗ ਲਓ, ਫਿਰ ਨਾ ਆਖਣਾ ਸੋਨੂੰ ਕਾਨੂੰਨੀ ਹੱਕ ਨਹੀਂ ਮਿਲਿਆ। ਬਾਈ ਸਿਉਂ ਓਂਕਾਰ, ਕੋਈ ਭਾਂਡਾ ਠੀਕਰ ਵੀ ਦੇ ਦੇ, ਸਾਨੂੰ ਕਿਸੇ ਨੇ ਮੰਗੀ ਕੌਲੀ ਨਹੀਂ ਦੇਣੀ, ਕਿਧਰੇ ਭੁੱਖੇ ਨਾ ਮਰ ਜਾਈਏ। ਲਾਭ ਸਿੰਘ ਮੀਤੇ ਦਾ ਇਸ਼ਾਰਾ ਸਮਝ ਗਿਆ, ਦਲਿਤ ਹੋਣ ਕਾਰਨ ਬਾਕੀ ਕੈਦੀਆਂ ਨੇ ਉਸ ਨਾਲ ਭਾਂਡਾ ਸਾਂਝਾ ਨਹੀਂ ਸੀ ਕਰਨਾ। ਹੋਰ ਕੈਦੀ ਨੂੰ ਅਸੀਂ ਭਾਂਡੇ ਨਹੀਂ ਦਿੰਦੇ, ਉਹ ਆਪੋ ਆਪੇ ਘਰੋਂ ਮੰਗਵਾ ਲੈਂਦੇ ਹਨ, ਇੱਥੋਂ ਹੀ ਅਫਸਰਾਂ ਨੂੰ 2 ਪੈਸੇ ਬਚਦੇ ਹਨ। ਪਰ ਤੂੰ ਭਾਂਡੇ ਵੀ ਲੈ ਜਾ, ਉਸ ਟੱਬ ਵਿੱਚ ਭਾਂਡੇ ਪਏ ਹਨ, ਇੱਕ ਕੌਲੀ ਇੱਕ ਪਲੇਟ ਤੇ ਇੱਕ ਮੱਗ ਚੁੱਕ ਲੈ।
ਮੀਤੀ ਨੇ ਝੱਟ ਭਾਂਡਿਆਂ ਦਾ ਇੱਕ ਇੱਕ ਸੈੱਟ ਪਾਲੇ ਨੂੰ ਫੜਾ ਦਿੱਤਾ, ਇੱਕ ਆਪਣੇ ਕੋਲ ਰੱਖ ਲਿਆ। ਪਾਲੇ ਨੂੰ ਕੈਦੀ ਨੰਬਰ 809 ਤੇ ਮੀਤੀ ਨੂੰ ਕੈਦੀ ਨੰਬਰ 810 ਮਿਲਿਆ। ਉਹਨਾਂ ਨੇ ਕੱਪੜੇ ਲਾ ਕੇ ਲਿਫਾਫੇ 'ਚ ਪਾ ਕੇ ਰੈਕ 'ਚ ਰੱਖ ਤੇ ਨਵੀਂ ਮਿਲੀ ਵਰਦੀ ਪਾ ਲਈ। ਹੁਣ ਸਭ ਤੋਂ ਅਹਿਮ ਕਾਰਵਾਈ ਹੋਣੀ ਸੀ, ਉਹਨਾਂ ਨੇ ਕਿਸ ਨਰਕ 'ਚ ਜਾਣਾ ਹੈ। ਹੁਣ ਲਵ ਸਿੰਘ ਨੇ ਇਹ ਘੋਸ਼ਣਾ ਕਰਨੀ ਸੀ। ਦੋਹਾਂ ਦੇ ਪਿਛੋਕੜ ਮਾੜੇ ਸਨ। ਮੀਤੇ ਨੂੰ ਨਾ ਧੀ ਤੋਰਨ ਦਾ ਫਿਕਰ ਸੀ, ਨਾ ਨੂੰਹ ਲਿਆਉਣ ਦਾ। ਪਾਲੇ ਦੇ ਸਭ ਕੁਝ ਸੀ ਪਰ ਨਾ ਹੋਇਆ ਵਰਗਾ। ਉਹ ਟੱਬਰ ਜੀ ਨੂੰ ਦੋ ਵਕਤ ਚੁੱਲ੍ਹਾ ਮਗਦਾ ਰੱਖਣ ਦਾ ਫਿਕਰ ਹੋਵੇ, ਉਹ ਕੈਦ ਕੱਟ ਦੇ ਬੰਦੇ ਨੂੰ ਖੀਰ ਨਹੀਂ ਖਵਾ ਸਕਦਾ। ਆਪਣਾ ਘਰ ਵਾਸਤਾ ਰੱਖਣ ਲਈ ਪਾਲੇ ਨੂੰ ਜੇਲ੍ਹ 'ਚ ਕਮਾਈ ਕਰਨੀ ਪੈਣੀ ਸੀ ਤੇ ਉਸ ਵਿੱਚੋਂ ਕੁਝ ਬੱਚਤ ਘਰ ਭੇਜਣੀ ਪੈਣੀ ਸੀ। ਇਹ ਤਾਂ ਸੰਭਵ ਹੋਣਾ ਸੀ ਜੇ ਕੋਈ ਚੰਗਾ ਕੰਮ ਮਿਲੇ। ਚੁੱਪ ਕਰਿਆ ਪਾਲਾ ਮੀਤੇ ਦੇ ਮੂੰਹ ਵੱਲ ਤੱਕ ਰਿਹਾ ਸੀ। ਪਤਾ ਨਹੀਂ ਮੀਤਾ ਕਿਸ ਦੇਵੀ ਨੂੰ ਧਿਆ ਰਿਹਾ ਸੀ। ਉਹਦੀ ਹਰ ਮੁਰਾਦ ਪੂਰੀ ਹੋ ਰਹੀ ਸੀ। ਇਹਨਾਂ ਨੂੰ ਕਿਹੜੀ ਬੈਰਕ 'ਚ ਭੇਜਾ? ਸੋਚਾਂ 'ਚ ਡੁੱਬੇ ਲਵ ਸਿੰਘ ਦੇ ਮੂੰਹ ਅਚਾਨਕ ਨਿਕਲੇ। ਲਵ ਸਿੰਘ ਦੀ ਸਮੱਸਿਆ ਦਾ ਹੱਲ ਪਾਲੇ ਕੋਲ ਸੀ। ਉਹਨਾਂ ਨੂੰ ਜੈਨ ਸੇਠ ਨਾਲ ਮੁਸ਼ਕਤ ਹੀ ਲਾ ਦੇਵੇ, ਪਰ ਸੁਝਾਅ ਦੇਣ ਦੀ ਉਹਦੀ ਹਿੰਮਤ ਨਹੀਂ ਸੀ। ਸਦਰਾਂ ਨਾਲ ਭਰੀਆਂ ਅੱਖਾਂ ਨਾਲ ਉਹਨੇ ਮੀਤੇ ਵੱਲ ਤੱਕਿਆ। ਉਹਨੂੰ ਆਸ ਸੀ ਜਿਸ ਹੁਸ਼ਿਆਰੀ ਨਾਲ ਉਹਨੇ ਕੰਬਲ ਤੇ ਭਾਂਡੇ ਲਏ ਸਨ, ਉਨੀ ਫੁਰਤੀ ਨਾਲ ਉਹ ਇਹ ਵਰਦਾਨ ਵੀ ਲੈ ਲਏਗਾ। ਆ ਬਾਹਰ ਖੜੇ ਸੇਠ ਨਾਲ ਮੁਸ਼ਕਤੀ ਲਾ ਦਿਓ, ਰਾਤ ਨੂੰ ਜਦੋਂ ਢਿੱਡ ਭਰ ਕੇ ਸੋਇਆ ਕਰਾਂਗੇ ਤਾਂ ਤੁਹਾਨੂੰ ਅਸੀਸਾਂ ਦਿਆ ਕਰਾਂਗੇ। ਮੀਤੇ ਦਾ ਡਰ ਪੂਰੀ ਤਰ੍ਹਾਂ ਲੱਥ ਚੁੱਕਾ ਸੀ। ਉਹ ਦਿਲ ਖੋਲ ਕੇ ਮੁਰਾਦਾਂ ਮੰਗਣ ਲੱਗਾ। ਇਹ ਤਾਂ ਉੱਡਦਾ ਪੰਛੀ ਹੈ, ਹੁਣ ਹਸਪਤਾਲ ਚੱਲਿਆ, 2-4 ਦਿਨਾਂ 'ਚ ਕੋਈ ਨਾ ਕੋਈ ਵਸੀਲਾ ਕਰਕੇ ਉੱਥੋਂ ਵੀ ਉਡਾਰੀ ਮਾਰ ਜਾਏਗਾ। ਪਹਿਲਾਂ ਹੀ ਚੱਜ ਦਾ ਖਸਮ ਕਰ ਲਿਓ। ਦੋਵਾਂ ਲਈ ਚੰਗੀ ਥਾਂ ਲੱਭਣ ਲਈ ਲਵ ਸਿੰਘ ਅੱਗੇ ਪੈ ਰਜਿਸਟਰ ਦੇ ਵਰਕੇ ਫੁਰਲਣ ਲੱਗਾ। ਲੈ ਵੀ ਮੀਤਿਆ, ਤੇਰਾ ਕੰਮ ਤਾਂ ਬਣ ਗਿਆ, ਤੂੰ ਚੱਲ ਸਿੰਘਾਂ ਦੇ ਵਿਹੜੇ। ਅੱਜ ਹੀ ਇੱਕ ਮੁਸ਼ਕਤੀ ਉੱਥੋਂ ਜ਼ਮਾਨਤ ਕਰਾ ਕੇ ਬਾਹਰ ਗਿਆ, ਮੇਰਾ ਉੱਥੇ ਕੀ ਕੰਮ? ਉਹ ਮੇਰਾ ਤੂੰਬਾ ਵਜਾ ਦੇਣਗੇ, ਕਾਗਜ਼ੀ ਪੱਤਰੇ ਤੂੰ ਖਾੜਕੂ ਹੈ ਤੇ ਪਾਲਾ ਵੀ, ਸਮਝਿਆ? ਉਹ ਤਾਂ ਠੀਕ ਹੈ ਪਰ ਉੱਥੇ ਮੇਰਾ ਗੁਜ਼ਾਰਾ ਨਹੀਂ ਹੋਣਾ। ਨਹੀਂ, ਅਜਿਹੀ ਗੱਲ ਨਹੀਂ, ਜਾ ਕੇ ਦੇਖ, ਮੈਨੂੰ ਯਾਦ ਕਰਿਆ ਕਰੇਗਾ, ਫਿਰ ਠੀਕ ਹੈ। ਬੁਝੇ ਮਨ ਨਾਲ ਮੀਤੇ ਨੂੰ ਹਾਂ ਕਰਨੀ ਪਈ। ਮੈਨੂੰ ਵੀ ਮੀਤੇ ਨਾਲ ਭੇਜ ਦਿਓ। ਇਕੱਲਾ ਰਹਿ ਜਾਣ ਤੋਂ ਘਬਰਾ ਕੇ ਪਾਲੇ ਨੇ ਪਹਿਲੀ ਵਾਰ ਆਪਣਾ ਮੂੰਹ ਖੋਲਿਆ। ਤੇਰੇ ਦਾੜੀ ਕੇਸ ਕੱਟੇ ਹੋਏ ਨੇ, ਤੂੰ ਨਹੀਂ ਉੱਥੇ ਜਾ ਸਕਦਾ? ਫਿਰ ਮੀਤੇ ਨੂੰ ਵੀ ਉੱਥੇ ਨਾ ਭੇਜੋ, ਸਾਨੂੰ ਦੋਹਾਂ ਨੂੰ ਇੱਕੋ ਬੈਰਕ ਦਿਓ। ਦਿਲ ਕਿਉਂ ਛੋਟਾ ਕਰਨਾ? ਉਮਰ ਕੈਦ ਕੱਟਣੀ ਹੈ, ਬੀਸੀਆਂ ਵਾਰ ਇਕੱਠੇ ਅੱਡ ਹੋਣਾ ਪਏਗਾ, ਹਾਲਾਤਾਂ ਦਾ ਸਾਹਮਣਾ ਕਰਨਾ ਸਿੱਖ। ਮੈਂ ਤੈਨੂੰ ਇਹ ਤੋਂ ਵੀ ਵਧੀਆ ਥਾਂ ਦਿੰਦਾ। ਵੱਡੇ ਭਰਾਵਾਂ ਵਾਂਗ ਲਵ ਸਿੰਘ ਨੇ ਪਾਲੇ ਨੂੰ ਸਮਝਾਇਆ, ਤੂੰ ਚੱਲ ਅਮੀਰਾਂ ਵਾਲੀ ਕੋਠੀ, ਉੱਥੇ ਪੜ੍ਹੇ ਲਿਖੇ ਵਿਹਲੜ ਕੈਦੀ ਰਹਿੰਦੇ ਹਨ, ਉਹਨਾਂ 'ਚ ਰਹਿ ਕੇ ਨਾਲੇ ਰੱਜ ਕੇ ਖਾਏਗਾ, ਨਾਲ ਚੰਗੀਆਂ ਗੱਲਾਂ ਸਿੱਖੇਗਾ। ਬਿਨਾਂ ਪਾਲੇ ਦਾ ਪ੍ਰਤੀਕਰਮ ਉਡੀਕੇ ਲਵ ਸਿੰਘ ਨੇ ਖਾਨਾ ਪੂਰਤੀ ਕੀਤੀ ਤੇ ਉਹਨਾਂ ਨੂੰ ਲੈ ਕੇ ਅਹਾਤਿਆਂ ਵੱਲ ਚੱਲ ਪਿਆ। ਅੰਗ 7 ਭੁੱਖ ਤੇ ਪਿਆਸ ਕਾਰਨ ਹਾਕਮ ਸਿੰਘ ਦਾ ਭੈੜਾ ਹਾਲ ਸੀ। ਪੇਟ 'ਚ ਨੱਚਦੇ ਚੂਹੇ ਭੁੱਖ ਕਾਰਨ ਦਮ ਤੋੜ ਗਿਆ ਜਾਪਦੇ ਸਨ। ਭੁੱਖ ਮਰ ਰਹੀ ਸੀ, ਪਿਆਸ ਉਸੇ ਰਫਤਾਰ ਨਾਲ ਵੱਧ ਰਹੀ ਸੀ। ਹਾਕਮ ਸਿੰਘ ਨੂੰ ਕਾਲ ਸੀ ਕਦੇ ਉਹ ਬੈਰਕ ਪੁੱਜੇ, ਕਦੋਂ ਪੀਣ ਨੂੰ ਪਾਣੀ ਮਿਲੇ। ਉਹਨੇ ਪਹਿਲਾਂ ਵੀ 2 ਬਤੌਰ ਹਵਾਲਾਤੀ ਸਭ ਜੇਲ੍ਹ 'ਚ ਗੁਜ਼ਾਰੇ ਸਨ, ਉਦੋਂ ਉਹਨੇ ਬਾਦਸ਼ਾਹਾਂ ਵਰਗੇ ਕੈਦੀਆਂ ਬਾਰੇ ਕਦੇ ਨਹੀਂ ਸੀ ਸੁਣਿਆ। ਚੱਕਰ ਵਿੱਚ ਮੁਨਸ਼ੀ ਨਾਲ ਹੋਈ ਝੜਪ ਤੋਂ ਇੱਕ ਗੱਲ ਸਪਸ਼ਟ ਸੀ, ਇਸ ਅਹਾਤੇ ਦਾ ਨਾਂ ਭਾਵੇਂ ਬਾਦਸ਼ਾਹਾਂ ਦੇ ਨਾਂ 'ਤੇ ਰੱਖਿਆ ਗਿਆ ਸੀ, ਪਰ ਹੋਏਗਾ ਇਹ ਨਰਕ ਦਾ ਨਮੂਨਾ ਹੀ। ਹਾਕਮ ਸਿੰਘ ਉਹਨੂੰ ਛੱਡਣ ਜਾ ਰਹੇ ਸੇਵਾਦਾਰ ਕੋਲੋਂ ਇਸ ਬੈਰਕ ਦੇ ਨਾਂ ਦੇ ਪਿਛੋਕੜ ਬਾਰੇ ਕੁਝ ਜਾਣਨਾ ਚਾਹੁੰਦਾ ਸੀ, ਪਰ ਖੁਸ਼ਕ ਗਲੇ ਵਿੱਚੋਂ ਇੱਕ ਸ਼ਬਦ ਉਚਾਰਨਾ ਵੀ ਮੁਸ਼ਕਲ ਜਾਪ ਰਿਹਾ ਸੀ। ਉਹਨੇ ਕਿਹੜਾ ਕਿਸੇ ਕੋਲੋਂ ਭੀਖ ਮੰਗਣੀ ਸੀ? ਅੱਗੇ ਕਿਹੜਾ ਉਸ ਨਾਲ ਇਨਸਾਫ਼ ਹੋਇਆ ਸੀ? ਜੋ ਮਿਲ ਰਿਹਾ ਸੀ ਉਹਨੂੰ ਭਾਣਾ ਮੰਨ ਕੇ ਉਹ ਕਿਹੜੇ ਮੱਥੇ ਸਵੀਕਾਰ ਕਰ ਰਿਹਾ ਸੀ? ਇਸ ਲਈ ਚੁੱਪ ਚਾਪ ਆਪਣੀ ਮੰਜ਼ਿਲ ਵੱਲ ਵਧਣ ਵਿੱਚ ਹੀ ਉਹਨੂੰ ਭਲਾਈ ਜਾਪਦੀ ਸੀ। ਭਾਅ ਜੀ, ਤੁਸੀਂ ਵਕੀਲ ਹੋ ਨਾ, ਲੋਕਾਂ ਨੂੰ ਬਰੀ ਕਰਾਉਣ ਵਾਲੇ ਵਕੀਲਾਂ ਨੂੰ ਸਜ਼ਾ ਹੋ ਜਾਂਦੀ ਹੈ। ਜਗਤਾਰ ਨੇ ਪ੍ਰਸ਼ਨ ਭੋਲੇਪਨ 'ਚ ਕੀਤਾ ਸੀ ਜਾਂ ਸਮੁੱਚੀ ਵਕੀਲ ਜਾਤੀ ਉੱਪਰ ਕਟਾਕਸ਼ ਲਈ? ਉਹਦੀ ਹਾਕਮ ਸਿੰਘ ਨੂੰ ਸਮਝ ਨਹੀਂ ਸੀ ਆਈ। ਪ੍ਰਸ਼ਨ ਸੁਣ ਕੇ ਪਹਿਲਾਂ ਹਾਕਮ ਸਿੰਘ ਨੂੰ ਗੁੱਸਾ ਆਇਆ, ਫਿਰ ਪ੍ਰਸ਼ਨ ਦੇ ਗਹਿਰੇ ਅਰਥ ਸਮਝ ਗਏ। ਉਹਦੀ ਸੋਚ ਨੇ ਪਲਟਾ ਖਾਧਾ। ਸੇਵਾਦਾਰ ਵੱਡਾ ਪ੍ਰਸ਼ਨ ਉਠਾ ਰਿਹਾ ਸੀ, ਜਵਾਬ ਦੇਣਾ ਬਣਦਾ ਸੀ। ਪਹਿਲਾਂ ਇਹ ਦੱਸ, ਤੈਨੂੰ ਕਿਸ ਜੁਰਮ ਦੀ ਸਜ਼ਾ ਹੋਈ ਹੈ? ਆਪਾਂ ਕਚਹਿਰੀ 'ਚ ਨਹੀਂ ਖੜੇ, ਇਸ ਲਈ ਰੱਤੀ ਭਰ ਝੂਠ ਨਾ ਬੋਲੇ, ਫਿਰ ਹੀ ਮੈਂ ਤੇਰੇ ਪ੍ਰਸ਼ਨ ਦਾ ਉੱਤਰ ਦੇ ਸਕਾਂਗਾ। ਗਲੇ 'ਚ ਹੁੰਦੀ ਤਕਲੀਫ ਦੇ ਬਾਵਜੂਦ ਹਾਕਮ ਸਿੰਘ ਸੇਵਾਦਾਰ ਦੀ ਜਗਿਆਸਾ ਸ਼ਾਂਤ ਕਰਨ ਲਈ ਉਤਾਵਲਾ ਪੈਣ ਲੱਗਾ। ਮੈਂ ਲੋਕ ਨਿਰਮਾਣ ਵਿਭਾਗ 'ਚ ਬੇਲਦਾਰ ਸੀ, ਨਾਲੇ ਸਟੋਰ ਦਾ ਚੌਕੀਦਾਰਾ ਕਰਦਾ ਸੀ। ਬਚਿਆ ਸਮਾਨ ਅਫਸਰ ਵੇਚ ਦਿੰਦੇ ਸਨ। ਅਫਸਰ ਦੇ ਕਹਿਣ 'ਤੇ ਇੱਕ ਦਿਨ ਲੁੱਕਦਾ ਭਰਿਆ ਟਿੱਪਰ ਮੈਂ ਮਾਇਆ ਨਗਰ ਲਾਉਣ ਚੱਲਿਆ ਸੀ। ਤੂੰ ਚੁੱਪ ਕਰ, ਅਗਾਂਹ ਕੀ ਵਾਪਰਿਆ ਹੋਣਾ ਮੈਥੋਂ ਸੁਣ।
ਰਸਤੇ 'ਚ ਤੈਨੂੰ ਪੁਲਿਸ ਨੇ ਘੇਰ ਲਿਆ, ਦੋ ਥੱਪੜ ਮਾਰ ਕੇ ਤੈਥੋਂ ਸੱਚ ਉਗਲਵਾ ਲਿਆ। ਤੇਰੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਅਫਸਰ ਨੂੰ ਮੌਕੇ 'ਤੇ ਬੁਲਾ ਲਿਆ। ਫਿਰ ਦੋਹਾਂ ਧਿਰਾਂ ਵਿਚਕਾਰ ਸੌਦਾ ਹੋਇਆ, ਅਫਸਰ ਛੁੱਟ ਗਿਆ, ਲੁੱਕ ਚੋਰੀ ਕਰਨ ਦਾ ਮੁਕੱਦਮਾ ਤੇਰੇ ਉੱਪਰ ਦਰਜ ਹੋ ਗਿਆ। ਗੱਦਾਰੀ ਕਰਨ ਕਾਰਨ ਅਫਸਰ ਤੇਰੇ 'ਤੇ ਨਾਰਾਜ਼ ਹੋ ਗਏ, ਤੈਨੂੰ ਨੌਕਰੀਓਂ ਕੱਢ ਦਿੱਤਾ ਅਤੇ ਆਪਣੀ ਬਣੀ ਆਪ ਨਿਬੜਨ ਲਈ ਇਕੱਲਾ ਛੱਡ ਦਿੱਤਾ। ਪਰੋਖੇ ਨਾ ਹੋਣ ਕਾਰਨ ਤੂੰ ਚੋਟੀ ਦਾ ਵਕੀਲ ਨਾ ਕਰ ਸਕਿਆ, ਗਵਾਹਾਂ ਦੀ ਸੇਵਾ ਨਾ ਕਰ ਸਕਿਆ, ਸਰਕਾਰੀ ਵਕੀਲ ਦੀ ਜੇਬ ਨਾ ਭਰ ਸਕਿਆ ਅਤੇ ਜੱਜ ਤੱਕ ਪਹੁੰਚ ਨਾ ਕਰ ਸਕਿਆ। ਨਤੀਜਨ ਤੈਨੂੰ ਚੋਰ ਠਹਿਰਾ ਕੇ ਸਜ਼ਾ ਸੁਣਾ ਦਿੱਤੀ ਗਈ, ਅਪੀਲ ਕਰਨ 'ਚ ਫਿਰ ਇਹੋ ਦਿੱਕਤ ਆਈ, ਕਿਉਂ ਠੀਕ ਹੈ? ਜਗਤਾਰ ਹੈਰਾਨੀ ਨਾਲ ਹਾਕਮ ਸਿੰਘ ਦੇ ਮੂੰਹ ਵੱਲ ਤੱਕਣ ਲੱਗਾ। ਹਾਕਮ ਉਹਨੂੰ ਅਗਲੇ ਪਿਛਲੇ ਜਨਮ ਜਾਤ ਵਾਲਾ ਕੋਈ ਪਹੁੰਚਿਆ ਹੋਇਆ ਸਾਧੂ ਸੰਤ ਲੱਗਾ। ਇਹੋ ਕੁਝ ਮੇਰੇ ਨਾਲ ਵਾਪਰਿਆ, ਨਾ ਤਫਤੀਸ਼ ਦੌਰਾਨ ਸੱਚ ਝੂਠ ਦਾ ਨਿਰਤਾਰਾ ਹੁੰਦਾ, ਨਾ ਮੁਕੱਦਮੇ ਦੀ ਸੁਣਵਾਈ ਦੌਰਾਨ। ਅਦਾਲਤ ਵਿੱਚ ਗਵਾਹਾਂ ਅਤੇ ਵਕੀਲਾਂ ਦੀ ਚਤਰਾਈ ਅਤੇ ਬੌਧਿਕਤਾ ਦਾ ਮੁਕਾਬਲਾ ਹੁੰਦਾ, ਜਿਹੜੀ ਧਿਰ ਵੱਧ ਚੁਸਤ ਹੁੰਦੀ ਹੈ ਉਹ ਜਿੱਤ ਜਾਂਦੀ ਹੈ। ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਮੇਰੇ ਮੁਕੱਦਮੇ ਦਾ ਮੁਦਈ ਮੇਰੀ ਉਮਰ ਨਾਲੋਂ ਵੱਧ ਵਕਾਲਤ ਦਾ ਤਜਰਬਾ ਰੱਖਣ ਵਾਲਾ ਵਕੀਲ ਸੀ। ਆਪਣੇ ਕਾਨੂੰਨੀ ਦਾਅ ਪੇਚਾਂ ਦੇ ਗਿਆਨ ਦੇ ਆਧਾਰ 'ਤੇ ਉਹਨੇ ਮੈਨੂੰ ਸਜ਼ਾ ਕਰਵਾ ਦਿੱਤੀ। ਮੇਰਾ ਸੱਚ ਵਾਲਾ ਹਥਿਆਰ ਨਕਾਰਾ ਹੋ ਗਿਆ, ਮੇਰੀ ਵਕਾਲਤ ਵਿੱਚ ਹੀ ਰੁਲ ਗਈ। ਜਗਤਾਰ ਨੂੰ ਗੱਲਾਂ ਕਰਨ ਦੀ ਆਦਤ ਸੀ, ਇਹ ਪ੍ਰਸ਼ਨ ਉਹਨੇ ਉਂਝੀ ਸਮਾਂ ਬਿਤਾਉਣ ਲਈ ਕੀਤਾ ਸੀ, ਪਰ ਵਕੀਲ ਦੇ ਚੰਦ ਸਤਰਾਂ ਦੇ ਉੱਤਰ ਨੇ ਉਹਦੇ ਜ਼ਹਿਨ 'ਚ ਸਾਲਾਂ ਤੋਂ ਉਲਝੀ ਅੜਾਉਣੀ ਨੂੰ ਪਲਾਂ 'ਚ ਸੁਲਝਾ ਦਿੱਤਾ। ਉਹਨੂੰ ਹੁਣ ਸਮਝ ਆਈ ਬੇਕਸੂਰ ਹੁੰਦੇ ਹੋਏ ਵੀ ਅਦਾਲਤ ਨੇ ਉਹਨੂੰ ਕਸੂਰਵਾਰ ਕਿਉਂ ਠਹਿਰਾਇਆ ਸੀ। ਸ਼ਰਧਾ ਨਾਲ ਜਗਤਾਰ ਦਾ ਸਿਰ ਵਕੀਲ ਦੇ ਗਿਆਨ ਅੱਗੇ ਝੁਕਿਆ। ਬੈਰਕ ਹਾਲੇ ਦੂਰ ਸੀ, ਜਗਤਾਰ ਹੋਰ ਗੱਲਾਂ ਕਰਨਾ ਚਾਹੁੰਦਾ ਸੀ, ਪਰ ਉਹਦੇ ਜ਼ਹਿਨ 'ਚ ਜਿਵੇਂ ਸਾਰੇ ਪ੍ਰਸ਼ਨ ਮੁੱਕ ਗਏ ਸਨ। ਨਵੇਂ ਪ੍ਰਸ਼ਨ ਦੇ ਖੜਾ ਹੋਣ ਤੱਕ ਉਹਨੇ ਚੁੱਪ ਰਹਿਣ ਦਾ ਫੈਸਲਾ ਕੀਤਾ। ਹਾਕਮ ਵੀ ਗੱਲਾਂ ਕਰਨਾ ਚਾਹੁੰਦਾ ਸੀ, ਪਰ ਗੱਲਾਂ ਉਹਦੀ ਇਜਾਜ਼ਤ ਨਹੀਂ ਸੀ ਦੇ ਰਿਹਾ, ਗਲਾ ਉਹਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਹਾਕਮ ਸਿੰਘ ਹੋਰੀ ਜਿਸ ਦਿਸ਼ਾ ਵੱਲ ਜਾ ਰਹੇ ਸਨ, ਹਵਾ ਦਾ ਰੁੱਖ ਉਹਦੇ ਉਲਟ ਸੀ। ਹਵਾ 'ਚ ਘੁਲੀ ਸੁਗੰਧ ਜਾਂ ਦੁਰਗੰਧ ਉਸ ਬੈਰਕ ਦੀ ਪਹਿਚਾਣ ਕਰਵਾ ਦਿੰਦੀ ਸੀ ਜਿਸ ਵਿੱਚੋਂ ਦੀ ਉਹ ਲੰਘ ਕੇ ਆਈ ਸੀ। ਜਿਉਂ ਹੀ ਤੜਕੇ ਵਾਲੀ ਖੁਸ਼ਬੂ ਦੀ ਥਾਂ ਟੱਟੀ ਪਿਸ਼ਾਬ ਵਾਲੀ ਬੂਹ ਆਉਣ ਲੱਗੀ, ਤਿਉਂ ਹੀ ਹਾਕਮ ਨੂੰ ਸਮਝ ਆ ਗਈ ਬਾਦਸ਼ਾਹਾਂ ਵਾਲਾ ਅਹਾਤਾ ਹੁਣ ਦੂਰ ਨਹੀਂ। ਇਸ ਬੈਰਕ 'ਚ ਰਹਿਣ ਵਾਲੇ ਬਾਦਸ਼ਾਹ ਲੋਕ ਕੌਣ ਹੋਏ? ਹਾਕਮ ਸਿੰਘ ਕੋਲੋਂ ਬਹੁਤੀ ਦੇਰ ਆਪਣੀ ਉਤਸੁਕਤਾ ਦਬਾਈ ਨਾ ਗਈ। ਆਪਣੇ ਨਵੇਂ ਸਾਥੀਆਂ ਬਾਰੇ ਜਾਣਨ ਲਈ ਉਹਨੇ ਪੁੱਛਿਆ। ਗਰੀਬ ਮੰਗਤਿਆਂ ਦਾ ਮਜ਼ਾਕ ਉਡਾਉਣ ਲਈ ਉਹਨਾਂ ਨੂੰ ਬਾਦਸ਼ਾਹ ਆਖਿਆ ਜਾਂਦਾ। ਜਗਤਾਰ ਆਪਣੀ ਜਾਣਕਾਰੀ ਅਨੁਸਾਰ ਇਸ ਨਾਂ ਦਾ ਪਿਛੋਕੜ ਦੱਸਣ ਲੱਗਾ। ਪੋਹ ਮਾਘ ਦੀ ਕਰੜੀ ਸਰਦੀ ਜਦੋਂ ਖੁੱਲ੍ਹੇ ਅਸਮਾਨ ਥੱਲੇ ਕੱਟਣੀ ਔਖੀ ਹੋ ਜਾਂਦੀ ਹੈ ਤਾਂ ਮੰਦਰਾਂ, ਬੱਸਾਂ, ਅੱਡਿਆਂ ਅਤੇ ਸਟੇਸ਼ਨ ਦੇ ਬਾਹਰ ਰੁਲਦੇ ਮੰਗਤੇ ਦਿਨ ਕੱਟੀ ਕਰਨ ਲਈ ਜੇਲ੍ਹ ਪੁੱਜ ਜਾਂਦੇ ਹਨ। ਚੋਰੀ, ਜੂਆ, ਦੜਾ, ਸੱਟਾ ਅਤੇ ਨਜਾਇਜ਼ ਸ਼ਰਾਬ ਕਬਜ਼ੇ 'ਚ ਰੱਖਣ ਵਰਗੇ ਛੋਟੇ ਮੋਟੇ ਕੇਸ ਬਣਾ ਕੇ ਇੱਕ ਪਾਸੇ ਪੁਲਿਸ ਆਪਣੀ ਕਾਰਵਾਈ ਪਾ ਲੈਂਦੀ ਹੈ, ਦੂਜੇ ਪਾਸੇ ਇਹਨਾਂ ਨੂੰ ਸਿਰ ਢੱਕਣ ਲਈ ਛੱਤ ਮਿਲ ਜਾਂਦੀ ਹੈ। ਇਸ ਵਾਰ ਗੈਰ ਬੇਮੌਸਮਾ ਟੁੱਟਿਆ ਸੀ। ਜ਼ਿਲ੍ਹੇ ਦਾ ਪੁਲਿਸ ਕਪਤਾਨ ਯੂਰਪ ਵਿੱਚ ਜਾ ਕੇ ਮੰਗਤਿਆਂ ਬਾਰੇ ਖੋਜ ਕਰਕੇ ਆਇਆ ਸੀ। ਆਪਣੀ ਖੋਜ ਦੇ ਆਧਾਰ 'ਤੇ ਉਹਨੇ ਸਿੱਟਾ ਕੱਢਿਆ ਸੀ। ਬਹੁਤੇ ਮੰਗਤਿਆਂ ਦੀ ਬਿਰਤੀ ਜਰਾਇਮ ਪੇਸ਼ਾ ਹੁੰਦੀ ਹੈ। ਮਾਇਆਨਗਰ ਨੂੰ ਜੁਰਮ ਰਹਿਤ ਅਤੇ ਲੋਕਾਂ ਨੂੰ ਮੰਗਤਿਆਂ ਹੱਥੋਂ ਚੌਂਕਾਂ ਵਿੱਚ ਹੁੰਦੀ ਪਰੇਸ਼ਾਨੀ ਤੋਂ ਬਚਾਉਣ ਲਈ ਉਹਨੇ ਮੰਗਤਿਆਂ ਨੂੰ ਫੜਨ ਦੀ ਮੁਹਿੰਮ ਛੇੜੀ ਹੋਈ ਸੀ। ਬੈਰਕ 60 ਕੈਦੀਆਂ ਲਈ ਬਣੀ ਸੀ, ਇਸ 'ਚ 100 ਤੋਂ ਵੱਧ ਕੈਦੀ ਬੰਦ ਸਨ, ਹੋਰ ਕੋਈ ਬੈਰਕ ਖਾਲੀ ਨਹੀਂ ਸੀ। ਬਾਕੀ ਬੈਰਕਾਂ ਵਾਲੇ ਇਹਨਾਂ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸਨ। ਸਰਦਾ ਪੁੱਜਦਾ ਕੋਈ ਕੋਈ ਮੰਗਤਾ ਹੀ ਜ਼ਮਾਨਤ ਕਰਵਾ ਕੇ ਬਾਹਰ ਗਿਆ ਸੀ, ਬਾਕੀਆਂ ਨੇ ਆਪਣੇ ਜੁਰਮ ਕਬੂਲ ਕਰ ਲਏ ਸਨ, ਕੋਈ ਸਜ਼ਾ ਭੁਗਤ ਰਹੇ ਸਨ। ਆਪਣੇ ਪੈਸਿਆਂ ਦੀ ਰਸੀਦ ਮੰਗਣ ਦੀ ਮੈਨੂੰ ਇਹ ਸਜ਼ਾ ਮਿਲੀ, ਮੰਗਤਿਆਂ ਦੀ ਵਿਥਿਆ ਸੁਣਨ ਬਾਅਦ ਹਾਕਮ ਮਨ ਕਲਪਿਆ, ਕੋਈ ਨਹੀਂ, ਜੋ ਹੋਏਗਾ ਦੇਖੀ ਜਾਏਗਾ, ਇਹ ਵੀ ਕਿਸੇ ਦੇ ਪੁੱਤ ਹਨ। ਮਨ ਕਰੜਾ ਕਰਕੇ ਹਾਕਮ ਸਿੰਘ ਬੈਰਕ ਦੇ ਗੇਟ ਵੱਲ ਵਧਣ ਲੱਗਾ। ਬਾਦਸ਼ਾਹ ਵਾਲੀ ਬੈਰਕ ਦੇ ਮੇਨ ਗੇਟ ਦੇ ਅੰਦਰ ਖੜਾ ਸੰਤਰੀ ਜਗਤਾਰ ਦੇ ਹੱਥ 'ਚ ਫੜੇ ਹਿਸਟਰੀ ਟਿਕਟ ਦੇ ਨਾਲ ਖੜੇ ਬੰਦੇ ਨੂੰ ਦੇਖ ਕੇ ਸਮਝ ਗਿਆ ਇਸ ਕੈਦੀ ਨੇ ਚੱਕਰ 'ਚ ਕੋਈ ਗੁਸਤਾਖੀ ਕੀਤੀ ਹੈ। ਚੱਕਰ ਦੇ ਮੁਨਸ਼ੀ ਜਾਂ ਚੀਫ ਵਾਰਡਨ ਨੇ ਉਸ ਗੁਸਤਾਖੀ ਲਈ ਸਜ਼ਾ ਸੁਣਾਈ ਹੈ। ਅੱਜ ਦੀ ਰਾਤ ਇਸ ਨਵੇਂ ਪੰਛੀ ਨੇ ਖੜੋ ਕੇ ਤੇ ਜਾਗ ਕੇ ਕੱਟਣੀ ਹੈ। ਕਿਉਂ ਬਈ, ਕਾਮਰੇਡ ਹੈ ਜਾਂ ਮਲੰਗ? ਜਗਤਾਰ ਨੂੰ ਤੋਰ ਕੇ ਤੇ ਕੈਦੀ ਨੂੰ ਗੇਟ ਅੰਦਰ ਕਰਕੇ ਮਨ ਦਾ ਸ਼ੱਕ ਦੂਰ ਕਰਨ ਲਈ ਸੰਤਰੀ ਨੇ ਹਾਕਮ ਨੂੰ ਪੁੱਛਿਆ। ਉਂਝ ਕੈਦੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਘੋਖਣ ਬਾਅਦ ਉਹਨੂੰ ਕੈਦੀ ਚੰਗਾ ਪੜ੍ਹਿਆ ਲਿਖਿਆ ਲੱਗਾ ਸੀ। ਕਹਿਰੇ ਸਰੀਰ ਦਾ ਇਹ ਨੌਜਵਾਨ ਹੱਥੀਂ ਮਿਹਨਤ ਕਰਨ ਦਾ ਆਦੀ ਜਾਪਦਾ ਸੀ। ਬੈਰਕ 'ਚ ਬੰਦ ਕੈਦੀਆਂ ਬਾਕੀ ਕੈਦੀਆਂ ਵਾਂਗ ਉਹ ਕਿਸੇ ਗਰੀਬ ਘਰ ਦਾ ਨਹੀਂ ਸੀ। ਉਹਦੇ ਇਸ ਬੈਰਕ 'ਚ ਆਉਣ ਦਾ ਮਤਲਬ ਸਪੱਸ਼ਟ ਸੀ, ਫਿਰ ਵੀ ਉਹ
ਕਾਰਨ ਹਾਕਮ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ। ਜੋ ਮਰਜ਼ੀ ਸਮਝ ਲੈ, ਕਾਮਰੇਡ ਨਾ ਹੁੰਦੇ ਹੋਏ ਵੀ ਹੁਣ ਮੈਂ ਕਾਮਰੇਡ ਹਾਂ, ਪੈਸਾ ਧੇਲਾ ਹੁੰਦੇ ਹੋਏ ਵੀ ਮਲਾਂਗਾ। ਪੈਰ ਪੈਰ ਤੇ ਹੁੰਦੀ ਬੇਇਨਸਾਫ਼ੀ ਤੋਂ ਤੰਗ ਆਏ ਤੇ ਗੁੱਸੇ ਨਾਲ ਭਰੇ ਹਾਕਮ ਨੇ ਆਪਣੀ ਜਾਨ ਪਹਿਚਾਣ ਕਰਾਈ। ਹਾਕਮ ਨੇ ਕੀ ਕਿਹਾ ਸੰਤਰੀ ਦੇ ਕੁਝ ਪੱਲੇ ਨਾ ਪਿਆ, ਚੁੱਪ ਕਰਕੇ ਉਹਨੂੰ ਕੈਦੀ ਮੁਨਸ਼ੀ ਕੋਲ ਲੈ ਗਿਆ। ਉਮਰ ਕੈਦ ਕੱਟਣ ਆਏ ਕੈਦੀ ਨੂੰ ਹੁਣ ਕੋਈ ਕਾਹਲ ਨਹੀਂ ਸੀ ਹੋਣੀ ਚਾਹੀਦੀ। ਹੁਣ ਕਿਸੇ ਵੀ ਕੰਮ 'ਚ ਉਹਦੀ ਮਰਜ਼ੀ ਨਹੀਂ ਸੀ ਚੱਲਣੀ, ਉਹਨੂੰ ਜੋ ਹੁਕਮ ਹੋਣਾ ਸੀ ਉਹਨੂੰ ਮੰਨਣਾ ਪੈਣਾ ਸੀ। ਇਸ ਲਈ ਹਾਕਮ ਸਿੰਘ ਹਰ ਹੁਕਮ ਦੀ ਤਾਮੀਲ ਕਰ ਰਿਹਾ ਸੀ। ਬਸ ਉਹਨੂੰ ਇੱਕ ਕਾਹਲ ਸੀ ਪਿਆਸ ਬੁਝਾਉਣ ਦੀ। ਬੈਰਕ ਦੇ ਮੇਨ ਗੇਟ ਦੇ ਐਨ ਸਾਹਮਣੇ ਵਾਲੀ ਕੰਧ ਨਾਲ ਛੋਟੀ ਰਸੋਈ ਬਣੀ ਹੋਈ ਹੈ, ਜਿੱਥੇ ਕੈਦੀਆਂ ਨੂੰ ਦਾਲ ਨੂੰ ਤੜਕਾ ਆਦਿ ਲਾਉਣ ਦੀ ਸਹੂਲਤ ਮਿਲਦੀ ਹੈ। ਭਾਂਡੇ ਸਾਫ਼ ਕਰਨ ਲਈ ਇੱਕ ਹੌਦ ਬਣਿਆ ਹੋਇਆ ਹੈ। ਹੌਦ ਉੱਪਰ ਪਾਣੀ ਵਾਲੀ ਟੂਟੀ ਹੁੰਦੀ ਹੈ, ਸ਼ਾਇਦ ਟੂਟੀ 'ਚ ਪਾਣੀ ਹੋਵੇ ਜਾਂ ਫਿਰ ਹੌਦ ਵਿੱਚ। ਮੁਨਸ਼ੀ ਤੋਂ ਇਜਾਜ਼ਤ ਲੈ ਕੇ ਹਾਕਮ ਸਿੰਘ ਪਾਣੀ ਦੀ ਖੋਜ ਵਿੱਚ ਹੌਦ ਵੱਲ ਤੁਰ ਪਿਆ। ਕਿਧਰੇ ਪਾਣੀ ਦੀ ਤਿੱਪ ਵੀ ਨਹੀਂ ਸੀ। ਸਾਰੇ ਦਿਨ ਵਿੱਚ ਇੱਕ ਘੰਟੇ ਲਈ ਦੋ ਵਾਰ ਪਾਣੀ ਛੱਡਿਆ ਜਾਂਦਾ ਸੀ। ਪਾਣੀ ਬੱਚੇ ਦੇ ਪਿਸ਼ਾਬ ਦੀ ਧਾਰ ਜਿੰਨਾ ਮਸਾ ਆਉਂਦਾ ਸੀ। ਬੋਤਲ ਭਰਨ ਜਾਂ ਪਹਿਲਾਂ ਭਾਂਡੇ ਧੋਣ ਲਈ ਕੈਦੀਆਂ ਵਿਚਕਾਰ ਅਕਸਰ ਲੜਾਈ ਹੁੰਦੀ ਸੀ, ਅੱਗੇ ਪਿੱਛੇ ਪਾਣੀ ਕਿੱਥੇ। ਹੌਦ ਜੂਠ ਨਾਲ ਭਰਿਆ ਪਿਆ ਸੀ, ਜੋ ਉਸ 'ਚੋਂ ਅਜੀਬ ਤਰ੍ਹਾਂ ਦੀ ਹਵਾੜ ਆ ਰਹੀ ਸੀ। ਹਾਕਮ ਨੂੰ ਉਲਟੀ ਆਉਣ ਵਾਲੀ ਹੋ ਗਈ। ਪਾਣੀ ਦੀ ਖੋਜ ਵਿੱਚੇ ਛੱਡ ਕੇ ਉਹ ਵਾਪਸ ਮੁੜ ਆਇਆ। ਪਾਣੀ ਚਾਹੀਦਾ, ਹਾਕਮ ਦੀ ਸਮੱਸਿਆ ਸਮਝ ਕੇ ਮੁਨਸ਼ੀ ਨੇ ਪੁੱਛਿਆ। ਹਾਂ ਵਿੱਚ ਉੱਤਰ ਮਿਲਣ 'ਤੇ ਮੁਨਸ਼ੀ ਨੇ ਆਪਣੀ ਪੀਣ ਵਾਲੀ ਇਨ ਕੇਨੀ ਹਾਕਮ ਅੱਗੇ ਕਰਤੀ, ਉਹ ਜਿੰਨਾ ਮਰਜ਼ੀ ਪਾਣੀ ਪੀ ਲਏ। ਹਾਕਮ ਸਿੰਘ ਦੀ ਪਿਆਸ ਸਾਰਾ ਪਾਣੀ ਪੀ ਕੇ ਵੀ ਮਿਟਣ ਵਾਲੀ ਨਹੀਂ ਸੀ, ਪਰ ਇੱਕ ਸ਼ਰੀਫ ਆਦਮੀ ਨੇ ਜੇ ਉਂਗਲ ਫੜਾਤੀ ਤਾਂ ਉਹਦੀ ਬਾਂਹ ਨਹੀਂ ਸੀ ਫੜ ਲੈਣੀ ਚਾਹੀਦੀ। ਇਹ ਸੋਚ ਕੇ ਹਾਕਮ ਸਿੰਘ ਨੇ ਕੁਝ ਘੁੱਟਾਂ ਨਾਲ ਕੰਮ ਚਲਾ ਲਿਆ। ਲੰਗਰ ਵਰਤ ਚੁੱਕਾ ਸੀ, ਗਿਣਤੀ ਹੋ ਚੁੱਕੀ ਸੀ, ਅੰਦਰਲੀ ਬੈਰਕ ਨੂੰ ਜਿੰਦਾ ਲਾਉਣਾ ਬਾਕੀ ਸੀ। ਜਿੰਦਾ ਅੱਧਾ ਘੰਟਾ ਲੇਟ ਵੀ ਲਾਇਆ ਜਾ ਸਕਦਾ ਸੀ। ਮੁਨਸ਼ੀ ਨਵੇਂ ਕੈਦੀ ਨੂੰ ਬੈਰਕ ਅੰਦਰ ਬੰਦ ਕਰਕੇ ਬੈਰਕ ਨੂੰ ਜਿੰਦਾ ਲਾ ਕੇ ਆਪਣੀ ਡਿਊਟੀ ਤੋਂ ਨਿਸ਼ਚਿੰਤ ਹੋ ਸਕਦਾ ਸੀ, ਪਰ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਘੰਟਾ ਪਹਿਲਾਂ ਨਰਕ 'ਚ ਧੱਕਣ ਨੂੰ ਉਹਦਾ ਮਨ ਨਹੀਂ ਸੀ ਕਰਿਆ। ਮੁਨਸ਼ੀ ਨੂੰ ਹਾਕਮ ਨਾਲ ਇੱਕ ਹੋਰ ਗੱਲੋਂ ਵੀ ਹਮਦਰਦੀ ਸੀ। ਹਾਕਮ ਵਾਂਗ ਕੁਲਵੰਤ ਵੀ ਲਾਭ ਸਿੰਘ ਦਾ ਸਤਾਇਆ ਹੋਇਆ ਸੀ। ਹੱਡ ਤੋੜ ਵੀ ਮਿਹਨਤ ਤੇ 100 ਮਿੰਟ ਤਰਲਾ ਕਰਕੇ ਉਹ ਮੁਨਸ਼ੀ ਦੀ ਮੱਦ ਤੱਕ ਪਹੁੰਚਿਆ ਸੀ। 3 ਮਹੀਨੇ ਰਿਹਾਈ 'ਚ ਰਹਿੰਦੇ ਸਨ, ਸੋਚਿਆ ਸੀ ਘਰ ਜਾਂਦਾ ਹੋਇਆ 4 ਪੈਸੇ ਲੈ ਜਾਏਗਾ, ਪਰ ਲਾਭ ਸਿੰਘ ਨੇ ਉਹਦੀਆਂ ਸਾਰੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ। ਕੁਲਵੰਤ ਸਿੰਘ 10 ਪਾਸ ਸੀ, ਉਹਨੂੰ ਸਰਦਾਰਾਂ ਦੇ ਮੱਛੀਆਂ ਦੇ ਤਲਾਅ 'ਚੋਂ ਮੱਛੀਆਂ ਚੋਰੀ ਕਰਨ ਦੇ ਜੁਰਮ 'ਚ 2 ਸਾਲ ਕੈਦ ਹੋਈ ਸੀ। ਮੱਛੀਆਂ ਉਹਨੇ ਚੋਰੀ ਜ਼ਰੂਰ ਕੀਤੀਆਂ ਸਨ, ਪਰ ਵੇਚਣ ਲਈ ਨਹੀਂ, ਜੀਭ ਦਾ ਸਵਾਦ ਪੂਰਾ ਕਰਨ ਲਈ। ਇੱਕ ਵਾਰ ਮੇਲੇ 'ਚ ਉਹਨੇ ਮੁੰਡਿਆਂ ਨਾਲ ਮੱਛੀ ਦੇ ਪਕੌੜੇ ਖਾਧੇ ਸਨ, ਉਸੇ ਦਿਨ ਤੋਂ ਉਹਦਾ ਮਨ ਰੱਜ ਕੇ ਪਕੌੜੇ ਖਾਣ ਨੂੰ ਤਰਸ ਰਿਹਾ ਸੀ। ਪਕੌੜਿਆਂ ਵਾਲੀ ਰੇਹੜੀ ਪਿੰਡ ਦੇ ਬੱਸਾਂ ਦੇ ਅੱਡੇ 'ਚ ਲੱਗਦੀ ਸੀ। ਉਹ 10 ਰੁਪਏ ਦੀ ਪਾਈਆ ਮੱਛੀ ਦਿੰਦਾ ਸੀ। 10 ਰੁਪਏ ਮਹੀਨੇ 'ਚ ਮਸਾਂ ਜੁੜਦੇ ਸਨ, ਪਰ ਮੱਛੀ ਹਲਕ ਤਾਲਵੇ ਨਾਲ ਲੱਗ ਜਾਂਦੀ ਸੀ। ਉਹਨੇ 1 ਕਿਲੋ ਦੀ ਇੱਕ ਮੱਛੀ ਫੜੀ ਸੀ। ਠੇਕੇਦਾਰ ਕਹਿੰਦਾ ਸੀ ਹਰ ਰੋਜ਼ ਮੱਛੀ ਚੋਰੀ ਹੁੰਦੀ ਸੀ। ਉਹ ਠੀਕ ਕਹਿੰਦਾ ਹੋਏਗਾ, ਮੱਛੀ ਕੋਈ ਹੋਰ ਚੋਰੀ ਕਰਦਾ ਹੋਏਗਾ। ਫੜਿਆ ਕੁਲਵੰਤ ਗਿਆ, ਪਹਿਲੀ ਚੋਰੀ ਉੱਪਰ ਫਾਹਾ ਲੱਗ ਗਿਆ। ਪਹਿਲੇ 2 ਮਹੀਨੇ ਕੁਲਵੰਤ ਨੇ ਜੇਲ੍ਹ ਦੇ ਫਾਰਮ ਉੱਪਰ ਖੇਤੀ ਕੀਤੀ। ਹੱਡ ਭੰਨਵੀਂ ਮਿਹਨਤ ਨੇ ਉਹਨੂੰ ਜੇਲ੍ਹ ਸੁਪਰਡੈਂਟ ਦੀ ਨਜ਼ਰ 'ਚ ਲਿਆਂਦਾ। ਕੁਲਵੰਤ ਦੇ ਪਿਛੋਕੜ ਬਾਰੇ ਉਹਨੇ ਪ੍ਰੋਬੇਸ਼ਨ ਅਫਸਰ ਤੋਂ ਰਿਪੋਰਟ ਮੰਗਵਾ ਲਈ। ਉਹਦੇ ਹੁੰਗਾਰਾ ਭਰਨ 'ਤੇ ਜੇਲ੍ਹ ਸੁਪਰਡੈਂਟ ਨੇ ਉਹਨੂੰ ਫਾਰਮ 'ਤੇ ਪਿੰਡ ਭੇਜ ਦਿੱਤਾ। ਜਗਤਾਰ ਵੀ ਉਹਦੇ ਨਾਲ ਸੀ। ਸੁਪਰਡੈਂਟ ਨੇ ਉਸ ਨਾਲ ਵਾਅਦਾ ਕੀਤਾ ਜੇ ਉਹ ਦਿਲ ਲਾ ਕੇ ਕੰਮ ਕਰਨਗੇ ਤਾਂ ਉਹਨਾਂ ਦੀ 1 ਦਿਹਾੜੀ ਨੂੰ 2 ਦਿਹਾੜੀਆਂ 'ਚ ਬਦਲ ਕੇ ਅੱਧੀ ਕੈਦੀ ਮਾਫ਼ ਕਰ ਦੇਗਾ। ਘਰ ਜਲਦੀ ਜਾਣ ਦੇ ਚਾਅ 'ਚ ਉਹਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ। ਸੁਪਰਡੈਂਟ ਨੇ ਆਪਣਾ ਵਾਅਦਾ ਪੂਰਾ ਕੀਤਾ। ਮਾਫ਼ੀਆਂ ਦੇ ਕੇ ਉਹਨੇ 2 ਸਾਲ ਵੀ ਦੀ ਕੈਦ 1.25 ਸਾਲ 'ਤੇ ਲਿਆਂਦੀ, ਨਾਲ ਇੱਕ ਹੋਰ ਰਿਆਇਤ ਕੀਤੀ। ਬਾਕੀ ਬਚਦੇ 3-3 ਮਹੀਨਿਆਂ ਲਈ ਜਗਤਾਰ 'ਤੇ ਉਹਨੂੰ ਮੁਨਸ਼ੀ ਲਾ ਦਿੱਤਾ। ਜਗਤਾਰ ਚੁਸਤ ਸੀ, ਉਹਨੇ ਕੋਈ ਹੇਠ ਉਤਾਂਹ ਕਰ ਲਿਆ। ਲਾਭ ਸਿੰਘ ਨੇ ਉਹਨੂੰ ਆਪਣੇ ਨਾਲ ਚੱਕਰ 'ਚ ਸੇਵਾਦਾਰ ਲਾ ਲਿਆ। ਕੁਲਵੰਤ ਕੋਲ ਦੇਣ ਲਈ ਕੁਝ ਨਹੀਂ ਸੀ। ਸੁਪਰਡੈਂਟ ਦੇ ਫਾਰਮ 'ਤੇ ਖਾਣ ਪੀਣ ਨੂੰ ਖੁੱਲ੍ਹਾ ਮਿਲਦਾ ਸੀ, ਪਰ ਨਗਦ ਕੁਝ ਨਹੀਂ ਸੀ ਮਿਲਦਾ। ਉਹਦੇ ਖਾਤੇ 'ਚ ਇੱਕ ਧੇਲਾ ਵੀ ਨਹੀਂ ਸੀ। ਮਾਂ ਵਿਧਵਾ ਸੀ, ਚੁੱਲ੍ਹਾ ਪਤਾ ਨਹੀਂ ਕਿਸ ਤਰ੍ਹਾਂ ਮੰਗਾਉਂਦੀ ਹੋਏਗੀ ਆਪਣੇ ਆਰਾਮ ਲਈ। ਉਹ ਮਾਂ 'ਤੇ ਬੋਝ ਨਹੀਂ ਸੀ ਪਾ ਸਕਦਾ। ਚੰਗੀ ਬੈਰਕ ਤਾਂ ਮੁਨਸ਼ੀ ਲੱਗਣ ਲਈ ਲਾਭ ਨੂੰ ਪੈਸਾ ਦੇਣਾ ਜ਼ਰੂਰੀ ਸੀ। ਗੱਲ ਸਿਰੇ ਨਾ ਲੱਗ ਸਕੀ। ਲਾਭ ਸਿੰਘ ਨੇ ਉਹਨੂੰ ਅਫਸਰਾਂ ਦਾ ਹੁਕਮ ਮੰਨ ਕੇ ਮੁਨਸ਼ੀ ਤਾਂ ਲਾਇਆ, ਪਰ ਲਾਇਆ ਇਸ ਬੈਰਕ ਦਾ ਜਿੱਥੇ ਆਰਾਮ ਘੱਟ ਅਤੇ ਸਜ਼ਾ ਵੱਧ ਸੀ। ਫਿਰ ਵੀ ਕੁਲਵੰਤ ਖੁਸ਼ ਸੀ। ਸਜ਼ਾ ਦੇ ਕੁਝ ਦਿਨ ਬਾਕੀ ਸਨ। ਉਹਦਾ ਦਸੌਟਾ ਕੱਟਣ ਹੀ ਵਾਲਾ ਸੀ। ਦੁੱਖਾਂ ਦੀ ਸਾਂਝ ਦੇ ਸਜੀਵ ਰਿਸ਼ਤੇ ਕਾਰਨ ਕੁਲਵੰਤ ਸਿੰਘ ਹਾਕਮ ਨੂੰ ਬਣਦੀ ਹਰ ਸਹੂਲਤ ਦੇਣ 'ਤੇ ਤੁਲਿਆ ਸੀ। ਕੁਝ ਖਾਣ ਲਈ ਪਿਆ ਹੈ,
ਬੜੀ ਨੇੜਤਾ ਦਾ ਹਕਮ ਸਿੰਘ ਫਾਇਦਾ ਉਠਾਉਣਾ ਚਾਹੁੰਦਾ ਸੀ। ਹੁਣ ਸ਼ਾਇਦ ਕੁਝ ਬਚਿਆ ਖੁਚਿਆ ਪਿਆ ਹੋਵੇ, ਨਹੀਂ ਸਵੇਰ ਤੱਕ ਭੁੱਖਾ ਰਹਿਣਾ ਪੈਣਾ ਸੀ। ਇਹਨਾਂ ਮੰਗਤਿਆਂ ਦੇ ਢਿੱਡ ਖੂਹਾਂ ਵਰਗੇ ਨੇ, ਭਰਦੇ ਹੀ ਨਹੀਂ, ਜੋ ਮਿਲਦਾ ਸਭ ਚੱਟ ਜਾਂਦੇ ਨੇ। ਹਾਕਮ ਭੁੱਖਾ ਹੈ, ਇਹ ਜਾਣ ਕੇ ਕੁਲਵੰਤ ਨੂੰ ਦੁੱਖ ਹੋਇਆ, ਪਰ ਉਹਦਾ ਇਹਦਾ ਉਸ ਕੋਲ ਕੋਈ ਹੱਲ ਨਹੀਂ ਸੀ। ਕੋਈ ਨਹੀਂ, ਪਾਣੀ ਹੋਰ ਪਿਲਾ ਦੇ। ਹਾਕਮ ਦੇ ਪਾਣੀ ਪੀਂਦਿਆਂ ਪੀਂਦਿਆਂ ਬਾਹਰ ਸੜਕ 'ਤੇ ਹੁੰਦੀ ਪੈੜ ਚਾਲ ਸੁਣਾਈ ਦੇਣ ਲੱਗੀ। ਸਹਾਇਕ ਦਰੋਗਾ ਦੌਰੇ 'ਤੇ ਆ ਰਿਹਾ ਸੀ। ਹਾਕਮ ਨੂੰ ਬੈਰਕ ਤੋਂ ਬਾਹਰ ਬੈਠਾ ਦੇਖ ਉਹਨੇ ਨਾਰਾਜ਼ ਹੋਣਾ ਸੀ। ਝਾੜ ਚੰਬ ਤੋਂ ਬਚਣ ਲਈ ਕੁਲਵੰਤ ਨੇ ਹਾਕਮ ਨੂੰ ਬੈਰਕ 'ਚ ਬੰਦ ਕੀਤਾ, ਜੰਦਰਾ ਮਾਰਿਆ ਅਤੇ ਚਾਬੀ ਲੈ ਕੇ ਬਾਹਰਲੇ ਗੇਟ 'ਤੇ ਪੁੱਜ ਗਿਆ। ਸਭ ਠੀਕ ਠਾਕ ਹੈ? ਕੁਲਵੰਤ ਤੋਂ ਚਾਬੀ ਫੜ ਕੇ ਜੇਬ 'ਚ ਪਾਉਂਦੇ ਸਹਾਇਕ ਦਰੋਗੇ ਨੇ ਆਪਣਾ ਫਰਜ਼ ਨਿਭਾਇਆ। ਜੀ ਜਨਾਬ, ਮੁਨਸ਼ੀ ਨੇ ਵੀ ਰਟਿਆ ਰਟਾਇਆ ਜਵਾਬ ਦੇ ਕੇ ਆਪਣਾ ਫਰਜ਼ ਨਿਭਾ ਦਿੱਤਾ। ਅੰਗ 8 ਜੈਨ ਦੇ ਚੱਕਰੋਂ ਨਿਕਲਣ ਤੱਕ ਘੁਸਮੁਸਾ ਹੋ ਚੁੱਕਾ ਸੀ। ਹਨੇਰਾ ਆਪਣੀ ਚਾਦਰ ਵਿਛਾਉਣ ਵਾਲਾ ਸੀ। ਸੂਰਜ ਛੁੱਪਣ ਤੋਂ ਪਹਿਲਾਂ ਪਹਿਲਾਂ ਸਾਰੇ ਕੈਦੀ ਆਪਣੇ ਆਪਣੇ ਅਹਾਤਿਆਂ 'ਚ ਵਾਪਸ ਆ ਚੁੱਕੇ ਸਨ। ਲੰਗਰ ਵਰਤ ਰਿਹਾ ਸੀ, ਫਿਰ ਗਿਣਤੀ ਕਰਕੇ ਉਹਨਾਂ ਨੂੰ ਬੈਰਕਾਂ 'ਚ ਬੰਦ ਕਰ ਦਿੱਤਾ ਜਾਣਾ ਸੀ। ਹਵਾ ਨੂੰ ਠੱਲ ਪਾਉਣ ਲਈ ਸਾਰੇ ਜੇਲ੍ਹ 'ਚ ਇੱਕ ਵੀ ਦਰਖਤ ਨਹੀਂ ਸੀ। ਮੱਧਮ ਗਤੀ ਨਾਲ ਚੱਲਦੀ ਹਵਾ ਜੇਲ੍ਹ ਵੜਦੇ ਹੀ ਤੇਜ਼ੀ ਫੜ ਲੈਂਦੀ ਸੀ। ਤੇਜ਼ ਹਵਾ ਕਾਰਨ ਉੱਡਦਾ ਰੇਤ ਮੂੰਹ ਤੱਕ ਮਾਰ ਕਰ ਰਿਹਾ ਸੀ। ਜੈਨ ਨੇ ਦੂਰ ਦੂਰ ਤੱਕ ਨਜ਼ਰ ਦੌੜਾਈ। ਸੇਵਾਦਾਰ 'ਤੇ ਉਹਦੇ ਬਿਨਾਂ ਇੱਕ ਵੀ ਬੰਦਾ ਉਹਨੂੰ ਜੇਲ੍ਹ 'ਚ ਤੁਰਦਾ ਫਿਰਦਾ ਨਜ਼ਰ ਨਾ ਆਇਆ। ਗਿੱਦੜਾਂ ਦੇ ਰੋਣ ਦੀਆਂ ਆਵਾਜ਼ਾਂ ਮਾਹੌਲ ਨੂੰ ਹੋਰ ਡਰਾਉਣਾ ਬਣਾ ਰਹੀਆਂ ਸੀ। ਸੇਵਾਦਾਰ ਦੀ ਰਫ਼ਤਾਰ ਤੇਜ਼ ਸੀ, ਉਹਦੀ ਆਪਣੀ ਬੰਦੀ ਦਾ ਸਮਾਂ ਹੋ ਚੁੱਕਾ ਸੀ। ਉਹ ਆਪਣੇ ਹਾਤੇ 'ਚ ਜਾਣ ਲਈ ਕਾਹਲਾ ਸੀ। ਜੇ ਹੋਰ ਦੇਰ ਹੋ ਗਈ ਪਿੱਛੋਂ ਲੰਗਰ ਵਰਤ ਜਾਣਾ ਸੀ ਅਤੇ ਰਾਤ ਭੁੱਖਿਆਂ ਕੱਟਣੀ ਪੈਣੀ ਸੀ। ਜੈਨ ਪੂਰਾ ਯਤਨ ਕਰ ਰਿਹਾ ਸੀ, ਫਿਰ ਵੀ ਸੇਵਾਦਾਰ ਦੇ ਕਦਮ ਨਾਲ ਕਦਮ ਨਹੀਂ ਸੀ ਮਿਲਾ ਰਿਹਾ। ਕਾਰਾਂ 'ਚ ਘੁੰਮਣ ਵਾਲੇ ਜੈਨ ਨੂੰ ਪੈਦਲ ਤੁਰਨ ਦੀ ਆਦਤ ਨਹੀਂ ਸੀ। ਚਾਰ ਤੇਜ਼ ਕਦਮ ਪੁੱਟਦੇ ਹੀ ਉਹਦਾ ਸਾਹ ਚੜ੍ਹਨ ਲੱਗਦਾ ਸੀ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸੀ ਅਤੇ ਉਹਨੂੰ ਲੱਗਣ ਲੱਗਦਾ ਸੀ ਡਿੱਗਾ ਕਿ ਡਿੱਗਾ। ਹੁਣ ਉਹ ਕੈਦੀ ਸੀ, ਜੇਲ੍ਹ ਦਾ ਕਾਇਦਾ ਕਾਨੂੰਨ ਮੰਨਣ ਲਈ ਮਜਬੂਰ ਸੀ। ਹਸਪਤਾਲ ਤੱਕ ਉਹਨੂੰ ਤੁਰਨਾ ਹੀ ਪੈਣਾ ਸੀ। ਮਨ ਨੂੰ ਹੁੰਦੇ ਘਬਰਾਹਟ ਦੀ ਪਰਵਾਹ ਨਾ ਕਰਦਿਆਂ ਉਹ ਭੱਜੇ ਜਾਂਦੇ ਸੇਵਾਦਾਰ ਨਾਲ ਰਲਣ ਦਾ ਯਤਨ ਕਰ ਰਿਹਾ ਸੀ। ਸਜ਼ਾ ਦਾ ਹੁਕਮ ਹੋਣ ਤੋਂ ਲੈ ਕੇ ਹੁਣ ਤੱਕ ਜੈਨ ਇੱਕ ਆਰ ਲੱਗਾ ਰਿਹਾ ਸੀ, ਕਿਸੇ ਗੰਦੀ ਮੰਦੀ ਬੈਰਕ ਵਿੱਚ ਜਾਣ ਦੀ ਥਾਂ ਉਹ ਕਿਵੇਂ ਨਾ ਕਿਵੇਂ ਹਸਪਤਾਲ 'ਚ ਦਾਖਲ ਹੋ ਜਾਏ। ਉਂਝ ਉਹਦੀ ਹਾਲਤ ਬਿਮਾਰਾਂ ਵਾਲੀ ਹੀ ਸੀ। ਬਲੱਡ ਪ੍ਰੈਸ਼ਰ, ਸ਼ੂਗਰ, ਟੈਨਸ਼ਨ ਅਤੇ ਦਿਲ ਦੀ ਕਮਜ਼ੋਰੀ ਵਰਗੀਆਂ ਕਈ ਭਿਆਨਕ ਬਿਮਾਰੀਆਂ ਦਾ ਉਹ ਸ਼ਿਕਾਰ ਸੀ। 3 ਵਕਤ ਥੱਬਾ ਗੋਲੀਆਂ ਦਾ ਅੰਦਰ ਸੁੱਟਦਾ ਸੀ ਤਾਂ ਕਿਤੇ ਜਾ ਕੇ ਦਿਨ ਸੁੱਖ ਨਾਲ ਨਿਕਲਦਾ ਸੀ। ਹੁਣ ਜਦੋਂ ਬਿਨਾਂ ਕਿਸੇ ਬਾਹਰੀ ਸਹਾਇਤਾ ਦੇ ਹਸਪਤਾਲ ਦਾਖਲ ਹੋਣ ਦੇ ਆਪਣੇ ਮਿਸ਼ਨ 'ਚ ਕਾਮਯਾਬ ਹੋ ਚੁੱਕਾ ਸੀ ਤਾਂ ਰੁਝੇਵਿਆਂ ਤੋਂ ਮੁਕਤ ਹੋਇਆ ਉਹਦਾ ਦਿਮਾਗ ਵਾਧੇ ਘਾਟੇ ਕਰਨ ਲੱਗਾ। ਮੁਕੱਦਮਾ ਦਰਜ ਹੋਣ ਤੋਂ ਲੈ ਕੇ ਹੁਣ ਤੱਕ ਉਹਦਾ ਕਰੀਬ 15 ਲੱਖ ਰੁਪਇਆ ਖਰਚ ਹੋ ਚੁੱਕਾ ਸੀ। ਜਦੋਂ ਅਫਸਰਾਂ ਦੇ ਘਰ ਛਾਪਾ ਪਿਆ ਤਾਂ ਜੈਨ ਆਪਣੇ ਘਰ ਨਹੀਂ ਸੀ, ਦਿੱਲੀ ਗਿਆ ਹੋਇਆ ਸੀ। ਉਹ ਚਾਹੁੰਦਾ ਮਸਲੇ ਦੇ ਠੰਡਾ ਹੋ ਜਾਣ ਤੱਕ ਵਿਦੇਸ਼ ਉਡਾਰੀ ਮਾਰ ਸਕਦਾ ਸੀ। ਉਸ ਕੋਲ ਮਲਟੀਪਰਪਜ਼ ਵੀਜ਼ਾ ਸੀ, ਦੁਨੀਆ ਦੇ ਹਰ ਮੁਲਕ ਵਿੱਚ ਉਹਦੇ ਦੋਸਤ ਮੌਜੂਦ ਸਨ, ਪਰ ਆਪਣੇ ਸਲਾਹਕਾਰਾਂ ਦੀ ਸਲਾਹ ਮੰਨ ਕੇ ਬਿਨਾਂ ਕੁੱਟਮਾਰ ਦੀ ਪਰਵਾਹ ਕਰੇ ਪੁਲਿਸ ਕੋਲ ਪੇਸ਼ ਹੋ ਗਿਆ ਸੀ। 4 ਦਿਨ ਦੇ ਮਿਲੇ ਪੁਲਿਸ ਰਿਮਾਂਡ ਦੌਰਾਨ ਉਹਨੂੰ ਕਈ ਤਰ੍ਹਾਂ ਦੀ ਜਲਾਲਤ ਝੱਲਣੀ ਪਈ ਸੀ। ਆਪਣੇ ਅਫਸਰਾਂ ਨੂੰ ਖੁਸ਼ ਰੱਖਣ ਅਤੇ ਕਾਰੋਬਾਰ ਨੂੰ ਚਾਲੂ ਰੱਖਣ ਲਈ ਉਹਨੂੰ ਇਹ ਕੌੜਾ ਘੁੱਟ ਭਰਨਾ ਪਿਆ ਸੀ। ਉਹਦੀ ਯੋਜਨਾ ਕਾਮਯਾਬ ਰਹੀ ਸੀ, ਸੇਠ ਵੱਲੋਂ ਦਿਖਾਈ ਦਲੇਰੀ ਦੀ ਅਫਸਰਾਂ ਦੀ ਦੁਆਨੀ ਨਹੀਂ ਲੱਗਣ ਜੈ ਸੇਠ ਵੱਲੋਂ ਦਿਖਾਈ ਦਲੇਰੀ ਦੀ ਅਫਸਰਾਂ ਨੇ ਕਦਰ ਕੀਤੀ ਸੀ। ਉਹਦਾ ਇੱਕ ਵੀ ਠੇਕਾ ਕੈਂਸਲ ਨਹੀਂ ਸੀ ਹੋਇਆ। ਜੈਨ ਨੇ ਮੁਕੱਦਮੇ ਦੇ ਅਫਸਰਾਂ ਦੀ ਦੁਆਨੀ ਨਹੀਂ ਸੀ ਲੱਗਣ ਦਿੱਤੀ। ਅਫਸਰਾਂ ਦੇ ਵਕੀਲਾਂ ਦੀ ਫੀਸ ਜੈਨ ਨੇ ਦਿੱਤੀ, ਗਵਾਹਾਂ ਨੂੰ ਉਹਨੇ ਮੁਕਰਵਾਇਆ, ਜੱਜਾਂ ਨੂੰ ਰਿਸ਼ਵਤ ਦਿੱਤੀ। ਸ਼ਾਇਦ ਆਖਰੀ ਸਮੇਂ ਅਫਸਰ ਉਹਨੂੰ ਧੋਖਾ ਦੇ ਗਏ ਸਨ। ਜਾਪਦਾ ਸੀ ਅਫਸਰਾਂ ਨੇ ਆਪਣੇ ਆਪਣੇ ਬਰੀ ਹੋਣ ਦਾ ਇੰਤਜ਼ਾਮ ਕੀਤਾ ਸੀ, ਨਾਲ ਜੈਨ ਨੂੰ ਬਰੀ ਕਰਾਉਣ ਦਾ ਹੰਭਲਾ ਨਹੀਂ ਸੀ ਮਾਰਿਆ। ਹਰ ਅਫਸਰ ਇੱਕ ਦੂਜੇ ਤੋਂ ਚੜ੍ਹਦਾ ਸੀ। ਐਕਸੀਅਨ ਰਿਟਾਇਰ IG ਦਾ ਜਵਾਈ ਸੀ, SDO ਦਾ ਮਾਮਾ ਸੈਸ਼ਨ ਜੱਜ ਸੀ, ਅਗਾਂਹ ਸੈਸ਼ਨ ਜੱਜ ਧੜੱਲੇਦਾਰ ਸੀ, ਜੇਈ ਸਭ ਦਾ ਬਾਪ ਸੀ, ਉਹਦਾ ਸਹੁਰਾ ਟਰਾਂਸਪੋਰਟਰ ਸੀ, ਮੰਤਰੀ ਉਹਦੇ ਘਰੋਂ ਤੁਰੇ ਫਿਰਦੇ ਸਨ ਜਿਵੇਂ ਡਰਾਈਵਰ ਕੰਡਕਟਰ ਹੋਣ। ਪੈਸਾ ਜੈਨ ਦਾ ਲੱਗਾ, ਬਰੀ ਉਹ ਹੋ ਗਏ, ਬਾਕੀ ਖਰਚਾ ਪਏ ਖੂਹ 'ਚ। ਜੱਜ ਦੀ ਜੈਨ ਨੂੰ ਸਜ਼ਾ ਕਰਨ ਪਿੱਛੇ ਕੋਈ ਮਜਬੂਰੀ ਰਹੀ ਹੋਏਗੀ। ਬਾਹਰ ਜਾਂਦਿਆਂ ਹੀ ਜੈਨ ਨੇ ਕੋਠੀ ਜਾ ਵੜਨਾ ਅਤੇ ਭੇਤ ਖੁਲਵਾ ਲੈਣਾ। ਇਸ ਵਕਤ ਜੈਨ ਨੂੰ ਡਿਊਟੀ ਦੇ ਚੱਕਰ ਵਿੱਚ ਹੋਏ ਖਰਚ 'ਤੇ ਪਛਤਾਵਾ ਹੋ ਰਿਹਾ ਸੀ। ਐਵੇਂ ਘਬਰਾ ਕੇ ਉਹ ਪੈਸਾ ਪਾਣੀ ਵਾਂਗ ਵਹਾਉਂਦਾ ਰਿਹਾ। ਉਹਦੇ ਬਟੂਏ 'ਚ ਕਿੰਨੇ ਪੈਸੇ ਸਨ ਇਹਦੀ ਪੂਰੀ ਗਿਣਤੀ ਜੈਨ ਨੂੰ ਯਾਦ ਨਹੀਂ ਸੀ। ਇੰਨਾ ਕੁ ਯਾਦ ਸੀ ਕਿ 7,000 ਤੇ 8,000 ਦੇ ਵਿਚਕਾਰ ਜ਼ਰੂਰ ਸਨ। 10,000 ਅੰਦਰਲੀ ਜੇਬ 'ਚ, 15,000-20,000 ਦਾ ਸੋਨਾ,
ਕੁੱਲ ਮਿਲਾ ਕੇ 30-35 ਹਜ਼ਾਰ ਨੂੰ ਥੋਕਲਵਾ ਚੁੱਕਾ ਸੀ। ਜੇ ਇੱਕ ਰਾਤ ਹਸਪਤਾਲ ਕੱਟਣ ਦਾ ਇੰਨਾ ਮੁੱਲ ਉਤਾਰਨਾ ਪਿਆ ਤਾਂ 5 ਸਾਲ ਕਿੱਦਾਂ ਲੰਘਣਗੇ। ਜੈਨ ਨੂੰ ਇਹੋ ਚਿੰਤਾ ਖਾਈ ਜਾ ਰਹੀ ਸੀ। ਕੰਜੂਸਾਂ ਵਾਂਗ ਇੰਝ ਸੋਚਣਾ ਉਹਨੂੰ ਚੰਗਾ ਨਹੀਂ ਸੀ ਲੱਗਦਾ। ਧਿਆਨ ਕਿਸੇ ਹੋਰ ਪਾਸੇ ਲਾਉਣ ਲਈ ਕਦੇ ਕਦੇ ਜੈਨ ਦੂਰ ਤੱਕ ਫੈਲੀ ਜੇਲ੍ਹ ਦਾ ਜਾਇਜ਼ਾ ਲੈਣ ਲੱਗਦਾ ਸੀ। 80 ਏਕੜ ਚੁਸਰੀ ਇਹ ਜੇਲ੍ਹ ਜੈਨ ਲਈ ਉਪਰੀ ਨਹੀਂ ਸੀ। ਅੱਜ ਭਾਵੇਂ ਉਹ ਇਸ ਜੇਲ੍ਹ 'ਚ ਕੈਦੀ ਬਣ ਕੇ ਆਇਆ ਸੀ, ਪਰ ਕਦੇ ਉਹ ਮਾਲਕਾਂ ਵਾਂਗ ਆਇਆ ਕਰਦਾ ਸੀ। 12-13 ਸਾਲ ਪਹਿਲਾਂ ਇਹ ਜੇਲ੍ਹ ਉਸਾਰੀ ਅਧੀਨ ਸੀ। ਕੰਮ ਨੂੰ ਤੇਜ਼ੀ ਨਾਲ ਸਿਰੇ ਚਾੜਨ ਲਈ ਉਹਨੂੰ ਕਈ ਹਿੱਸਿਆਂ 'ਚ ਵੰਡਿਆ ਗਿਆ ਸੀ। ਜੇਲ੍ਹ ਦੀਆਂ ਵੱਡੀਆਂ ਦੀਵਾਰਾਂ ਦੀ ਉਸਾਰੀ ਦਾ ਠੇਕਾ ਜੈਨ ਦੇ ਮਾਮੇ ਨੂੰ ਮਿਲਿਆ ਸੀ। ਉਹਨੇ ਦਿਨੀ ਜੈਨ ਮਾਮੇ ਕੋਲੋਂ ਠੇਕੇਦਾਰੀ ਸਿੱਖ ਰਿਹਾ ਸੀ। ਮਾਮੇ ਦਾ ਕਈ ਹੋਰ ਥਾਈਂ ਵੀ ਕੰਮ ਚੱਲਦਾ ਸੀ, ਜੈਨ ਇਸ ਕੰਮ ਨੂੰ ਸੰਭਾਲ ਰਿਹਾ ਸੀ। ਜੇਲ੍ਹ ਦੀ ਬਾਹਰਲੀ ਦੀਵਾਰ ਦੀ ਉਚਾਈ 30 ਫੁੱਟ ਸੀ। ਸਾਰੀ ਕੰਧ ਉੱਪਰ ਪਲਸਤਰ ਹੋਇਆ ਸੀ। ਗੁਰਮਾਲੇ ਫੇਰ ਪਲਸਤਰ ਨੂੰ ਇੰਨਾ ਕੂੜਾ ਕਰ ਦਿੱਤਾ ਗਿਆ ਸੀ ਕਿ ਉੱਪਰ ਧਰਿਆ ਹੱਥ ਵੀ ਤਿਲਕ ਜਾਂਦਾ ਸੀ। ਇੰਨੀ ਉੱਚੀ ਕੰਧ ਉੱਪਰ ਕੁੱਤਾ ਬਿੱਲੀ ਨਹੀਂ ਸੀ ਚੜ੍ਹ ਸਕਦਾ। ਇਨਸਾਨ ਦਾ ਚੜ੍ਹਨਾ ਤਾਂ ਸੰਭਵ ਸੀ। ਕੋਈ ਕੈਦੀ ਇੰਨੀ ਹਿੰਮਤ ਬਟੋਰ ਵੀ ਲਏ ਤਾਂ 3-3 ਫੁੱਟ ਉੱਚੀ ਕੰਡਿਆਲੀ ਤਾਰ ਨੇ ਉਹਨੂੰ ਬੋਚ ਲੈਣਾ ਸੀ। ਕੁਝ ਤਾਰਾਂ 'ਚ ਕਰੰਟ ਛੱਡਿਆ ਜਾਂਦਾ ਸੀ, ਤਾਰਾਂ ਦੇ ਬੈਠਦਿਆਂ ਹੀ ਪੰਛੀ ਫੁੜਕ ਜਾਂਦੇ ਸਨ। ਇਸ ਗੋਰਖ ਧੰਦੇ ਵਿੱਚੋਂ ਬਚ ਕੇ ਨਿਕਲਣਾ ਬੰਦੇ ਦੇ ਵੱਸ 'ਚ ਨਹੀਂ ਸੀ ਹੋ ਸਕਦਾ। ਅੰਦਰਲੀ ਕੰਧ ਦੇ ਨਾਲ ਨਾਲ ਜੇਲ੍ਹ ਵਿਭਾਗ ਦਾ ਲੰਬਾ ਚੌੜਾ ਫਾਰਮ ਸੀ। ਇਹ ਫਾਰਮ ਦੂਰਾ ਮਤਲਬ ਸਾਰਦਾ ਸੀ, ਨਾਲੇ ਕੈਦੀਆਂ 'ਤੇ ਤੋਂ ਮੁਸ਼ਕਤ ਲਈ ਜਾਂਦੀ ਸੀ, ਨਾਲੇ ਜੇਲ੍ਹ ਦੇ ਲੰਗਰ ਲਈ ਦਾਣਾ ਪੱਕਾ ਅਤੇ ਸਬਜ਼ੀਆਂ ਪੈਦਾ ਕੀਤੀਆਂ ਜਾਂਦੀਆਂ ਸਨ। ਫਾਰਮ ਦੇ ਖਤਮ ਹੁੰਦੇ ਹੀ ਅੰਦਰਲੀ ਦੀਵਾਰ ਸ਼ੁਰੂ ਹੁੰਦੀ ਸੀ। ਇਹ ਕੰਧ ਬਾਹਰਲੀ ਕੰਧ ਨਾਲੋਂ ਘੱਟ ਉੱਚੀ ਸੀ, ਪਰ ਇੰਨੀ ਛੋਟੀ ਨਹੀਂ ਸੀ ਕਿ ਕੋਈ ਕੈਦੀ ਉਹਨੂੰ ਆਸਾਨੀ ਨਾਲ ਟੱਪ ਸਕੇ। ਅੰਦਰਲੀ ਦੀਵਾਰ ਦੇ ਨਾਲ ਨਾਲ 20 ਫੁੱਟ ਦਾ ਫਾਸਲਾ ਛੱਡਿਆ ਗਿਆ ਸੀ। ਇਸ ਰਸਤੇ ਉੱਪਰ 15 ਫੁੱਟ ਚੌੜੀ ਲੁੱਕ ਦੀ ਪੱਕੀ ਸੜਕ ਬਣੀ ਹੋਈ ਸੀ। ਇਸ ਸੜਕ ਉੱਪਰ ਦਿਨ ਰਾਤ ਗਸ਼ਤ ਹੁੰਦੀ ਸੀ। ਲੋੜ ਪੈਣ 'ਤੇ ਜੀਪਾਂ ਗੱਡੀਆਂ ਵੀ ਦੌੜਾਈਆਂ ਜਾ ਸਕਦੀਆਂ ਹਨ। ਸੜਕ ਦੇ ਦੂਜੇ ਪਾਸੇ ਬੈਰਕਾਂ ਬਣੀਆਂ ਸਨ। ਇਹਨਾਂ ਬੈਰਕਾਂ ਦੀ ਪਿੱਠ ਇਸ ਸੜਕ ਉੱਪਰ ਲੱਗਦੀ ਸੀ। ਰਿਹਾਇਸ਼ੀ ਬੈਰਕਾਂ ਦੀਆਂ ਪਿੱਠ ਵਾਲੀਆਂ ਦੀਵਾਰਾਂ 'ਚ ਲੋਹੇ ਦੇ ਵੱਡੇ ਵੱਡੇ ਮਜ਼ਬੂਤ ਜੰਗਲੇ ਫਿੱਟ ਸਨ। ਸਾਰੀਆਂ ਬੈਰਕਾਂ ਦੇ ਗੇਟ ਅੰਦਰ ਵੱਲ ਖੁੱਲ੍ਹਦੇ ਸਨ। ਗੇਟ ਅੱਗੋਂ ਦੀ ਇੱਕ ਹੋਰ ਸੜਕ ਲੰਘਦੀ ਸੀ। ਇਸ ਸੜਕ ਉੱਪਰ ਵੀ ਗਸ਼ਤ ਹੁੰਦੀ ਸੀ। ਸੜਕ ਦੇ ਅੰਦਰ ਸਾਂਝਾ ਵਿਹੜਾ ਸੀ। ਵਿਹੜੇ ਦੇ ਵਿਚਕਾਰ ਵੱਡਾ ਕੇਂਦਰੀ ਟਾਵਰ ਸੀ, ਜਿਸ ਉੱਪਰ ਸਰਚ ਲਾਈਟ ਫਿੱਟ ਸਨ। 24 ਘੰਟੇ ਇਸ ਟਾਵਰ ਉੱਪਰ ਸੰਤਰੀ ਬੈਠਦਾ ਸੀ। ਟਾਵਰ ਦੇ ਸੱਜੇ ਪਾਸੇ ਗੁਰਦੁਆਰਾ ਸੀ, ਗੁਰਦੁਆਰੇ ਦੇ ਨਾਲ ਮੰਦਿਰ, ਖੱਬੇ ਪਾਸੇ ਕੈਂਟੀਨ ਸੀ, ਨਾਲੇ ਛੋਟਾ ਦਫ਼ਤਰ। ਕੈਦੀਆਂ ਦੇ ਅਹਾਤਿਆਂ ਦੇ ਸਾਹਮਣੇ ਵਾਲੀ ਕਤਾਰ ਵਿੱਚ ਫੈਕਟਰੀ ਅਤੇ ਸਕੂਲ ਸੀ। ਸਕੂਲ ਦੇ ਨਾਲ ਲਾਇਬ੍ਰੇਰੀ ਸੀ। ਸੱਜੇ ਹੱਥ ਖੇਡ ਮੈਦਾਨ ਸੀ। ਮੈਦਾਨ ਦੇ ਸਾਹਮਣੇ ਹਸਪਤਾਲ ਸੀ। ਹਸਪਤਾਲ ਤੱਕ ਪੁੱਜਣ ਲਈ ਕਈ ਬੈਰਕਾਂ ਦੇ ਅੱਗੋਂ ਦੀ ਲੰਘਣਾ ਪੈਂਦਾ ਸੀ। ਜੈਨ ਬੈਰਕਾਂ ਅੰਦਰ ਝਾਤੀ ਮਾਰ ਰਿਹਾ ਸੀ। ਬੈਰਕਾਂ 'ਚ ਭਾਂਤ ਭਾਂਤ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਿਸੇ ਬੈਰਕ ਵਿੱਚ TV ਉੱਪਰ ਚੱਲਦੇ ਪ੍ਰੋਗਰਾਮ ਦੀ ਆਵਾਜ਼ ਆ ਰਹੀ ਸੀ। ਕੈਦੀ ਜਿਵੇਂ ਪ੍ਰੋਗਰਾਮ ਦੇਖਣ 'ਚ ਮਗਨ ਸਨ। ਕਿਸੇ ਬੈਰਕ 'ਚ ਹਾਸੇ ਠੱਠੇ ਅਤੇ ਗਾਉਣ ਵਜਾਉਣ ਦੀ ਆਵਾਜ਼ ਆ ਰਹੀ ਸੀ। ਜੈਨ ਹੈਰਾਨ ਹੋ ਰਿਹਾ ਸੀ। ਕੈਦ ਭੁਗਤਦੇ ਕੈਦੀ ਵੀ ਹੱਸ ਟੱਪ ਸਕਦੇ ਸਨ। ਜਿਸ ਰਫ਼ਤਾਰ ਨਾਲ ਜੈਨ ਤੁਰ ਰਿਹਾ ਸੀ, ਉਹਦੇ ਨਾਲ ਜਾਂਦੇ ਸੇਵਾਦਾਰ ਨੂੰ ਲੱਗ ਰਿਹਾ ਸੀ ਅੱਜ ਭੁੱਖਾ ਸੌਣਾ ਪਏਗਾ। ਬੈਰਕ ਵਿੱਚੋਂ ਕੁਝ ਮਿਲਣਾ ਨਹੀਂ, ਕਿਉਂ ਨਾ ਹਸਪਤਾਲ ਹੀ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਏ, ਸੋਚ ਕੇ ਸੇਵਾਦਾਰ ਨੇ ਆਪਣੀ ਰਫ਼ਤਾਰ ਵੀ ਮੱਠੀ ਕਰ ਲਈ। ਜੈਨ ਦੇ ਕਦਮ ਨਾਲ ਕਦਮ ਮਿਲਾਉਂਦਾ ਉਹ ਜੈਨ ਨਾਲ ਦੋਸਤੀ ਗੰਢਣ ਦਾ ਯਤਨ ਕਰਨ ਲੱਗਾ। ਤੁਸੀਂ ਮੈਨੂੰ ਪਹਿਚਾਣਿਆ ਨਹੀਂ ਸੇਠ ਸਾਹਿਬ? ਜੈਨ ਨੇ ਸੇਵਾਦਾਰ ਨੂੰ ਨਹੀਂ ਸੀ ਪਛਾਣਿਆ, ਪਰ ਸੇਵਾਦਾਰ ਨੇ ਉਹਨੂੰ ਚੱਕਰ 'ਚ ਵੜਦੀਆਂ ਹੀ ਪਛਾਣ ਲਿਆ ਸੀ। ਪਰ ਉਹ ਚੁੱਪ ਰਿਹਾ ਸੀ। ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੇ, ਕਿੱਥੇ ਅੱਧ ਸੂਬੇ ਦਾ ਮਾਲਕ ਜੈਨ ਠੇਕੇਦਾਰ, ਕਿੱਥੇ ਇੱਕ ਸਜ਼ਾ ਯਾਫਤਾ ਬੇਲਦਾਰ। ਪਰ ਹੁਣ ਚੁੱਪ 'ਚ ਤੋੜਨੀ ਜ਼ਰੂਰੀ ਸੀ। ਨਹੀਂ, ਬਿਨਾਂ ਸੇਵਾਦਾਰ ਦੀ ਗੱਲ ਵੱਲ ਧਿਆਨ ਦਿੱਤਿਆਂ ਜੈਨ ਨੇ ਸੰਖੇਪ ਉੱਤਰ ਦਿੱਤਾ। ਮੈਂ ਬੇਲਦਾਰ ਜਗਤਾਰ ਸਿੰਘ ਹਾਂ, ਸਾਹਿਬ ਦੇ ਸਟੋਰ 'ਚ ਚੌਕੀਦਾਰ ਹੁੰਦਾ ਸੀ। ਸੋਡੀ ਲੁੱਕ ਸਾਡੇ ਸਟੋਰ 'ਚ ਆਉਂਦੀ ਹੁੰਦੀ ਸੀ, ਅੱਧੀ ਲੁੱਕ ਲੁਹਾ ਕੇ ਪੂਰੀ ਦੀ ਪਹੁੰਚ ਮੈਂ ਹੀ ਦਿੰਦਾ ਸੀ। ਵਾਪਸ ਮੁੜੀ ਲੁੱਕ ਦਾ ਹਿਸਾਬ ਕਰਨ ਸਾਹਿਬ ਮੈਨੂੰ ਤੁਹਾਡੇ ਕੋਲ ਭੇਜਦਾ ਹੁੰਦਾ ਸੀ। ਹਾਂ, ਯਾਦ ਆਇਆ, ਜੈਨ ਨੇ ਝੂਠ ਮੂਠ ਆਖਿਆ। ਦਿਨ 'ਚ ਅਜੇ 20 ਬੇਲਦਾਰ ਉਸ ਕੋਲ ਅਫਸਰਾਂ ਲਈ ਪੈਸੇ ਲੈਣ ਆਉਂਦੇ ਸਨ। ਹਿਸਾਬ ਕਿਤਾਬ ਜੈਨ ਦਾ ਮੁਨਸ਼ੀ ਕਰਦਾ ਸੀ। ਜੈਨ ਮੁਨਸ਼ੀ ਵੱਲੋਂ ਜਾਰੀ ਕੀਤੀ ਚਿੱਟ ਦੇਖਦਾ ਸੀ ਅਤੇ ਪੈਸੇ ਦੇ ਦਿੰਦਾ ਸੀ। ਸਧਾਰਨ ਸਮਾਂ ਹੁੰਦਾ ਤਾਂ ਬੇਲਦਾਰ ਨੂੰ 20 ਰੁਪਏ ਇਨਾਮ ਦੇ ਕੇ ਚੁੱਪ ਕਰਵਾ ਦਿੰਦਾ, ਪਰ ਹੁਣ ਨਾ ਉਸ ਕੋਲ ਪੈਸਾ ਸੀ, ਨਾ ਬੇਲਦਾਰ ਨੂੰ ਚੁੱਪ ਕਰਾਉਣਾ ਲਾਹੇਵੰਦ ਸੀ। ਸਗੋਂ ਉਹਨੂੰ ਬੇਲਦਾਰ ਦੀ ਦੋਸਤੀ ਦੀ ਜ਼ਰੂਰਤ ਸੀ। ਕਈ ਵਾਰ ਖੋਟਾ ਸਿੱਕਾ ਕੰਮ ਆ ਜਾਂਦਾ, ਸੋਚਦੇ ਜੈਨ ਨੇ ਬੇਲਦਾਰ ਦੀ ਗੱਲ ਵੱਲ ਕੰਨ ਧਰਨਾ ਸ਼ੁਰੂ ਕੀਤਾ। ਫਿਰ ਜੈਨ ਨੂੰ ਯਾਦ ਆਇਆ, ਇੱਕ ਵਾਰ ਪੁਲਿਸ ਨੇ ਸ਼ਹਿਰ ਦੇ ਇੱਕ SDO ਨੂੰ
ਲੁੱਕ ਦਾ ਟਰੱਕ ਵੇਚਦੇ ਨੂੰ ਰੰਗੇ ਹੱਥੀ ਫੜ ਲਿਆ ਸੀ। ਇਸ ਬੇਲਦਾਰ ਨੂੰ ਸ਼ਾਇਦ ਉਸ ਕਾਂਡ 'ਚ ਸਜ਼ਾ ਹੋਈ ਸੀ। ਜੈਨ ਦਾ ਅੰਦਾਜ਼ਾ ਠੀਕ ਸੀ। ਜਗਤਾਰ ਨੂੰ ਉਸੇ SDO ਨੇ ਮਹਿਕਮੇ 'ਚ ਭਰਤੀ ਕੀਤਾ ਸੀ। ਮਹਿਕਮੇ 'ਚ ਆਉਣ ਤੋਂ ਪਹਿਲਾਂ ਦਿਹਾੜੀ ਕਰਦਾ ਸੀ। ਜਗਤਾਰ ਨੂੰ ਅਫਸਰਾਂ ਦੀ ਸੇਵਾ ਕਰਨ ਦਾ ਸ਼ੌਕ ਸੀ। ਇਸੇ ਸੇਵਾ ਦਾ ਮੇਵਾ SDO ਨੇ ਉਹਨੂੰ ਪੱਕੀ ਨੌਕਰੀ ਦਵਾ ਕੇ ਦਿੱਤਾ ਸੀ। ਉਸ ਭੈੜੇ ਦਿਨ ਉਹ ਆਪਣੇ ਹਿੱਸੇ ਦੇ ਲੁੱਕ ਦੇ ਡਰੰਮ ਦਾ ਮੁੱਲ ਉਸੇ ਫੈਕਟਰੀ ਦੇ ਮਾਲਕ ਕੋਲੋਂ ਲੈ ਸਕਦਾ ਸੀ, ਪਰ ਉੱਥੇ ਲੁੱਕ ਅੱਧ ਮੁੱਲ ਵਿਕਦੀ ਸੀ। ਜਗਤਾਰ ਨੇ ਘਰਾਂ ਦੀਆਂ ਛੱਤਾਂ ਉੱਪਰ ਲੁੱਕ ਪਾਉਣ ਵਾਲੇ ਇੱਕ ਮਜ਼ਦੂਰ ਨਾਲ ਅੱਟੀ ਸੱਟੀ ਲਾਈ ਹੋਈ ਸੀ। ਉੱਥੋਂ ਉਹਨੂੰ ਲੁੱਕ ਦਾ ਪੂਰਾ ਮੁੱਲ ਮਿਲਦਾ ਸੀ। ਉਸ ਦਿਨ ਜਿਉਂ ਹੀ ਜਗਤਾਰ ਨੇ ਡਰੰਮ ਕੁੱਲੀਆਂ ਵਿੱਚ ਉਤਾਰਿਆ, ਤਿਉਂ ਹੀ ਪੁਲਿਸ ਨੇ ਉਸਨੂੰ ਆ ਘੇਰਿਆ। ਚਾਰ ਛਿੱਤਰ ਪੈਂਦੇ ਹੀ ਉਹਨੇ ਸਾਰੀ ਕਹਾਣੀ ਪੁਲਿਸ ਨੂੰ ਸੁਣਾ ਦਿੱਤੀ। ਡਰਾਈਵਰ ਵੀ ਮਾਰ ਨਾ ਝੱਲ ਸਕਿਆ, ਉਹਨੇ ਮਾਇਆ ਨਗਰ ਵਾਲੇ ਕਾਰਖਾਨੇ ਦਾ ਤਾਂ ਪਤਾ ਦੱਸ ਦਿੱਤਾ। ਸ਼ਾਮ ਤੱਕ ਜਗਤਾਰ ਅਤੇ ਡਰਾਈਵਰ ਦੇ ਨਾਲ ਨਾਲ SDO ਨੂੰ ਵੀ ਥਾਣੇ ਬਿਠਾਇਆ ਗਿਆ। ਰਾਤ ਪੈਂਦੇ ਅਫਸਰ ਨੂੰ ਛੱਡ ਦਿੱਤਾ ਗਿਆ। ਅਗਲੇ ਦਿਨ ਡਰਾਈਵਰ ਛੁੱਟ ਗਿਆ ਤੇ ਪੀਟਰ ਵੀ। ਜਗਤਾਰ ਨੂੰ ਅਦਾਲਤ ਵਿੱਚ ਜਾ ਕੇ ਪਤਾ ਲੱਗਾ ਕਿ ਉਸ ਉੱਪਰ ਸਰਕਾਰੀ ਲੁੱਕ ਚੋਰੀ ਕਰਨ ਦਾ ਮੁਕੱਦਮਾ ਦਰਜ ਹੋਇਆ ਸੀ। ਪਰਚਾ SDO ਨੇ ਦਰਜ ਕਰਵਾਇਆ ਸੀ ਤੇ ਗਵਾਹ ਡਰਾਈਵਰ ਬਣਿਆ ਸੀ। ਪੁਲਿਸ ਨੇ 80 ਡਰੰਮ ਥਾਣੇ ਲਵਾਏ ਸਨ। ਜਗਤਾਰ ਕੋਲੋਂ 40 ਫੜੇ ਦਿਖਾਏ ਸਨ। ਬਾਕੀ 40 ਡਰੰਮ ਕਿੱਧਰ ਗਏ ਜਗਤਾਰ ਨੂੰ ਅੱਜ ਤੱਕ ਸਮਝ ਨਹੀਂ ਆਈ। ਥਾਣੇ ਹੀ ਨਹੀਂ, ਅਫਸਰ ਤੇ ਡਰਾਈਵਰ ਨੇ ਕਚਹਿਰੀ 'ਚ ਵੀ ਰੱਜ ਕੇ ਝੂਠ ਬੋਲਿਆ ਸੀ। ਅਦਾਲਤ ਨੇ ਉਸ ਝੂਠ ਨੂੰ ਸੱਚ ਮੰਨਿਆ ਸੀ। ਉਸੇ ਝੂਠ ਕਾਰਨ ਜਗਤਾਰ 3 ਸਾਲ ਦੀ ਕੈਦ ਕੱਟ ਰਿਹਾ ਸੀ। ਕੀ ਤੈਨੂੰ ਡਾਕਟਰ ਸਾਹਿਬ ਜਾਣਦੇ ਨੇ? ਜਗਤਾਰ ਦੀ ਆਪ ਬੀਤੀ ਖਤਮ ਹੁੰਦਿਆਂ ਹੀ ਜੈਨ ਨੇ ਮਤਲਬ ਦੀ ਗੱਲ ਛੇੜੀ। ਆਹੋ, ਇਹਨਾਂ ਕੋਠੀ ਮੱਝ ਰੱਖੀ ਹੋਈ ਹੈ, ਪੱਠੇ ਸੰਨੀ ਮੈਂ ਪਾਉਣਾ, ਦੁੱਧ ਵੀ ਮੈਂ ਕੱਢਦਾ। ਫਿਰ ਤੂੰ ਮੇਰਾ ਇੱਕ ਕੰਮ ਕਰ, ਇਸ ਨਾਲ ਮੇਰੀ ਜਾਣ ਪਛਾਣ ਕਰਾ ਦੇ। ਮੈਂ ਤੈਨੂੰ ਪਤਾ ਆਪਣੇ ਕੋਲ ਪੈਸੇ ਦੀ ਕੋਈ ਕਮੀ ਨਹੀਂ, ਪਰ ਹੁਣ ਮੇਰੀ ਜੇਬ ਖਾਲੀ ਹੈ। ਜੇਬ ਵਿਚਲੇ ਪੈਸੇ ਬਾਹਰ ਖਰਚ ਹੋ ਗਏ, ਸਵੇਰ ਹੋਰ ਆ ਜਾਣਗੇ। ਰਾਤ ਤੱਕ ਤੂੰ ਮੇਰਾ ਜਾਮਨ ਬਣ ਜਾ, ਬਸ ਮੈਨੂੰ ਰਾਤ ਨੂੰ ਹਸਪਤਾਲ ਦਾਖਲ ਕਰ ਲਓ ਤੇ ਚੰਗੀ ਥਾਂ ਦੇ ਦਿਓ। ਜੈਨ ਨੇ ਜਗਤਾਰ ਅੱਗੇ ਲੇ ਲੜੇ ਕੱਢੇ। ਕੋਈ ਨਹੀਂ, ਮੈਂ ਕਹਿ ਦਿੰਦਾ, ਸਾਹਿਬ ਮੇਰੀ ਮੰਨੇਗਾ। ਜਗਤਾਰ ਦੇ ਯਕੀਨ ਦਵਾਉਣ ਤੋਂ ਪਹਿਲਾਂ ਹੀ ਹਸਪਤਾਲ ਵੱਲ ਆਉਂਦਾ ਡਾਕਟਰ ਸ਼ਕਤੀ ਕੁਮਾਰ ਦਿਖਾਈ ਦੇਣ ਲੱਗਾ। ਉਹ ਹਨ ਡਾਕਟਰ ਸਾਹਿਬ, ਜਗਤਾਰ ਨੇ ਡਾਕਟਰ ਵੱਲ ਇਸ਼ਾਰਾ ਕਰਕੇ ਜੈਨ ਨੂੰ ਡਾਕਟਰ ਦੇ ਆਉਣ ਦੀ ਸੂਚਨਾ ਦਿੱਤੀ। ਇਹ ਸੇਠ ਜੈਨ ਸਾਹਿਬ ਹਨ, ਤੇਜ਼ ਕਦਮੀ ਤੁਰ ਕੇ ਉਹਨਾਂ ਕੋਲ ਪੁੱਜਦੇ ਡਾਕਟਰ ਨੇ ਜਗਤਾਰ ਤੋਂ ਪੁੱਛਿਆ। ਡਾਕਟਰ ਦੇ ਮੂੰਹ ਆਪਣਾ ਨਾਂ ਸੁਣ ਕੇ ਜੈਨ ਦੇ ਸਾਹ 'ਚ ਸਾਹ ਆਇਆ। ਮਤਲਬ ਸਪਸ਼ਟ ਸੀ, ਜੈਨ ਦੇ ਬੰਦਿਆਂ ਦੀ ਉਸ ਤੱਕ ਪਹੁੰਚ ਹੋ ਚੁੱਕੀ ਸੀ। ਜੀ ਜਨਾਬ, ਆਖਦੇ ਜਗਤਾਰ ਨੇ ਕਾਗਜ਼ ਪੱਤਰ ਡਾਕਟਰ ਨੂੰ ਫੜਾ ਦਿੱਤੇ। ਜਗਤਾਰ ਨੂੰ ਫਾਰਗ ਕਰਕੇ ਡਾਕਟਰ ਨੇ ਜੈਨ ਨੂੰ ਨਾਲ ਲਿਆ ਅਤੇ ਹਸਪਤਾਲ ਵੱਲ ਤੁਰ ਪਿਆ। ਚੱਕਰ ਵੱਲ ਵਾਪਸ ਮੁੜਦਾ ਸੇਵਾਦਾਰ ਘੋਰ ਨਿਰਾਸ਼ ਸੀ। ਭੁੱਖੇ ਢਿੱਡ ਨੇ ਉਹਨੂੰ ਸਾਰੀ ਰਾਤ ਸੌਣ ਨਹੀਂ ਸੀ ਦੇਣਾ।